ਸਰਪੰਚ ਸਾਹਿਬ ਬਣੀ ਗੱਲ ਥੋੜਾ ਜਿਹਾ ਹੋਰ ਘੁਮਾ ਦੇ ਆ ਗਿਆ ਆ ਗਿਆ ਆ ਗਿਆ ਫਿੱਟ ਕਰ ਦੇ ਇੱਥੇ ਹੀ ਆ ਜਾ ਥੱਲੇ ਆ ਜਾ ਆ ਗਿਆ ਜਿੰਦੂ ਚੱਲ ਪਤਾ ਨਹੀਂ ਚੁੱਪਚਾਪ ਬੈਠ ਕੇ ਦੇਖੋ ਸਾਰੇ ਜਣੇ ਚੱਲ ਪਿਆ ਟੈਲੀਵਿਜ਼ਨ ਓਏ ਪੋਲਾ ਤਾਂ ਆਇਆ ਹੀ ਨਹੀਂ ਉਹ ਪੋਲਾ ਲੱਗਿਆ ਹੋਣਾ ਕਿਤੇ ਸੇਵਾ ਤੇ ਤੁਸੀਂ ਆਰਾਮ ਨਾਲ ਬੈਠ ਕੇ ਟੈਲੀਵਿਜ਼ਨ ਦੇਖੋ ਉਹ ਨਾ ਨਾ ਮਾਟਰ ਜੀ ਪੋਲੇ ਬਿਨਾ ਕੀ ਨਜ਼ਾਰਾ ਉਹਨਾਂ ਟੈਲੀਵਿਜ਼ਨ ਵੇਖਣ ਦਾ ਹਾਂ ਉਹ ਚਲੋ ਚਲੋ ਕੇ ਲਾਉਂਦੇ ਹੁੰਦੇ ਆ ਜਾਓ ਸਾਰੇ ਮੇਰੇ ਪਿੱਛੇ ਚਲੋ ਯਾਰ ਇਹ ਵੀ ਕਮਲੇ ਨੇ ਬਸ ਚਾਚਾ ਪੋਲਾ ਉਹ ਆਇਆ ਤਾਂ ਸੀ ਆ ਡੰਗਰਾਂ ਨੂੰ ਪੱਠੇ ਪਾ ਕੇ ਜਾਂਦਾ ਰਿਹਾ ਆ ਮੇਜਰ ਕਿਆ ਵੱਲੇ ਗਿਆ ਹੋਣਾ ਮੇਰੇ ਤਾਂ ਹੁਣੇ ਚੱਕੀਓ ਕਣਕ ਪਿਆ ਕੇ ਛੱਡ ਕੇ ਗਿਆ ਤੁਹਾਡੇ ਮੋਰੇ ਮੋਰੇ ਨਾ ਭਾਈ ਇੱਥੇ ਤਾਂ ਨਹੀਂ ਆਇਆ ਸਗੋਂ ਮੈਂ ਮੰਜੇ ਦੀਆਂ ਦੌਣਾ ਕਥਨ ਲਈ ਕਿਹਾ ਤੀ ਆਇਆ ਹੀ ਨਹੀਂ ਹੈ ਕਿਹੋ ਉਹਨੂੰ ਹੈ ਠੀਕ ਹੈ ਤਾਈ ਕਹਿ ਦਾਂਗੇ ਅੱਛਾ ਦੇਖ ਲੈ ਕਾਲੇ ਹਾਂ ਨਾਲੇ ਪੋਲਾ ਸਾਰੇ ਪਿੰਡ ਦੇ ਕੰਮ ਕਾਰ ਵੀ ਕਰਦਾ ਫਿਰ ਵੀ ਕਿਸੇ ਨਾ ਕਿਸੇ ਦਾ ਲੰਬਾ ਰਹੀ ਜਾਂਦਾ ਮੁੱਖੀ ਦੀ ਗੇਤ ਪਾਣੀ ਦੀ ਵਾਰੀ ਆ ਅੱਜ ਉੱਥੇ ਦੇਖ ਲਈ ਉਹ ਬਜ਼ੁਰਗੋ ਡਰਨ ਵਾਲੀ ਕੋਈ ਗੱਲ ਨਹੀਂ ਇੰਨਾ ਇੰਨਾ ਪੈਂਡਾ ਰੋਜ਼ ਮਾਰ ਦਿਓ ਉਹ ਨਿੱਕੀ ਜਿਹੀ ਬੁੜੀ ਤੋਂ ਡਰ ਉਹ ਦੋ ਚਾਰ ਵਾਰੀ ਲੰਘੇ ਤੇ ਆਪੇ ਝਾਕਾ ਖੁੱਲ ਜਾਣਾ ਬਾਬਾ ਜੀ ਨਾ ਕਿੰਨੇ ਕੁ ਚੇਨ ਨੂੰ ਟੱਪ ਜੂ ਪਾਰ ਨਾ ਤੇਰੇ ਭਾਦੀ ਹੁਣ 16 ਹੱਥੀ ਟਪੂਸੀ ਨਾ ਮਾਰ ਜੇ ਹਿਰਨ ਵਾਂਗੂ ਅਗਲਾ ਕਾਢਾ ਹੈ ਉਹ ਵੀ ਬਜ਼ੁਰਗ ਨਾ ਤੈਨੂੰ ਕਿਵੇਂ ਪਤਾ ਇਹ ਬਜ਼ੁਰਗ ਹੈ ਮੈਂ ਇਹਨਾਂ ਦੇ ਲਾਣੇ ਨੂੰ ਨਾ ਰੋਜ਼ ਵੇਖਦਾ ਇਧਰੋਂ ਮੋਖੇ ਕੇ ਖੇਤਾਂ ਨੂੰ ਨਾ ਦਾਣਾ ਪਾਣੀ ਲੈਣ ਜਾਂਦਾ ਮੁੜਦਿਆਂ ਨੂੰ ਪਾਣੀ ਲੱਗ ਜਾਂਦਾ ਬਾਕੀ ਸਾਰਾ ਟੱਬਰ ਭੱਜ ਕੇ ਲੰਘ ਜਾਂਦਾ ਇਹ ਵਿਚਾਰਾ ਪਿੱਛੇ ਹੌਲੀ ਹੌਲੀ ਆਉਂਦਾ ਹੁੰਦਾ ਮੁਖੇਰਾਂ ਦੇ ਬੜੇ ਬਾਬਿਆਂ ਨੂੰ ਮੁੜ ਕੇ ਵਿਚਾਰਾ ਇੱਥੇ ਬੈਠਾ ਡੀਕਦਾ ਰਹਿੰਦਾ ਕਿ ਕਦੋਂ ਦਰਿਆ ਉਤਰੇ ਤੇ ਕਦੋਂ ਮੈਂ ਪਾਰ ਲੰਘਾਂ ਜੇ ਇੰਨਾ ਇਹ ਜਾਂਦਾ ਹੈ ਤਾਂ ਚੱਕ ਕੇ ਧਰ ਦੇ ਦੂਜੇ ਪਾਸੇ ਨਾ 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 ਭੋਲਾ ਮੇਰਾ ਨਾਂ ਹੀ ਰੱਖਤਾ ਜਿਹੜੀਆਂ ਗੰਢਾਂ ਭੋਲਾ ਖੋਲੀ ਬੈਠਾ ਨਾ ਤੁਹਾਡੇ ਚਿੱਤ 'ਚ ਵੀ ਨਹੀਂ ਹੋਣੀਆਂ ਉਹ ਕਿਵੇਂ ਉਹ ਇਹ ਲੋੜ ਇਹਦੀ ਨਿੱਤ ਦੀ ਹੈ ਆਪਾਂ ਇਹਨੂੰ ਜਾਚ ਢੰਗ ਸਿਖਾ ਕੇ ਪੈਰਾਂ ਸਿਰ ਕਰਨਾ ਜੇ ਮੈਂ ਇਹਨੂੰ ਵੀ ਚੱਕ ਕੇ ਪਾਰ ਕਰਾਤਾ ਜਿਵੇਂ ਪੂਰੇ ਪਿੰਡ ਦਾ ਭੋਲੇ ਬਿਨਾਂ ਨਹੀਂ ਸਰਦਾ ਕੱਲ ਨੂੰ ਇਹ ਵੀ ਰੱਬ ਦਾ ਜੀ ਜਿੰਦ ਭੋਲੇ ਨੂੰ ਡੀਕਦਾ ਰੂ ਫਿਰ ਭੋਲਾ ਦੱਸ ਜਵਾਬ ਕਿਹਨੂੰ ਦਊ ਨਾ ਜਵਾਬ ਫਿਰ ਟੈਲੀਵਿਜ਼ਨ ਵੱਲੋਂ ਦੇ ਦਿੰਨੇ ਆ ਟੈਲੀਵਿਜ਼ਨ ਚੱਲ ਪਿਆ ਓਏ ਲੈ ਹੁਣ ਤਾਂ ਕਿੱਤੇ ਚੰਗਾ ਫਿਰ ਬਾਬਾ ਜੀ ਅੱਜ ਤੇ ਮਿੱਟੀ ਪਾਓ ਤੇ ਕੱਲ ਨੂੰ ਫਿਰ ਸਖਤੇ ਆ ਜਾਓ ਅੱਡੇ ਤੇ ਏ ਬੋਲੇ ਚੱਲ ਯਾਰ ਹਾਲੋ ਚੱਲ ਵੀ ਲੈ ਹੁਣ ਚਲੋ आज देश के प्रधानमंत्री मोरारजी देसाई ने एक मंच से देश की जनता को संबोधित करते हुए कहा ओ पाई कौन है पला लवी कपड़ियां तो ता लगदा भी ए पाई ना पक्का चाचे नु रे चाचे दा मुंडा ओए मूर्खो ए हुन दा प्रधानमंत्री अपने मुल्क दा मोरारजी देसाई ना है दा अच्छा ਤੇ ਮਾਸਟਰ ਜੀ ਕੀ ਕਹਿੰਦਾ ਏ ਲੱਡੂ ਸਿੰਘ ਟੈਕਸੀ ਵਾਲੇ ਦਾ ਪ੍ਰੋਗਰਾਮ ਕਦੋਂ ਕਹੂਗਾ ਅੱਜ ਨਹੀਂ ਆਉਣਾ ਲੱਡੂ ਟੈਕਸੀ ਵਾਲਾ ਅੱਜ ਦਾ ਪ੍ਰਧਾਨ ਮੰਤਰੀ ਦਾ ਖਾਸ ਭਾਸ਼ਣ ਦੇਸ਼ ਦੀ ਆਰਥਿਕ ਵਿਵਸਥਾ ਤੇ ਬੋਲ ਰਿਹਾ ਕਿਹੜੀ ਵਿਵਸਥਾ ਹੋਰ ਕੋਈ ਔਖੀ ਹੋਈ ਗੱਲ ਲੱਗਦੀ ਹੈ ਹੋਰ ਕੀ ਨਜ਼ਾਰਾ ਹੋਊ ਯਾਰ ਟੈਲੀਵਿਜ਼ਨ ਵੇਖਣ ਦਾ ਚੱਲ ਮੈਂ ਚੱਲਿਆ ਕਿੱਥੇ ਯਾਰ ਜਗੀਰੋ ਤਾਈ ਨੇ ਕਿਹਾ ਸੀ ਮੰਜੀਆਂ ਦੀਆਂ ਦੌਣਾ ਕੱਸਣੀਆਂ ਨਾ ਆ ਗਏ ਤੇ ਉਹਨਾਂ ਕਹਿਣਾ ਭੋਲੇ ਨੂੰ ਕੰਮ ਕਾਹਦਾ ਕਹਿਤਾ ਭੋਲਾ ਟੇਬੀ ਗਿਆ ਚੰਗਾ ਲੱਗਦਾ आज एक कृषि अनुसंधान केंद्र का उद्घाटन करते हुए देश के वित्त मंत्री श्री एचएम पटेल ने बोले पैसे 12 आने हैं लताई मैं कितनी बारी कहा बिना आता मेनू पता लगे भी थोड़े 12 आने हैं कोई 14 आने का की हिसाब है ते ना मेनू ए पता लगे भी इतना वट्टे मूल्य की आऊ मैं इना दा की करना कुछ खा पी ले बोलो पहला ऊ ही खिस्सा भरा करी फिर हट्टी ते जाओ फिर खोपड़ ते जोर दो भी हुन खाइए की इदनु ਤੂੰ ਹੀ ਦੇ ਦੇ ਮੈਨੂੰ ਕੋਈ ਖਾਣ ਨੂੰ ਮਹਾਂ ਦੀ ਦਾਲ ਨਾਲ ਰੋਟੀ ਲਿਆਵਾਂ ਰੋਟੀ ਰੋਟੀ ਤਾਂ ਸੱਚ ਭਰਜਾਈ ਨਾਲ ਰੁੱਸ ਜੇ ਵੀ ਇਹਨੇ ਪਿਆਰ ਨਾਲ ਬਣਾ ਕੇ ਰੱਖੀ ਹੈ ਤੇ ਭੋਲਾ ਬਾਹਰੋਂ ਖਾਇਆ ਪਰ ਚੱਲ ਬਾਹਲਾ ਕਹਿ ਨਹੀਂ ਆ ਤਾਂ ਮੈਂ ਫਿਰ ਇੱਥੇ ਹੀ ਖਾ ਜਾਂਦਾ ਤਾਈ ਚੱਲ ਚੰਗਾ ਨਾਲੇ ਨਾ ਮੈਂ ਸਵੇਰੇ ਬਿੰਦਰ ਕੇ ਮਟਰ ਲੈ ਕੇ ਜਾਣੇ ਆ ਤੇ ਮੈਂ ਕਹਿੰਦਾ ਸੀ ਕਿ ਮੈਂ ਇੱਥੇ ਨਾ ਪੈ ਜਾ ਕਿੱਥੇ ਤੜਕੇ ਘਰੋਂ ਤੁਰਿਆ ਆਊਂਗਾ ਕੋਈ ਨਾ ਇੱਥੇ ਹੀ ਪੈ ਜਾ ਹੋਰ ਤਾਇਆ ਠੀਕ ਠਾਕ ਕੀ ਕਹਿੰਦਾ ਦਰਵਾਜ਼ਾ ਖਬਰਾਂ ਚੱਲਦੀਆਂ ਮੇਰੇ 125 ਕਰੋੜ ਮੇਰੇ ਪਿਆਰੇ ਦੇਸ਼ ਵਾਸੀਓ ਆਓ ਹਮ ਸੰਕਲਪ ਕਰੇ ਹਮ ਗਰੀਬੀ ਕੋ ਪਰਾਸ ਕਰੇ ਹਮ ਵਿਜੇ ਸ਼੍ਰੀ ਕੋ ਪ੍ਰਾਪਤ ਕਰੇ ਭਾਰਤ ਸੇ ਗਰੀਬੀ ਕਾ ਉਨਮੂਲਨ ਹੋ ਉਸ ਸਪਨੋ ਕੋ ਲੇਕਰ ਕੇ ਹਮ ਚਲੇ ਔਰ ਪੜੋਸੀ ਦੇਸ਼ੋ ਕੇ ਪਾਸ ਵੀ ਯਹੀ ਤੋ ਸਮੱਸਿਆ ਹੈ ਸੇਠ ਜੀ ਕੁਝ ਦੇ ਦੋ ਸੁਬਹ ਸੇ ਭੁੱਖਾ ਹੂੰ ਸਾਥ ਦੇਖੋ ਕੇ ਸਭੀ ਸਾਥੀ ਦੋ ਮਿਲ ਕਰ ਕੇ ਗਰੀਬੀ ਕੇ ਖਿਲਾਫ ਜਿਵੇਂ ਸਰਵਾਤ
सेठ जी किथे से हो तुसी भाई? हम दरभंगा बिहार से। अरे यार तुम तो अपने तरफ के हो यार भाई, ये लो रखो। चंदन कठाई पांच दा नोट। नारायणी नमोस्तुते। एक रुपए छुट्टा नहीं है ना सेठ जी? बेटे फिर चुवानी ठियानी दे दे सेठ जी। सारे पे मंगल मांगी। अटोनी चुवानी तो सरकार ने कॉप का बंद कर दिया। तनखा लेना या जहाँ सी सुखे है रू पैसे दे के भेजना। सारे पे मंगल मांगले। सेठ जी को जवाब तो दे दो, बहुत देर से खड़ा हूँ। देना तो तेनू जवाब ही है, तू थोड़ा काला पै गया। चलो 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 चंदन, तेरू बीयर ही समझाया बार कपड़े लटकाउण तो पहला नींबू मिर्चा लटकाया कर। नींबू मिर्च का होता है? नींबू नाल दुश्मन दे दंद खट्टे हुंदे ने ते मिर्चा उहदे टकाणे लगदी। मैं नहीं चाहुंदा घटिया लोकां दी घटिया नज़र मेरी दुकान नूं लगे। नज़र स्टैंडर्ड दी होवे तां वी है। मैं चलिया घरे नाश्ता कर, मगर दुकान दा ध्यान रखी। जी सर। मालिक घटिया बोलो आपको। सुन गया मैनू, ऐसी दुकान नू नजर नहीं आगे लगूगी। वो भी ऐस पट्टी तो बिरजू जे खोआ थले लग गया ना तेरा फोन चाके पट्टी च पा देना। मैं टूटियां कट देना, जो कट बड़ा कुमार सानू ਪੈਗੀ ਠੰਡ ਪਿਆਰੀ ਦੋਧੀਆਂ ਦੇ ਮੁੰਡੇ ਨਾਲ ਲਾਲੀ ਨੀ ਰੱਜ ਕੇ ਪਨੀਰ ਖਾਏਗੀ। ਪਿਆਰੀ ਦੋਧੀਆਂ ਦੇ ਮੁੰਡੇ ਨਾਲ ਲਾਲੀ ਉਹ ਦੁੱਧ ਪਾਲੇ ਬਈ। ਹਾਂਜੀ ਆ ਪੀਲੀ ਚੋਕਲਾ ਤੇਰੀ ਓ ਖਾਓ। ਯਾਰਾ ਨੀ ਰੱਜ ਕੇ ਪਨੀਰ ਖਾਏਗੀ। ਇੱਕ ਮਿੰਟ ਗੱਲ ਸੁਣ। ਹਾਂਜੀ ਕੋਈ ਨੁਸਖਾ ਤਾਂ ਦੱਸ ਬਈ, ਪਾਣੀ ਵਾਲੇ ਦੁੱਧ ਚੋਂ ਪਨੀਰ ਕਿਵੇਂ ਕੱਢੀ ਦਾ? नुस्खा तो है पर थोड़ा औखा। तू दस यार करो नोट। हाँ पिछली पेमेंट क्लियर कर दो, पनीर छोड़ो भावे खोआ कट लो। यारी दो दिया दे। ओ हेलो कहीं नहीं मुड़ के लेना। नुस्खा तो सच्ची औखा है। जो थले लग गया ना देखी छोड़ दी नहीं देनू मैं। डैडी सिलेंडर क्या था सी बुक? दो में। अच्छा वो चाशनी गर्म कर ली। अच्छा ठीक है। खंड आ गई? हाँ मैं पीछे रखवाती नाले समोसे पैक कर दी। मैं मीटिंग से जाना है, मैं कपड़े बदल के आया 5 मिनट। चंगा आ। इत्थे चमन लाल दी दुकान केड़ी है जी? चमन लाल केड़ा चमन लाल? ओ बड़ी मशहूर दुकान है जी कपड़े दी। इतनी मशहूर है तो तैनू क्यों नहीं पता? पिछली गली च पता कर ले। अरे जे तो है मशहूर चमन की दुकान, बताएगा ही नहीं। जे तेनू इन्नी मशहूर लगती है तो उठी जाके काम कर ले। लगदा मशहूर दुकान दा। ये देखिए बांजी बरगंडी कलर एकदम चंगा लगेगा आप पर। हो है बरगंडी नहीं है, मैरून कलर है। अच्छा कुछ और बताओ। ठीक है तो ये लीजिए बढ़िया कपड़ा, एकदम मोटा, सर्दी भी आ रही है देखिए। नहीं नहीं भैया ये नहीं लेना। अरे छू कर तो देखिए बहुत नहीं, मजबूत नहीं। कपड़ा है एकदम मजबूत। इन्होंने केड़ा टेंट बनाना है था? चलो उधर। सत श्री अकाल जी। सत श्री अकाल। सत श्री अकाल। तैनू किन्नी बारी क्या है गाहक वेख के सूट विखाया कर। ओ यंग जनरेशन है, यंग कुड़ियां ठंड कितने लगदी है जी। तुसी स्लिम हो गए होगे नालों। पर मैं तो इत्थे पहली बार आई हां। अच्छा 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 कल मैं कटरीना की फिल्म वेख ली सी, मैंने भुलेखा लग गया। लिया भी लिया सूट वा सिल्क वाले। ठीक कोई लेटेस्ट डिजाइन दिखाई वीरे। नीटा मैं जड़ा थोनू पीस दिखाऊं लगा ना जी, तोहफा है तोहफा, याद करोगे नीटे नाले नीटे की दुकान। लिया भी ला आ दिखा। शाबाश आ वेखो जी आ वेखो। ए आई के नहीं स्माइल थोड़े मुंह ते की कहंदे फिर मैं जे मुंडा होके ना जसदा तुस्ता फिर कुड़ियां हो। साडा एक समोसा नहीं बिकया, उनां दी दुकान खुलदे सारे गाहक आ गए। जो कने देखन लोग आई जांदे ने। हां देखो 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 सिर ते जुनी लगे किदा मुन्नी बने होया। बोड़ी बोड़ी हने तो कुछ नहीं होड़ी, मुंडे ते टिकट ही रख लेने।
अच्छा समोसे दे मैं मीटिंग ते जाना ओ तो मैं कदे भेजते बिरजू दे हाथ भज्जो तुसी लेट हो पहुंच गए होने सारे हां हां मैं आया भज्जो 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 हां मैं समझ गया थानू कोई डिफरेंट चाहिए जेड़ा मार्केट छले आया ना होवे है ना ले ओए ए कर ओ स्पेशल वाला दिखा इन्हें कौन सा सब तो दिखा दिया लखनवी वर्क वाला दिखा 35 क्विंजा जेड़ा हैगा ओ दिखा आईने है ना जो देख लो थानू जे कुछ पसंद आंदा आ भी सोहने है इन्हें च नहीं ले ले शाबाश आ देखो आ बड़ी कमाल की पिंक ना दिखाओ पिंक ना दिखाओ पिंक च ना मैं काली लगदी हां तुसी को और रंग दिखाओ ले लीजिए ना मैडम 30 की है इसमें 25 की लगेंगी आप सच्ची मर जाने मैं 20 दियां कहां जाना होवे ता 30 दी दसी जांदा मेनू चाली चल चलिए तो आपा नहीं लेना कोई सूट ओ एक मिनट बैठो तेरे को सूट चलदा नहीं कटो कर नौकर ते चलदा रख ला नहीं नहीं ऐ पकाई मार दे तू बैठो ते सही चल नहीं चल मेरी गल सुनो ओ चाह मंगाई है जी आ कहां जे दे सिर च पाली जेड़ा मेनू 30 दी आखदा है तो 30 की तो लग रही थी ओ तू चुप रहया कर मुंह बंद रखया कर अपना चल गया के नहीं अगिया जाना मेनू 30 दी आखदा सी तोड़तियां सवेरे सवेरे खाली हाथ जदों मैं तेरी उम्र दा सी ना जे कोई गाह कच्छा लैण आउंदा सी मैं उहनू सारे टब्बर दे कपड़े दे के भेजदा सी ते प्यो मेरा सिर्फ गल्ले ते बहिंदा सी साइकल ते केड़ा गल्ला हुंदा डैडी सारी मंडी नू पता तुसीं दोवें प्यो पुत साइकल ते फेरी लाउंदे सी नाले दादा जी गल्ले ते नहीं साइकल ते डंडे ते बहिंदे सी जिहनूं नहीं भी पता ना बाजार च उहनूं भी दस दे भी असीं डग्गी वाले सी पुत्ता जिहड़े साइकल दे मिहणे मारदा ना इसे साइकल तों दुकान खड़ी कीती आ ते जिद्दां दीआं तेरीआं हरकतां ने मैनूं लगदा दुआरा साइकल ते ही चढ़ाएगा मैं चलिया व्यापार मंडल की मीटिंग ते मगरों बोड़ी बोड़ी कर लियो ओए रब्बा कदे ते एहो जी हवा चले कौन साथों मचदा सानू भी पता चले वाह मजा आ गया नीटा पाजी लेकिन समझ जाता ना तो ज्यादा मजा ਤੁਹਾਨੂੰ ਦੋਨਾਂ ਨੂੰ ਤਾਂ ਟੀਵੀ ਤੇ ਹੋਣਾ ਚਾਹੀਦਾ ਕਿਉਂ ਘੱਟੋ ਘੱਟ ਬੰਦਾ ਮਨ ਤਾਂ ਕਰ ਲੈਂਦਾ ਆਫ ਇਹ ਬੇਇੱਜ਼ਤੀ ਹੈ ਕਿਆ ਕੰਮ ਕਰ ਕੰਮ ਆਪਦਾ ਬਾਹਰ ਕਿਉਂ ਆਇਆ ਤੂੰ ਚੱਲ ਅੰਦਰ ਹਾਂ ਸੂਟ ਵੇਚ ਤੂੰ ਆ ਫੋਨ ਦੇਖੇ ਕਾਕਾ ਆਹੋ ਫੋਨ ਬਿਨਾਂ ਨਹੀਂ ਸਰਦਾ ਇਹਦਾ ਵੱਡੇ ਮਿਰਜੇ ਦਾ 24 ਘੰਟੇ ਤਾਂ ਫੋਨ ਤੇ ਲੱਗੇ ਰਹਿੰਦੇ ਹੋ ਚੰਗਾ हां बाबे ओ काका आ देखिए ते फोन नहीं आ रहा बाबे आप दी उम्र नालों 10 साल वड्डा ता फोन चक्की फिरदा एदे च आवाज छड्ड च ता फोन नहीं आउणा चाहिदा ओ देख ला जे हुंदा कुछ ऐ कर इनू पीजीआई ले जा शायद बाची जाए एवें पकाई मारदा है किसे होर पासे दिखा लेना दिल्ली दिखा दी एम्स च गोलू की करदा पैसे जोड़दा मम्मी हाय मां ठर जे मेरा पुत कदों दा पैसे जोड़न लग पिया सवेर दा जोड़दा मम्मी जोड़ी नहीं रहे तुसी जोड़ दो हाय हाय चे कुड़ी हुंदी तो ब्याह के तोर भी देंदी तेरा की करा कोई कमाई वट्टी कीती कि नहीं रंगोरा करिंद क्रीम बेची सी चमन दे भैये नु ओ भी 10 वाली तू 10 रुपया च भैया गोरा करन नु फिरदा 150 वाली नहीं सी बेची जांदी ओन्ने ता के 5 वाली मंगी सी मैं क्या 10 तो घट तू गोरा नहीं हो सकता हाँ जेह जा चमन ओह जा चमन दा भैया उन रहने की कमेटी दा की बनया उन्हें दिती ही नहीं ते भगवानो की ओ घर ही नहीं सी जलालाबाद वाली ममता की कहंदी है ओ इन्नी दूर नहीं जाया जांदा पैदल मेरे तो किन्नी वारी क्या स्कूटी ला दो कमेटियां इकट्ठी कर ली तेनु जाज ना ले दवा मीटिंग ते चलनी है मैं कोई कमाई कमुई कर लवी एवें ना मुंह चुंगल पाके बैठा रही ਗੁੱਠਾ ਚੁਸਤਾ ਅਨੀ ਜੇ ਤੇ ਭਈਏ ਨੂੰ ਕੁਝ ਵੇਚਦਾ ਹਾਂਜੀ ਸੁਖਪਾਲ ਜੀ ਉਹ ਮਹਾਰਾਜ ਮੈਂ ਕਿੱਥੇ ਦੇ ਸਕਦਾ ਤੁਹਾਡੇ ਬਿਆਨੇ ਦੇ ਪੈਸੇ ਤੁਹਾਨੂੰ ਮੇਰੇ ਹਾਲਾਤ ਦਾ ਤਾਂ ਪਤਾ ਹੀ ਹੈ ਦਿਓ ਤੁਸੀਂ ਪੇਪਰ ਭਿਜਵਾਓ ਮੈਨੂੰ ਹਾਂ ਹਾਂ ਓਕੇ ਜੀ ਓਕੇ ਪਾਪਾ ਬਸ ਬਸ ਪੁੱਤਰ ਮਹਾਰਾਜ ਕੇ ਖੰਨਾ ਸਾਹਿਬ ਹੋ ਚੱਲੀਏ ਮੀਟਿੰਗ ਤੇ ਆਇਆ ਜੀ ਆਇਆ ਪੁੱਤਰ ਮੈਂ ਚੱਲਿਆ ਧਰਮਸ਼ਾਲਾ ਦਸ਼ਹਿਰੇ ਦੀ ਮੀਟਿੰਗ ਅਟੈਂਡ ਕਰਾਂ ਦੇਖਾ ਕਿਤੇ ਅਨੇਜਾ ਤੇ ਚਮਨ ਉੱਥੇ ਜੂਤ ਪਤੰਗ ਨਾ ਹੋ ਰਹੇ ਹੋਣ ਹਾਂ ਤੂੰ ਨਾਸ਼ਤਾ ਕਰ ਲਈ ਮੇਰੇ ਵਿੱਚ ਆਇਆ ਬਈ ਆਰਬੀਆਈ ਪਹਿਲਾਂ ਚਾਬੀ ਲੈ ਲਈ ਹਾਂ ਆ ਜਾਓ ਜੀ ਭੈਣ ਜੀ ਪਤਾ ਨਹੀਂ ਪਿੰਡੋਂ ਆ ਗਏ ਹੋਣੇ ਕਿ ਨਹੀਂ ਮਾਰੋ ਆਵਾਜ਼ ਭੈਣ ਜੀ
हां जी आ दो में चाबियां कठियां ला सकी गल पैन जी मेनू हुन हां जी बस मीटिंग करके वापस कर देनी हां जी हां मैं पहुंच गया धर्मशाला बस फ्री होके फोन करदा तन्नू लो जी सारे मेंबर आ गए ने हुन तुसी अपना दशहरे दा बजट पेश करो नमस्कार खन्ना साहब नमस्कार चलो करो कार्रवाई शुरू मैं दुकान भी देखनी है गाहा दुकान ते बड़ा गाहका ने सिर पेटदे आ पाटिया साहब नमस्कार 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 चड्डा साहब नमस्कार गलेरिया जी नमस्कार वाह उषा बहन जी भी आया उषा बहन जी नमस्कार नमस्कार ए मीटिंग नमस्कार करने वास्ते नहीं रखी नमस्कार व्हाट्सएप ते करी तू पहले मेन मुद्दे ते आ मेन मुद्दे ते मैं बाद च आ जाना पहले तेरे कोल ही ना आज मैं प्रधान जी किड़े चकरां च पै गए ओ तुसी बजट दी गल करो सारे कामकाजी बंदे ने दुकानां संभालनियां जाके पैणे ते भराओ जिवें कि तुहानू पता ही है कि आप सब ने मैनू व्यापार मंडल दा सर्वसम्मति नाल प्रधान चुणिया हुण हो गई गलती अगे गल कर ओ छड्डो चमन जी तुसी बोलो बोलो जिवें कि मैं पहले ही दस रिहा सी तुहानू कि इस बार बसी पठाणा च असी ऐसा दुशहरा मनावांगे कि ओहदे सामने कुल्लू दा दुशहरा भी फिक्का रह जूगा वैसे मैं सारा हिसाब किताब ला लिया पर फिर भी घटो घट 5 लाख का खर्चा दुशहरे ते जरूर आएगा 5 लाख दुशहरा मार्केट च कराना के गोवा बीच ते की गल्ला करदे हो भैन जी पूरे 2 लाख तो मैं रावण ते ला देने 2 लाख का रावण फूकना है कि आईसीयू च रख के बचाना है वो 2 लाख का रावण मैं 2 लाख दे विच दशहरा करता सीगा पूरा जदों मैं प्रधान सी ते उदों फिर दशहरा देखिया भी तां तेरे कले टब्बर नहीं सी पूरा बसी पठाणा तां मरिंडे गया सी देखण ओए यार केड़ी बहस पै गए तुसी ओए जे प्रधान जी इन्ने कॉन्फिडेंस नाल कह रहे ने कि 5 लाख ला के अपना दशहरा टॉप दा बन जू तां हरजी की है बंदे नूं इक चांस तां दिओ खन्ना साहब जे इन्ने पैसे खर्च के भी दशहरा कामयाब ना होया फिर समझ लो प्रधान दी प्रधानगी खतम आ कीती है सियाणी गल भैन जी ने मैनूं लगदा सारिआं ने सुणिआ नहीं इक वारी उच्ची देणी कहो फिर प्रधान दी प्रधानगी गई ओ होर फिर किहड़ा बंदा जिहड़ा प्रधान बन सकदा मेरे बारे तुहाडा की विचार है व्यापारी भरावो असीं ना प्रधान ओह बनाउणा जिहड़ा 5-10 साल कढे तेरा ते कल दा भरोसा नहीं असीं मीटिंगां करिआ करांगे कि शांति पाठ रखिआ करांगे चलो इह बाद च देख लांगे वी प्रधानगी ने बनना पहला इहनां दा दशहरा तां देख लईए दिखा देंगे सीता जी को देख कर विचलित श्री राम पुकार रहे हैं सुमित्र शीघ्र जाओ नहीं तो कुछ अमंगल हो जाएगा अगला डायलॉग तो नीटे दा आया पर वो है कित्थे ओ नीटे आ जा हुण जा पुत्र तेने बुला रहे ने ए नीटा कदे टाइम ते नहीं आंदा चल मिश्री तद तक सेल्फी ले लई स्माइल प्लीज हट यार रावण दा डायलॉग ते वाह खिच ला मुंह दुखण लग गया मेरा नहीं चलो भी चलो आ जाओ बड़ी छेती आ गया तू असी कद दे आए होए आ फिर ए कड़ा प्रधान दे मुंडे ओए हेलो प्रधान दी कुड़ी मैं भी रही हां ਕਦੀ ਦੇਖਿਆ ਮੈਨੂੰ ਕਿਸੇ ਵੀ ਫੰਕਸ਼ਨ ਤੇ ਲੇਟ ਆਉਂਦੇ ਹੋਏ ਤੇਰਾ ਕੀ ਆ ਤੂੰ ਤਾਂ ਵਿਹਲੀ ਆ ਉਹ ਕੱਲ ਦੁਕਾਨ ਖੁੱਲੂਗੀ ਤੇ ਤੂੰ ਕੱਲ ਹੀ ਭੇਜ ਇਹ ਬਲੂਟੁੱਥ ਜਵਾ ਕੇ ਨਾ ਆਇਆ ਕਰ ਇੱਥੇ ਡਿਸਟਰਬ ਹੁੰਨੇ ਆ ਸੀ ਉਹ ਯਾਰ ਰੈਸਲ ਕਰ ਲੋ ਮੈਂ ਦੁੱਧ ਪਾਉਣ ਵੀ ਜਾਣਾ ਚੱਲ ਮਿਸ਼ਰੀ ਡਾਇਲੌਗ ਬੋਲ ਉਹਦੀ ਮੱਝ ਵੇਟ ਕਰ ਰਹੀ ਹੈ ਸ਼੍ਰੀ ਰਾਮ ਪੁਕਾਰ ਰਹੇ ਹੈ ਕੀ ਗਵਾਚ ਗਿਆ ਤੇਰਾ ਚੂਹੀਆ ਪਕੜਾ ਹੈ ਸੇਠ ਜੀ क्यों दूध चोना होता अरे नहीं सेठ जी चुहिया पकड़ के ना चमन की दुकान में डाल है ताकि चुहिया से भी बदलो पूरा हो जाए और चमन से भी हट वाह बिरजू वाह तेरे दिल से चमन ले यानी खुंदक देख के मेरा दिल बागो बाग हो गया मांग की मांगदा है नहीं जी रहन दो ओ मंगला आज मैं ते तुम बहुत खुश है नहीं जी रहन दो हुन मंगेगा भी कि चपेड़ा ही खाएंगा मैं तो जब आप इतना कह रहे हो तो मार्केट की प्रधानगी दे दो दे देंदे हैं प्रधानगी हुणे ही लेनी है कि ठक ठहर नहीं दे नहीं जी रहन दो जी ओ कंजरा आप प्रधानगी करके ही तो मैनू टेंशन होई पई है डैडी प्रधानगी दी टेंशन प्रधान नु होवे तुसी कानू ले गया नाले तुसी एक्स प्रधान हो एक्स मैं मौजूदा प्रधान बन सकदा है ਜੇ ਦੁਸ਼ਹਿਰਾ ਕਿਸੇ ਤਰ੍ਹਾਂ ਫੇਲ ਹੋ ਜਾਏ ਤਾਂ ਦੁਸ਼ਹਿਰਾ ਫੇਲ ਹੋਣ ਨਾਲ ਤੁਹਾਡੀ ਪ੍ਰਧਾਨਗੀ ਦਾ ਕੀ ਕਨੈਕਸ਼ਨ ਧੀਏ ਮੈਂ ਦੁਸ਼ਹਿਰੇ ਚੋਂ ਮਸਾਂ 50-60 ਹਜ਼ਾਰ ਦੀ ਕੁੰਡੀ ਲਾਉਂਦਾ ਹੁੰਦਾ ਸੀ ਤੇ ਚਮਨ ਦੁਸ਼ਹਿਰੇ ਚੋਂ 2 ਲੱਖ ਦਾ ਟਾਂਕਾ ਲਾਉਣ ਨੂੰ ਫਿਰਦਾ
ਕਮੇਟੀ ਨੇ ਪਰਮਿਸ਼ਨ ਤਾਂ ਦੇ ਦਿੱਤੀ ਹੈ ਪਰ ਨਾਲੇ ਵਾਰਨਿੰਗ ਵੀ ਦਿੱਤੀ ਹੈ ਕਿ ਜੇ ਦੁਸਹਿਰਾ ਫੇਲ ਹੋ ਗਿਆ ਤਾਂ ਤੇਰੀ ਪ੍ਰਧਾਨਗੀ ਗਈ। ਪ੍ਰਧਾਨਗੀ भैया दीदी ने समोसा भेजे हैं गरम गरम। मिश्री लंच टाइम हो गया। ओ हेलो ओए ओ मेरी शेयर तो कर जा। ओके ओके लीजिए हमारी मिश्री दीदी ने आपके लिए भेजा है। आ जा गड़ू। मिश्री तू ਮੇਕਅਪ ਦਾ ਸਮਾਨ ਦਿਖਾਈ ਕੋਈ? ਹਾਂ ਲੈ ਤੈਨੂੰ ਮੇਕਅਪ ਦੀ ਕੀ ਲੋੜ ਹੈ? ਤੂੰ ਤਾਂ ਪਹਿਲਾਂ ਇੰਨੀ ਸੋਹਣੀ ਹੈ। ਸਾਰੇ ਮੁੱਲੇ ਦੀ ਕੁੜੀ ਕਹਿੰਦੇ ਤੂੰ ਭੋਰਾ ਸੋਹਣੀ ਨਹੀਂ ਲੱਗਦੀ। ਲੈ ਤੂੰ ਤਾਂ ਇਸ ਗੱਲ 'ਤੇ ਮਾਨਹਾਨੀ ਤਾਂ ਕੇਸ ਕਰ ਸਕਦੀ ਹੈ ਜਿਹੜੇ ਕਹਿੰਦੇ ਨੇ ਤੂੰ ਸੋਹਣੀ ਨਹੀਂ। ਮੇਰੀ ਨਜ਼ਰ ਨਾਲ ਦੇਖ ਤੂੰ ਬਹੁਤ ਸੋਹਣੀ। ਥੈਂਕ ਯੂ ਗੋਲੂ, ਥੈਂਕ ਯੂ ਸੋ ਮਚ। ਪਰਮੇਸ਼ਰੀ ਮੈਂ ਸੁਣਿਆ ਤੂੰ ਆਈਲੈਟ ਕਰਕੇ ਬਾਹਰ ਜਾਣਾ। ਤੈਨੂੰ ਕਿੰਨੇ ਕਹਿਤਾ? ਤੇਰੀਆਂ ਗੱਲਾਂ ਸੁਣ ਕੇ ਤਾਂ ਮੇਰੇ ਦੁਕਾਨ ਤੋਂ ਬਾਹਰ ਜਾਣ ਨੂੰ ਜੀ ਨਹੀਂ ਕਰਦਾ। ਬਾਹਰ ਮੈਂ ਸੌਂ ਜਾਣਾ? ਸੱਚੀ? ਚੱਲ ਮੈਂ ਚੱਲਦੀ। ਕਿੱਥੇ ਚੱਲੀ ਮਿਸ਼ਰੀ? ਕੀ ਗੱਲ, ਮੇਕਅਪ ਦਾ ਸਮਾਨ ਨਹੀਂ ਲੈਣਾ? ਮੇਕਅਪ ਦੀ ਹੁਣ ਕੀ ਲੋੜ ਆ ਗੋਲੂ, ਤੇ ਕਹਿ ਤਾਂ ਦਿੱਤਾ ਮੈਂ ਸੋਹਣੀ ਆ ਤੇ ਤੇਰੀ ਗੱਲ ਦਾ ਤਾਂ ਮੈਨੂੰ ਪੂਰਾ ਯਕੀਨ ਆ। ਸੱਚੀ? ਚੱਲ ਚੰਗਾ। ਰੁਕ ਜਾ ਮਿਸ਼ਰੀ। ਹਾਂ ਆ ਲਿਪਸਟਿਕ ਮੇਰੇ ਵੱਲੋਂ ਤੇਰੇ ਲਈ। ਇਹ ਹਲੇ ਤੱਕ ਮਾਰਕੀਟ 'ਚ ਕਿਸੇ ਨੇ ਲਾਈ ਨਹੀਂ। ਕਿਉਂ? ਕੋਈ ਲੈਂਦਾ ਹੀ ਨਹੀਂ। ਓ ਚੱਲ ਮੈਂ ਲੈ ਲੈਂਦੀ ਹਾਂ। ਇੱਥੇ ਨੈਟਵਰਕ ਨਹੀਂ ਹੈਗਾ ਬਈ। ਮੈਂ 4 ਵਜੇ ਤੈਨੂੰ ਬੱਬੂ ਦੀ ਦੁਕਾਨ ਤੇ ਮਿਲਦਾ। ਨਮਸਤੇ ਆਂਟੀ। ਨਮਸਤੇ ਨੀਟਾ, ਕੀ ਹਾਲ ਆ? ਮੈਂ ਠੀਕ ਹਾਂ, ਤੁਸੀਂ ਸੁਣਾਓ? ਤੈਨੂੰ ਆਪਣੇ ਪੇਕਿਆਂ ਤੋਂ ਰਿਸ਼ਤਾ ਕਰਾਣਾ ਵਾ। ਹੈ? ਹੈਗਾ ਕੋਈ ਚੰਗਾ ਘਰ? ਹਾਂ, ਸੁਨਾਰਿਆਂ ਦਾ ਮੁੰਡਾ, ਕੱਲਾ ਕੱਲਾ, ਦੋ ਦੁਕਾਨਾਂ ਆਂਦੀਆਂ, ਗਹਿਣਾ ਗੱਟਾ ਵੀ ਵਾਵਾ ਪਾਣਗੇ। ਮੁੰਡਾ ਜਿਹੋ ਜਿਹੇ ਤੇਰੇ ਲੱਛਣ ਨੇ ਨਾ, ਤੈਨੂੰ ਮੁੰਡਾ ਹੀ ਸੂਟ ਕਰਦਾ। ਮੇਰੇ ਲੱਛਣ ਛੱਡ ਆਂਟੀ, ਆਪਦਾ ਮੁੰਡਾ ਸਾਹਿਬ। ਓ ਦੇਖ ਥੋੜੀ ਦੁਕਾਨ ਲਟਾਉਣ ਤੇ ਲੱਗਾ। ਮੈਂ ਕਰਦਾ ਸਾਰੇ ਨਾਲ ਗੱਲ। ਗੋਲੂ ਹੋਈ ਕੋਈ ਬੋਣੀ ਛੋਣੀ? ਬੋਣੀ? ਹਾਂ ਹਾਂਜੀ ਹੋ ਗਈ। ਬੋਣੀ ਕਰਨ ਲਈ ਤੇ ਬੈਠਿਆ ਸਵੇਰ ਤੋਂ ਝਾਈ ਜੀ। ਜੇ ਬੋਣੀ ਹੋਈ ਹੈ ਤਾਂ ਬੋਣੀ ਵਾਲੇ ਪੈਸੇ ਕਿੱਥੇ ਆ? ਬੋਲਦਾ ਨਹੀਂ ਹੈ? ਜਿਹੜੀ ਉਹਨੂੰ ਮਾਂ ਨੂੰ ਸੁਰਖੀ ਚੁਕਾਈ ਹੈ ਉਹਦੇ ਪੈਸੇ ਕਿੱਥੇ ਨੇ? ਪੈਸੇ ਮੇਰੇ ਖਾਤੇ 'ਚ ਪਾ ਦਿਓ। ਖਾਤਾ ਤੇਰਾ ਸਵਿਸ ਬੈਂਕ 'ਚ ਚੱਲਦਾ ਨਾ, ਪਹਿਲਾਂ ਤੇਰੇ ਪਿਓ ਦੇ ਇੰਨਾ ਕਾਰਿਆ ਕਰਕੇ ਸਾਰੀ ਦੁਕਾਨ ਉੱਜੜ ਗਈ, ਉਹੀ ਕੁਛ ਹੁਣ ਤੂੰ ਸ਼ੁਰੂ ਕਰਤਾ। ਬੋਣੀ ਦਾ ਤਾਂ ਪਤਾ ਨਹੀਂ ਪਰ ਤੇਰੀ ਤੌਣੀ ਜ਼ਰੂਰ ਹੋਏਗੀ ਅੱਜ। ਕਿੱਦਾਂ ਨੇ ਜਦੀ ਬੁਗਣੀ ਭਰਨ ਤੇ ਲੱਗਾ ਹੋਇਆ ਜਪਾਨੀ ਜੋਕਰ ਜਿਹਾ। ਡਰਾਤਾ ਸੀ ਮੈਨੂੰ, ਚੱਲ ਹੁਣ ਡਰਾਤਾ। ਗੱਲ ਸੁਣ, ਮੇਰੀ ਪਿੰਡ ਉੱਤੇ ਕਰੀ। ਵਾਹ ਵੀ ਵਾਹ, ਆ ਹੁੰਦਾ ਰਾਵਣ। ਸਹੀ ਗੱਲ ਹੈ ਬਈ, ਇਸ 'ਚ ਕੋਈ ਸ਼ੱਕ ਨਹੀਂ, ਚਮਨ ਦਾ ਰਾਵਣ ਰਾਵਣ ਲੱਗਦਾ। ਪ੍ਰਧਾਨ ਬਣ ਗਏ ਤਾਂ ਹਮੇ ਕਾ ਦੋਗੇ? ਤੁਝੇ ਦੂੰਗਾ ਮੈਂ ਗਾੜੀ ਕੇ ਨੀਚੇ। ਪਿੰਡ ਬਸਿਆ ਨਹੀਂ, ਬੰਦਰ ਜੈਸੇ ਲੱਗ ਰਹੇ। ਪਠਾਣ ਦੇ ਲੋਕਲ ਕੇਬਲ ਚੈਨਲ ਤਤੀ ਠੰਡੀ ਨਿਊਜ਼ ਵੱਲੋਂ ਮੈਂ ਤੁਹਾਡਾ ਆਪਣਾ ਸੱਤਾ ਰਿਪੋਰਟਰ ਰੇਸ਼ਮ ਸਿੰਘ ਟੱਤਾ, ਠੰਡੇ ਕੈਮਰਾਮੈਨ ਰਾਜ ਟਿਵਾਣਾ ਦੇ ਨਾਲ। ਆ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਦੁਸਹਿਰੇ ਦਾ ਮਾਹੌਲ। ਤੁਹਾਨੂੰ ਮਿਲਾਂਗੇ ਉਸ ਖਾਸ ਸ਼ਖਸ ਦੇ ਨਾਲ ਜਿਹਨੇ ਇਹ ਸਾਰਾ ਕਾਰੋਬਾਰ ਸਾਂਭਿਆ ਹੋਇਆ। ਆਓ ਜੀ। ਹਾਂਜੀ ਪ੍ਰਧਾਨ ਜੀ। ਇਲਾਕਾ ਨਿਵਾਸੀ ਸੱਜਣੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਸ੍ਰੀ ਰਾਮ। ਪਹਿਲਾਂ ਤੂੰ ਜਕਾਰੇ ਲਾ ਲਾ, ਮੈਂ ਬਾਅਦ ਚ ਬੋਲ। ਪਿੱਛੇ ਖੜ ਜਾ,
ਹਾਂ ਜੀ ਪ੍ਰਧਾਨ ਜੀ, ਇਹ ਦੁਸਹਿਰਾ ਹਰ ਸਾਲ ਮਨਾਇਆ ਜਾਂਦਾ ਹੈ। ਇਸ ਵਾਰ ਤੁਸੀਂ ਪ੍ਰਧਾਨ ਹੋ, ਤੁਸੀਂ ਸਪੈਸ਼ਲ ਕੀ ਕੀਤਾ? 2 ਲੱਖ ਅੰਦਰ ਕੀਤਾ, ਹੋਰ ਕੀ ਕੀਤਾ? ਹੱਥ ਕੰਗਣ ਕੁਵਾਰ ਸੀ ਕਿਆ, 65 ਫੁੱਟ ਦਾ ਰਾਵਣ ਆਪਣੇ ਮੂੰਹੋਂ ਆਪਣੀ ਤਰੀਫ ਆਪ ਬੋਲ ਕੇ ਦੱਸ ਰਿਹਾ। ਪਿਛਲੇ ਸਾਲ ਵੀ ਰਾਵਣ ਬਣਾਇਆ ਸੀ, ਰਾਵਣ ਕਾਹਦਾ ਬਣਾਇਆ ਸੀ, ਵਿਚਾਰੇ ਦਾ ਮਜ਼ਾਕ ਹੀ ਉਡਾਇਆ ਸੀ। ਪਰ ਇਸ ਸਾਲ ਮੈਂ 2 ਲੱਖ ਦੇ ਪਟਾਕੇ ਫਿੱਟ ਕੀਤੇ ਵਿੱਚ, ਬਸ ਮਾੜਾ ਜਿਹਾ ਰਿਮੋਟ ਦੱਬਣ ਦੀ ਦੇਰ ਆ, ਫਿਰ ਦੇਖਿਓ ਪਟਾਕਿਆਂ ਦੀ ਆਵਾਜ਼ ਲਾਹੌਰ ਤੱਕ ਕਿਵੇਂ ਜਾਂਦੀ ਆ। ਠਾ ਠਾ ਸਚਦੇਵਾ ਜੀ, ਇਸ ਦੁਸਹਿਰੇ ਦੇ ਮੌਕੇ ਤੇ ਤੁਸੀਂ ਜਨਤਾ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਬੁਰਾਈ ਉੱਪਰ ਅਛਾਈ ਦੀ ਜਿੱਤ ਦਾ ਪ੍ਰਤੀਕ ਹੈ ਇਹ ਦੁਸਹਿਰੇ ਦਾ ਤਿਉਹਾਰ। ਪਿਛਲੇ ਸਾਲ ਬੁਰਾਈ ਸੀ ਤੇ ਇਸ ਸਾਲ ਅਛਾਈ ਜਿੱਤ ਕੇ ਆ ਖੜੀ ਆ ਤੁਹਾਡੇ ਸਾਹਮਣੇ। ਬਸ 10 ਮਿੰਟ ਹੀ ਹੋਰ ਖੜੀ ਹੈ। ਲੋ ਜੀ, ਇਹ ਸੀ ਸਾਡੇ ਪ੍ਰਧਾਨ ਦਾ ਦਾਵਾ। ਮੈਨੂੰ ਲੱਗਦਾ ਸਾਡੇ ਚੀਫ ਗੈਸਟ ਵੀ ਆ ਚੁੱਕੇ ਨੇ, ਵਿਜੇ ਨਰੂਲਾ ਜੀ। ਲੋ ਜੀ, ਆਓ ਸਵਾਗਤ ਕਰਦੇ ਹਾਂ ਸਾਡੇ ਚੀਫ ਗੈਸਟ ਨਰੂਲਾ ਜੀ ਦਾ। ਮੈਂ ਦਮੇ ਦਾ ਮਰੀਜ਼ ਹਾਂ, ਡਾਕਟਰ ਨੇ ਮੈਨੂੰ ਪੋਲੂਸ਼ਨ ਵਾਲੀ ਜਗ੍ਹਾ ਤੇ ਜਾਣ ਨੂੰ ਮਨਾ ਕੀਤਾ ਹੋਇਆ, ਪਰ ਚਮਨ ਲਾਲ ਜੀ, ਮੈਂ ਸਿਰਫ ਤੁਹਾਡੇ ਕਰਕੇ ਅੱਜ ਇੱਥੇ ਆਇਆ। ਤੁਸੀਂ ਦੁਸਹਿਰੇ ਤਾਂ MLA ਸਾਹਿਬ ਬਥੇਰੇ ਦੇਖੇ ਹੋਣਗੇ, ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹ ਦੁਸਹਿਰਾ ਤੁਹਾਨੂੰ ਹਮੇਸ਼ਾ ਯਾਦ ਰਹੂਗਾ। ਆਓ ਜੀ, ਪਲੀਜ਼ ਆਓ। MLA ਸਾਹਿਬ ਜੀ, ਮੈਂ ਮੇਘਨਾਥ, 10 ਸਾਲ ਹੋ ਗਏ ਮੇਘਨਾਥ ਬਣਦੇ ਨੂੰ ਜੀ, ਮੇਰਾ ਬਿੱਲ ਮਾਫ਼ ਕਰਾ ਦਿਓ ਜੀ, ਮੇਰਾ ਗਰੀਬ ਦਾ ਮੀਟਰ ਵੱਟ ਕੇ ਲੈ ਗਿਆ ਜੀ। ਹਾਂ, ਪਹਿਲਾਂ ਤੂੰ ਮੀਟਰ ਪਟਾ ਲਿਆ, ਹੁਣ ਪ੍ਰਧਾਨ ਦੀ ਮੀਟਿੰਗ ਫੋੜ ਦੇ। ਮਸ਼ਹੂਰ ਦੁਸਹਿਰਾ ਤੁਸੀਂ ਦੇਖ ਰਹੇ ਹੋ ਪਟੀਥਲੀ ਨਿਊਜ਼ ਦੇ ਨਾਲ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਇਆ ਜਾਏਗਾ ਲਕਸ਼ਮਣ ਮੇਘਨਾਥ ਸੰਵਾਦ, ਤੇ ਉਸ ਤੋਂ ਬਾਅਦ ਰਿਮੋਟ ਦੱਬ ਕੇ ਇਹ 65 ਫੁੱਟ ਦਾ ਰਾਵਣ ਅੱਗ ਦੇ ਹਵਾਲੇ ਕੀਤਾ ਜਾਏਗਾ। ਨਰੂਲਾ ਸਾਹਿਬ, ਇਹ ਰਾਮਲੀਲਾ ਦੇ ਸਾਰੇ ਪਾਤਰ ਸਾਡੇ ਬਸੀ ਪਠਾਣਾ ਦੇ ਹੀ ਆ। ਉਹ ਹੋਰ ਸ੍ਰੀਲੰਕਾ ਤੋਂ ਬੁਲਾਣੇ ਸੀ, ਇੱਥੋਂ ਹੀ ਹੋਣੇ ਸੀ। ਜੈ ਸ਼ੰਕਰ, ਜੈ ਮਹਾਵੀਰ, ਜੈ ਸ਼੍ਰੀ ਰਾਮ। ਮਰਨੇ ਕੇ ਲਈ ਤਿਆਰ ਹੋ ਜਾ ਔਰ ਮਰਨੇ ਕੇ ਲਈ ਤਿਆਰ ਹੋ ਜਾ। ਆ ਜਾ, ਜੈ ਸ਼੍ਰੀ ਰਾਮ। ਯਾਰ ਪਹਿਲਾਂ ਮੈਨੂੰ ਮਾਰ ਦਿਓ, ਮੈਂ ਦੁੱਧ ਪਾਉਣ ਵੀ ਜਾਣਾ। ਕੀ ਹੋ ਰਿਹਾ ਪ੍ਰਧਾਨ ਜੀ, ਕਿਉਂ ਮੰਡੀ ਦਾ ਜਲੂਸ ਕਢਾ ਰਹੇ ਹੋ? ਅਸਲ ਵਿੱਚ ਨਾ ਜੀ, ਜਿਹੜਾ ਰਾਵਣ ਆ ਨਾ, ਇਹ ਦੂਜੀ ਆ, ਇਹਨੂੰ ਦੁੱਧ ਪਾਉਣ ਦੀ ਕਾਹਲੀ ਆ, ਤਾਂ ਥੋੜਾ ਪਹਿਲਾਂ ਮਰ ਗਿਆ। ਆ ਪਹਿਲੀ ਵਾਰੀ ਦੇਖਿਆ ਕਿ ਰਾਵਣ ਤਾਂ ਮਰ ਗਿਆ ਤੇ ਕੁੰਭਕਰਨ ਤੇ ਮੇਘਨਾ ਸੈਲਫੀਆਂ ਖਿਚਾਈ ਜਾਂਦੇ ਆ। ਲੱਗਦਾ ਪ੍ਰਧਾਨ ਨੇ ਦੁਸਹਿਰਾ ਪਾਰਟ 2 ਬਣਾਉਣਾ ਹੋਣਾ ਹੈ, ਜਿਹਦੇ 'ਚ ਮੇਘਨਾਥ ਆਪਣੇ ਪਿਓ ਦੀ ਮੌਤ ਦਾ ਬਦਲਾ ਲਊਗਾ। ਓ ਮੇਘਨਾਥਾ, ਕਿਉਂ ਮੇਰਾ ਜਲੂਸ ਕੱਢਣ ਲੱਗਿਆ ਸੈਲਫੀਆਂ ਲੈ ਲੈ ਕੇ? ਤੇ ਤੂੰ ਮਰ ਨਹੀਂ ਹੁੰਦਾ? ਸਲਫਾਸ ਖਾ ਕੇ ਮਰ ਜਾ, ਜੇ ਤੀਰ ਵੱਜੂਗਾ ਤਾਂ ਹੀ ਮਰੂੰਗਾ। ਤੁਸੀਂ ਉਹਨਾਂ ਨੂੰ ਛੱਡੋ ਜੀ, ਆ ਰਿਮੋਟ ਫੜੋ, ਇਹਦਾ ਬਟਨ ਦੱਬੋ, ਤੇ ਜਿਹੜੇ ਮੈਂ 2 ਲੱਖ ਦੇ ਪਟਾਕੇ ਰਾਵਣ ਦੇ ਵਿੱਚ ਫਿੱਟ ਕੀਤੇ ਨੇ, ਉਹਨਾਂ ਦੇ ਧਮਾਕਿਆਂ ਦੀ ਆਵਾਜ਼ ਲਾਹੌਰ ਤੱਕ ਜਾਊਗੀ। ਦੱਬੋ ਬਟਨ। ਲੋ ਜੀ, ਰਾਵਣ ਦੇ ਪਟਾਕਿਆਂ ਦੀ ਆਵਾਜ਼ ਲਾਹੌਰ ਤੱਕ ਜਾਏਗੀ, ਇਹ ਦਾਵਾ ਪ੍ਰਧਾਨ ਦਾ। ਦੂਰ ਦੂਰ ਹੋ ਜਾਓ, ਚੀਫ ਗੈਸਟ ਸਾਹਿਬ ਰਿਮੋਟ ਦਾ ਬਟਨ ਦੱਬਣ ਲੱਗੇ ਨੇ। ਹਾਂਜੀ, ਇੱਕ ਮਿੰਟ, ਹੁਣ ਚਲਾਓ। 2 ਲੱਖ ਦਾ ਰਾਵਣ ਬਣਾਇਆ, 20 ਰੁਪਏ ਦੇ ਸੈੱਲ ਵੀ ਪਵਾ ਲੈਣੇ ਸੀ। ਲੋ ਜੀ, ਸਾਡੀ ਸਾਰੀ ਲਾਈਵ ਆਡੀਅੰਸ ਦੇਖ ਰਹੀ ਹੈ, ਰਾਵਣ ਨੂੰ ਅੱਗ ਲੱਗ ਚੁੱਕੀ ਹੈ। ਚੜ ਗਿਆ ਨਾ ਭਾਂਬੜ ਸਮਾਨੀ। ਲੋ ਜੀ, ਰਾਵਣ ਨੂੰ ਅੱਗ ਲੱਗ ਚੁੱਕੀ ਹੈ ਤੇ ਤੱਤੀ ਠੰਡੀ ਨਿਊਜ਼ ਦੇ ਕੈਮਰੇ ਵੀ ਦੱਬੇ ਹੋਣੇ ਸ਼ੁਰੂ ਹੋ ਗਏ ਆ। ਪਟਾਕਾ ਤਾਂ ਇੱਕ ਵੀ ਨਹੀਂ ਵੱਜਿਆ, ਪਟਾਕਾ ਕੋਈ ਨਹੀਂ ਵੱਜ ਰਿਹਾ। ਮੈਂ ਆਪ ਕੋਲ ਖੜ ਕੇ ਪੁਆਇਆ। ਪ੍ਰਧਾਨ ਦਾ ਦਾਵਾ ਸੀ ਕਿ ਪਟਾਕਿਆਂ ਦੀ ਆਵਾਜ਼ ਆਏਗੀ, ਪਟਾਕਿਆਂ ਦੀ ਆਵਾਜ਼ ਤਾਂ ਨਹੀਂ ਆਈ, ਲੇਕਿਨ ਲੋਕਾਂ ਦੀਆਂ ਚੀਕਾਂ ਹੋ ਗਿਆ। ਉਹ ਰਾਵਣ ਗਿੱਲਾ ਹੀ ਫੂਕਤਾ। ਮੇਰਾ ਕੈਮਰਾ ਮੈਨ ਰਾਜ ਹੋ ਰਿਹਾ ਜੀ, ਕੈਮਰਾ ਮੈਨ ਕਿਤੇ ਮਿਕਸ ਨੇ। ਜਿੱਥੇ ਪਹਿਲੇ ਚੀਫ ਗੈਸਟ ਨੂੰ ਫੁੱਲਾਂ ਦੇ ਹਾਰ ਪਾਏ ਜਾਂਦੇ ਨੇ ਤੇ ਬਾਅਦ ਚ ਉਹਨੂੰ ਐਂਬੂਲੈਂਸ ਤੇ ਪਾਇਆ ਜਾਂਦਾ। ਇੱਕ ਗੱਲ ਤੂੰ ਵੀ ਯਾਦ ਰੱਖੀ ਜਵਾਹਰ ਲਾਲ, ਜੇ ਮੈਂ ਬਚ ਗਿਆ ਨਾ, ਤੂੰ ਨਹੀਂ ਬਚਦਾ, ਤੂੰ ਨਹੀਂ ਬਚਦਾ। ਓਏ ਹੌਲੀ ਹੌਲੀ ਲੈ ਕੇ ਜਾਇਓ, ਕਿਤੇ ਬਚ ਹੀ ਨਾ ਜਾਵੇ। ਚਮਨ ਲਾਲ ਜੀ, ਅੱਜ ਜੋ ਕੁਝ ਵੀ ਹੋਇਆ ਉਹਦੇ ਬਾਰੇ ਕੋਈ ਸਪਸ਼ਟੀਕਰਨ ਦੇਣਾ ਚਾਹੋਗੇ? ਆ ਜਾਓ। ਇੰਨਾ ਤਾਂ ਬਣਦਾ ਹੈ। ਬਿਲਕੁਲ, ਤੁਹਾਡਾ ਸਭ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਕਾਹਦਾ ਪ੍ਰਧਾਨ? ਪ੍ਰਧਾਨਗੀ ਬੜ ਗਈ ਚੁੱਲ੍ਹੇ 'ਚ।
ਇਹ ਪਹਿਲੀ ਵਾਰੀ ਦੁਸ਼ਹਿਰਾ ਦੇਖਿਆ ਹੈ ਜਿਹਦੇ ਚ ਰਾਵਣ ਮਰ ਗਿਆ ਹੈ। ਮੇਘਨਾਥ ਤੇ ਕੁੰਭਕਰਨ ਜਲੇਬੀਆਂ ਖਾਂਦੇ ਫਿਰ ਰਹੇ ਹੈ ਮੇਲੇ ਚ। ਬਿਲਕੁਲ ਸਹੀ ਕਿਹਾ ਨੇਜਾ ਭਰਾ ਜੀ ਨੇ, ਲਾਹੌਰ ਤੱਕ ਪਟਾਕਿਆਂ ਦੀਆਂ ਆਵਾਜ਼ਾਂ ਤੇ ਨਹੀਂ ਪਹੁੰਚੀਆਂ ਪਰ ਧੂਆਂ ਜ਼ਰੂਰ ਪਹੁੰਚ ਗਿਆ। ਲਾਹੌਰ ਵਾਲੇ ਵੀ ਪਤਾ ਨਹੀਂ ਕਿਹੋ ਕਿਹੋ ਜੀਆਂ ਗਾਲਾਂ ਦਿੰਦੇ ਹੋਣੇ ਨੇ। ਆ 2 ਲੱਖ ਦੇ ਸੈਲੈਂਟ ਪਟਾਕੇ ਚਾਈਨਾ ਤੋਂ ਮੰਗਵਾਏ ਸੀ, ਆਵਾਜ਼ ਹੀ ਨਹੀਂ ਆਈ। ਚੱਡਾ ਸਾਹਿਬ, ਮੈਨੂੰ ਲੱਗਦਾ ਮੇਰੇ ਨਾਲ ਅੱਜ ਕੋਈ ਸ਼ਡਿਆਂਤਰ ਹੋਇਆ। ਦੇਖੋ ਜੀ, ਦੁਸ਼ਹਿਰਾ ਤਾਂ ਪੂਰੀ ਤਰ੍ਹਾਂ ਫੇਲ ਹੋ ਗਿਆ। ਹੁਣ ਆਪਾਂ ਨੇ ਇਹ ਫੈਸਲਾ ਕਰਨਾ ਹੈ ਕਿ ਨਵਾਂ ਪ੍ਰਧਾਨ ਕੌਣ ਬਣੇਗਾ। ਕਿਹਨੂੰ ਬਣਾਓਗੇ ਪ੍ਰਧਾਨ? ਪੂਰੇ ਬਸੀ ਪਠਾਣਾ ਚ ਮੇਥੋਂ ਵੱਡਾ ਹੋਣਹਾਰ ਲੱਭੋਗੇ ਕਿੱਥੋਂ? ਵਾਹ! ਇਸ ਗੱਲ ਦੇ ਉੱਤੇ ਤਾਂ ਚਮਨ ਲਾਲ ਜੀ ਤੁਹਾਨੂੰ ਸਲੂਟ ਬਣਦਾ ਹੈ। ਇੰਨੀ ਬੇਇੱਜ਼ਤੀ ਕਰਾਉਣ ਤੋਂ ਬਾਅਦ ਵੀ ਆਪਣੇ ਆਪ ਨੂੰ ਹੋਣਹਾਰ ਦੱਸ ਰਹੇ। ਹੁਣ ਕਰੋ ਫੈਸਲਾ, ਪ੍ਰਧਾਨ ਬਣੂ ਕੌਣ? ਜੇ ਸਾਡੀ ਨੌਜਵਾਨਾਂ ਦੀ ਮੰਨੋ ਤਾਂ ਇੱਕ ਹੀ ਸ਼ਖਸ ਮਾਰਕੀਟ ਸੰਭਾਲਣ ਦੇ ਲੈ ਕੇ। ਬੋਲ ਬੋਲ, ਦੱਸ ਪੁੱਤ ਕੌਣ? ਕਾਲਾ ਮੋਬਾਈਲ ਆਣ। ਉਹ ਯਾਰ, ਇੱਕੋ ਇੱਕ ਤਾਂ ਦੁਕਾਨ ਆ ਬਸੀ ਪਠਾਣੇ ਚ ਫੋਨਾਂ ਦੀ। ਕਾਲੇ, ਬੰਦ ਕਰ ਮੋਬਾਈਲ। ਤੂੰ ਦੱਸ ਪੁੱਤ ਕੌਣ ਹੈ? ਉਹ ਅਨੇਜਾ ਅੰਕਲ, ਤੇਰੇ ਕਹਿਤੇ ਤਾਂ ਘਰ ਚ ਚਾਹ ਨਹੀਂ ਬਣਦੀ, ਨੇਜਾ ਪ੍ਰਧਾਨ ਕਿੱਥੋਂ ਬਣ ਜੂ? ਹੋਰ ਕਿਸੇ ਦਾ ਸਹਿਮਤ ਹੋਣਾ ਵੀ ਜ਼ਰੂਰੀ ਹੁੰਦਾ। ਤੁਸੀਂ ਜੁਆਕ ਦੇ ਪਿੱਛੇ ਲੱਗ ਗਏ, ਏਦਾਂ ਕਿੱਦਾਂ ਨੇਜਾ ਪ੍ਰਧਾਨ? ਜੇ ਨੇਜਾ ਪ੍ਰਧਾਨ ਤਾਂ ਫਿਰ ਮੈਂ ਬਾਈਕਾਟ ਕਰਦੀ ਹਾਂ। ਤੇ ਤੂੰ ਤੂੰ ਜ਼ਰਾ ਘਰ ਪਹੁੰਚ, ਤੇਰੀ ਚਟਨੀ ਤਾਂ ਮੈਂ ਬਣਾਉਂਗੀ। ਨੇਜਾ ਅੰਕਲ ਪ੍ਰਧਾਨ, ਬੁਰਾਈ ਤੇ ਅਛਾਈ ਦੀ ਜਿੱਤ ਹੁੰਦੀ ਹੈ ਇਹ ਤਾਂ ਤੁਹਾਨੂੰ ਪਤਾ ਹੀ ਹੈ, ਪਰ ਬੁਰਾਈ ਤੇ ਹਲਵਾਈ ਦੀ ਵੀ ਜਿੱਤ ਹੁੰਦੀ ਹੈ ਇਹ ਤੁਹਾਨੂੰ ਹੁਣ ਪਤਾ ਲੱਗ ਗਿਆ ਹੋਣਾ। ਨਮਸਤੇ, ਹੋਰ ਜੀ ਮਹਾਰਾਜ ਜੀ, ਜੈ ਮਾਤਾ ਦੀ, ਜੈ ਮਾਤਾ ਦੀ, ਜਿਉਂਦਾ ਰਹਿ ਪੁੱਤਰ। ਕੱਲ ਮਿਸ਼ਰੀ ਨੇ ਦੱਸਿਆ ਕਿ ਆਪਣੀ ਕਿਰਨਾਂ ਨੂੰ ਦੇਖਣ ਮੁੰਡੇ ਵਾਲੇ ਆ ਰਹੇ ਹੈ। ਮੈਂ ਰਾਤੋਂ ਰਾਤ ਖੋਆ ਮਾਰ ਕੇ ਬਰਫੀ ਤਿਆਰ ਕਰ ਲਈ, ਲਿਆ ਡੱਬੇ। ਹੁਣ ਕਿਰਨਾਂ ਦੇ ਹੱਥੋਂ ਜਦੋਂ ਮੁੰਡੇ ਵਾਲਿਆਂ ਨੇ ਮੂੰਹ ਮਿੱਠਾ ਕੀਤਾ ਨਾ, ਤਾਂ ਸਮਝੋ ਇਹਦਾ ਰਿਸ਼ਤਾ ਪੱਕੇ। ਕੋਈ ਨਵੀਂ ਵੈਰਾਈਟੀ ਤਾਂ ਪਾ ਲਓ, 2 ਸਾਲ ਤੋਂ ਇੱਕੋ ਹੀ ਲਹਿੰਗਾ ਲੱਕ ਨਾਲ ਬੰਨ੍ਹ ਬੰਦ ਖਾਈ ਜਾਂਦੇ ਹੋ। ਭੈਣ ਜੀ, ਹੁਣ ਜਿੱਦਾਂ ਦੇ ਤੁਹਾਡੇ ਚੰਗੇ ਲੱਗਣੇ ਉਦਾਂ ਦੇ ਦਿਖਾਉਣੇ ਆ। ਦਫਾ ਹੋਵੋ, ਦੋਵੇਂ ਪਿਓ ਪੁੱਤ ਠੱਗ ਕਿਸੇ ਥਾਂ ਦੇ। ਡੈਡੀ, ਹਾਲਾਤ ਮਾ। ਉਹ ਯਾਰ, ਬੰਨੀ ਰੱਖ, ਤੈਨੂੰ ਇਹਦਾ ਬੇਲਾ ਹੁੰਦਾ। ਡੈਡੀ ਸ਼ੁਭਦਾ। ਆ ਲੋ ਖੰਡਾ ਸਾਹਿਬ ਵੀ ਆ ਗਏ। ਕੱਲ ਊਸ਼ਾ ਭੈਣ ਜੀ ਦੱਸ ਰਹੇ ਸੀ ਕਿ ਕਿਰਨਾਂ ਨੂੰ ਦੇਖਣ ਵਾਲੇ ਆ ਰਹੇ ਨੇ। ਨੀਟੇ ਨੇ ਤੇਰੇ ਵਾਸਤੇ ਸੂਟ ਲੱਗ ਕੱਢ ਕੇ ਰੱਖਿਆ ਹੋਇਆ। ਸੱਚੀ ਕਿਰਨਾ, ਜੇ ਮੇਰੀ ਭੈਣ ਹੁੰਦੀ ਨਾ ਸਕੀ, ਮੈਂ ਉਹੀ ਸੂਟ ਦੇਣਾ ਸੀ ਉਹਨੂੰ, ਤੈਨੂੰ ਵਿਖਾਉਣਾ। ਪਲੀਜ਼। ਯਸ਼ੋਮਤੀ ਮਈਆ ਸੇ ਬੋਲੇ ਨੰਦ ਲਾਲਾ, ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ। ਲਓ ਜੀ, ਮੈਨੂੰ ਤਾਂ ਕੁੜੀ ਬਹੁਤ ਪਿਆਰੀ ਲੱਗੀ, ਇਸੇ ਕਰਕੇ ਤੇ ਦੱਸ ਪਾਈ ਹੈ ਭੈਣ ਜੀ। ਕਿਰਨਾ ਤੇ ਇੰਨੀ ਪਿਆਰੀ ਹੈ, ਜਿਹੜੇ ਘਰ 'ਚ ਜਾਏਗੀ 4 ਚੰਨ ਲਗਾ ਦੇਗੀ। ਊਸ਼ਾ ਭੈਣ ਜੀ, ਸਾਡਾ ਵੀ ਇੱਕੋ ਇੱਕ ਮੁੰਡਾ ਹੈ ਤੇ ਸਾਨੂੰ ਘਰ ਸੰਭਾਲਣ ਵਾਸਤੇ ਇਹੋ ਜਿਹੀ ਕੁੜੀ ਚਾਹੀਦੀ ਹੈ। ਭੈਣ ਜੀ, ਇਹ ਘਰ ਵੀ ਇੰਨੀ ਸਾਂਭਿਆ ਹੋਇਆ। 7-8 ਸਾਲ ਦੀ ਸੀ ਜਦ ਇਹਦੀ ਮਾਂ ਦੁਨੀਆ ਤੋਂ ਚਲੀ ਗਈ, ਤਦ ਤੋਂ ਇਹੀ ਸਾਂਭ ਰਹੀ ਹੈ ਸਭ ਕੁਛ। ਭਰਾ ਜੀ, ਹੋਰ ਕੁਛ ਪੁੱਛਣਾ ਤਾਂ ਪੁੱਛ ਲਓ। ਦੇਖੋ ਜੀ, ਰਹਿਣਾ ਤਾਂ ਬੱਚਿਆਂ ਨੇ ਇਕੱਠੇ ਹੈ। ਦੀਪਕ ਬੇਟਾ, ਤੁਸੀਂ ਕੁਝ ਪੁੱਛਣਾ ਤਾਂ ਪੁੱਛ ਲਓ। ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਜੀ? ਐਮਏ। ਕਾਹਦੇ 'ਚ? ਇੰਗਲਿਸ਼। ਅਤੇ ਕਿਹੜੇ ਕਾਲਜ ਤੋਂ? ਦੇਵ ਸਮਾਜ ਕਾਲਜ। ਖੰਨਾ ਸਾਹਿਬ, ਇਹ ਬੇਟੀ। ਭਾਈ ਸਾਹਿਬ, ਬੋਲਣ 'ਚ ਥੋੜ੍ਹੀ ਤਕਲੀਫ ਹੈ, ਇਲਾਜ ਚੱਲ ਰਿਹਾ, ਡਾਕਟਰ ਨੇ ਕਿਹਾ ਛੇਤੀ ਠੀਕ ਹੋ ਜਾਏਗੀ। ਭਾਈ ਸਾਹਿਬ, ਮੈਂ ਕਹਿੰਦਾ ਪਹਿਲੇ ਇਲਾਜ ਹੀ ਕਰਵਾ ਲਓ। ਐਸੀ ਕਿਹੜੀ ਗੱਲ ਹੈ ਭਰਾ ਜੀ, ਤੁਸੀਂ ਕੁੜੀ ਵੱਲ ਦੇਖੋ, ਕਿੰਨੀ ਪੜ੍ਹੀ ਲਿਖੀ ਹੈ, ਦੋਵਾਂ ਦੀ ਜੋੜੀ ਕਿੰਨੀ ਸੋਹਣੀ ਲੱਗ ਰਹੀ ਹੈ, ਕਿੰਨਾ ਵਧੀਆ ਪਰਿਵਾਰ ਹੈ। ਇਹ ਤਾਂ ਮਾੜੀ ਮੋਟੀ ਸਮੱਸਿਆ ਹੈ, ਡਾਕਟਰ ਨੇ ਕਿਹਾ ਹੱਲ ਹੋ ਜਾਏਗੀ। ਊਸ਼ਾ ਭੈਣ ਜੀ, ਸਾਡੇ ਇੱਕੋ ਇੱਕ ਬੇਟਾ ਹੈ ਤੇ ਰਿਸ਼ਤੇਦਾਰ ਕੀ ਕਹਿਣਗੇ, ਕੀ ਪਤਾ ਨਹੀਂ ਲੈਣ ਦੇਣ ਦੇ ਚੱਕਰ ਦੇ ਵਿੱਚ ਅਸੀਂ ਇਹ ਰਿਸ਼ਤਾ ਕੀਤਾ। ਕੋਈ ਗੱਲ ਨਹੀਂ, ਤੁਸੀਂ ਪਹਿਲਾਂ ਬੇਟੀ ਦਾ ਇਲਾਜ ਕਰਵਾਓ ਤੇ ਬਾਕੀ ਸਮਝੌਤੇ ਤਾਂ ਉੱਪਰ ਵਾਲੇ ਦੇ ਲਿਖੇ ਹੁੰਦੇ ਆ। ਆ ਤੇਰੇ ਸਿਰ ਤੇ ਫੂਲ ਕਿੱਡਾ ਸੋਹਣਾ, ਨੀ ਕਿਤੇ ਇਹਦਾ ਤਾਂ ਨੀ ਗੁਮਾਨ ਜਿਹਾ ਕਰਦੀ, ਜਿਵੇਂ ਮੇਰੇ ਅੱਗੇ ਬੀਬਾ ਬੱਚਾ ਜਿਹਾ ਬਣੀ ਰਹਿਣੀ ਹੈ। ਜੇ ਬਾਕੀ ਸਾਰਿਆਂ ਨਾਲ ਵੀ ਰਵੇ ਤਾਂ ਕੀ ਜਾਂਦਾ ਤੇਰਾ? ਲੈ ਲੋ, ਮੈਂ ਜਿਹੜਾ ਲੰਬਰਦਾਰ ਦੇ ਘਰ ਚੱਲਿਆ,
आजा बेरे आजा चलिए फटाफट। ओए बापू जी चलो। ओए खाल पे होंदी। ठीक है चाचा। ले है दस है ता घोटे गया साग। चल पासे हो गया। चल उठ चल मैं दसा। आ वेखेदा ऐ ऐ करके ऐ चंगी तरह घोटना घुमा गए ऐदा। ठीक है चल कोठ हूँ चंगी तरह जिमें दसिया मैं। चल हाथ ना सड़ ली। चंगा चाची वे भोलिया अचार को बंबल रह गए से वटन वाले जे हाथ वटा दिता तो मैं हीरे के पापे दे ना झगे के बटन लाने वाले ला देव। अच्छा बंबल चाची हूँ तो मेरा भाई फिक्र करता होना भी भोला सुदेहा का गया हले तक मुड़िया नहीं पर तैं कड़ा नित नित कहना। चल फटा उरे पानी दे। ले ना है कौन छिंदी आ मेरी पिपल माजरी वाली ननान पूरी हो गई सी ना ओदी कुड़ी नी छिंदी। हाँ भोले ने ना दो फुलके ला दे मैं जरा अपना काम का लवा। है ठीक है तुसी सारे पिंड वाले दे इन्ना ही काम करते हो। लाहौर मैनू तो कल नाल दे पिंड मकडोने वाले भी कहिंदे सी भी भोलिया साडा भी हथ वटा जा कर। अच्छा तो फिर ल जवाब ही देना सी देता तोड़ के। मैं क्या भोले दे अपने पिंड दे काम ही नहीं मुकदे होर पिंडा दे काम करके मैं केड़ी जलदारी लैनी है। चल भाई हो गया तो मैं चलदा। ओ नहीं नहीं मैं रोटी पौनी आ। ओ ना भाई भाबी ने पता नहीं की कुछ बना के रखा होना आखे एको एक मेरा दौर है ना खावा ना तो झट मूह महसूस जहा कर लेंदी है निकाह जा। चंगा नहीं छिंदी भोला रोटी खा भी गया नहीं छेती। मामी जी मैं पूछा सी वह कहता घर जाके खाऊ बह जाओ। नहीं वह बेचारे का केड़ा घर जमदे का प्यो मर गया मसी सत्त अठ कु साल का सी कि माँ गुजर गई सिदरा तो शुरू तो सी पढ़िया पुढ़िया एक अखर नहीं उत्तों भरजाई आई तो उन्हें जमीन के लालच में इन्हों घरों ही कढ़ता। आखे बाई गुस्से होऊ भाभी रोटी बना के उड़ीकदी होऊ पता नहीं यहो जी गल्लां करके केड़े दिल नूं तरवासे दिंदा रहिंदा। मामी जी फिर तो बड़ी गलती होगी मैथों। वड्डी गलती होई है वेख पैसा धेला बेचारा किसी तो लैंदा नहीं मोह दा मारिया रोटी टुकली सारे पिंड दे कम सवारदा फिरदा। बोले ओ तू साडे लई किन्ना कुछ करदा है तेरा देण असीं किवें देवांगे। ओ चाबी जदों तू है कहना उन्हां ना पक्का पुट्ठी गल करदा उन्हां। ओ ना बोले वीर मैं तां ऐ कह रिहा जे तू भी पढ़ना लिखना सीख जाए है। ओ ना यार जदों पढ़ाई लिखाई बिना वधिया लंघी जांदी है फिर मैं हुण औखे कदली होणा। ओ असीं सौखे हो जांगे। अच्छा ओ किवें ओए ओ इहदे कहण दा मतलब है स्कूलों जिहड़ा घर दा काम मिलू ओ तू कर दिया करी। ओ ना भाई हाँ काम बड़ा औखा मेरे लई मैनू तां तुसीं ना अपने मास्टर नूं पुछ के ओहदे घर दे चार काम दस दिओ जो ओहदे बदले थोड़ी कोई रात करदा तां। बोले ओ तैनूं वीरे के साथे सी हां आखे वी भोला छेती गेड़ा मार के जावे पर वारी दा पंजाबो ताई गई सी ओ तू देख ली कोई ना बोले चले जा। हाँ भाई ओ मोखा कहंदा सी वीरे के साथे आ। आहो मैं ही सद्या सी। तुसी ना साडे पिंड च नवे हो भोले दा असूल आ कम ना सारयां दे वारी सिर करदा तुसी कम दस दो मैं वारी सिर आके कर दूंगा। कम कोई नहीं ए रोटी खान नु बुलाया सी। ओ ना ना रोटी तां मैं घरे जाके खाऊं। भाभी तेरे नु सना देता सी बे भोला अज रोटी साडे आले खाऊगा ओ कहंदी सी कोई ना। चल खा ला। ਇਹ ਤੇ ਕਿਉਂ ਨਾ ਚੋਪੜੀਆਂ ਕੀ ਗੱਲ ਚੋਪੜੀਆਂ ਨਹੀਂ ਪਸੰਦ। ਉਹ ਨਾ ਨਾ ਪਸੰਦ ਤਾਂ ਬਹੁਤ ਜ਼ਿਆਦਾ ਸ਼ੱਕਰ ਕਿਉਂ ਨਾ ਰੋਟੀ ਖਾਧੀ ਹੋ ਬੜੇ ਚਿਰ ਬਾਅਦ ਮੇਰੀ ਬੀਬੀ ਖਵਾਉਂਦੀ ਹੁੰਦੀ ਸੀ ਮੈਨੂੰ ਬੜਾ ਪਿਆਰ ਕਰਦੀ ਸੀ ਮੇਰੀ ਬੀਬੀ ਮੈਨੂੰ। ਚੰਗਾ ਜੀ ਮੈਂ ਚੱਲਦਾ। ਓ ਕੀ ਗੱਲ ਸਵਾਦ ਨਹੀਂ ਲੱਗੀ
ਉਹਨਾਂ ਸਵਾਦ ਤਾਂ ਬਹੁਤ ਹੈ। ਉਹ ਦਰਅਸਲ ਗੱਲ ਹੋਰ ਹੈ, ਮੈਂ ਨਿੱਕਾ ਹੁੰਦਾ ਨਾ ਬੜਾ ਸ਼ਰਾਰਤੀ ਹੁੰਦਾ ਸੀ, ਬੜਾ ਸਤਾਉਣਾ ਮੈਂ ਬੀਬੀ ਨੂੰ, ਅਤੇ ਹੁਣ ਰੋਟੀ ਖਾਊਂਗਾ ਸ਼ੱਕਰ ਘਿਓ ਨਾਲ ਅਤੇ ਬੀਬੀ ਦੀ ਯਾਦ ਆਊਗੀ। ਉਹਨੇ ਹਿਚਕੀਆਂ ਲੈਂਦੀ ਨੇ ਕਹਿਣਾ ਭੋਲਾ ਮੈਨੂੰ ਸੁਰਗਾਂ 'ਚ ਵੀ ਚੈਨ ਨਹੀਂ ਲੈਣ ਦਿੰਦਾ। ਚੰਗਾ ਡੈਡੀ ਪੈਸੇ ਦਿਓ, ਮੈਂ ਬੈਂਗਲ ਸੈਰੇਮਨੀ 'ਤੇ ਜਾ ਕੇ ਆਉਣਾ। ਕਿਉਂ, ਸੈਰੇਮਨੀ ਵਾਲਿਆਂ ਨੇ ਟਿਕਟ ਰੱਖੀ? ਡੈਡੀ ਮੇਰੀ ਸਹੇਲੀ ਦੀ ਸੈਰੇਮਨੀ ਆ। ਜੇ ਸ਼ਗਨ ਹੁਣ ਪਾਣੀ ਲੱਗੀ ਆ ਨਾ ਤਾਂ ਲੱਗਦੇ ਹੱਥੀਂ ਕੈਟਰਿੰਗ ਦੀ ਵੀ ਗੱਲ ਕਰ ਲਈ। ਡੈਡੀ ਮੇਰੀ ਸਹੇਲੀ ਨੂੰ ਕਿੱਦਾਂ ਕਹਿਦਾ ਕਿ ਕੈਟਰਿੰਗ ਕਰਾ ਲਓ ਸਾਡੇ ਤੋਂ? ਇੱਦਾਂ ਹੱਥ ਜੋੜ ਕੇ ਕਹਿ ਦੀ ਸਾਡੇ ਤੋਂ ਕੈਟਰਿੰਗ ਕਰਾ ਲਓ ਜੀ। ਹਾਂ ਹਾਂ ਹਾਂ, ਵੈਰੀ ਫਨੀ। ਰਹਿਣ ਦਿਓ ਤੁਸੀਂ, ਮੰਮਾ ਤੁਸੀਂ ਦਿਓ ਯਾਰ। ਕਿੰਨੇ ਚਾਹੀਦੇ ਨੇ? 1100। ਤੂੰ ਸ਼ਗਨ ਪਾਉਣਾ ਕਿ ਆਪਣੇ ਡੈਡੀ ਨੂੰ ਦੌਰਾ ਪਾਉਣਾ? ਮੰਮੀ 1100 ਚ ਆਉਂਦੇ ਕੀ ਅੱਜ ਕੱਲ੍ਹ? 100-100 ਦੇ 11 ਨੋਟ ਆਉਂਦੇ ਆ, ਘੱਟ ਹੁੰਦੇ? ਚੱਲ ਦੇ ਦੂੰਗਾ ਮੈਂ, ਨਾਲੇ ਸਕੂਟਰ ਤੇ ਛੱਡ ਆਊਂਗਾ, ਆਂਦਾ ਹੋਇਆ ਬੇਸਣ ਵੀ ਚੱਕ ਲਿਆਊਂਗਾ। ਛੇਤੀ ਆ ਜੀ ਪੁੱਤ, ਆ ਜਾ ਮੇਰਾ ਪੁੱਤ। ਚੰਗਾ ਫਿਰ, ਜਿਸ ਹਿਸਾਬ ਨਾਲ ਲੜੀਆਂ ਲੋੜੀਆਂ ਲਾ ਰਹੇ ਹੈ ਵਿਆਹ ਤਾਂ ਤਕੜਾ ਹੀ ਕਰਨਗੇ। ਫਿਰ ਤੂੰ ਕਰ ਲਈ ਉਹ ਗੱਲ ਕਿਹੜੀ? ਉਹੀ ਡੈਡੀ ਮੈਨੂੰ ਲੈਣ ਆ ਜਾ। ਚੰਗਾ ਫੋਨ ਕਰੂ ਮੈਂ, ਚਲ ਜਾਓ। ਓਕੇ ਬਾਏ। ਆ ਦੇਖੋ ਜੀ, ਇੱਕ ਤਾਂ ਇੱਕ ਚੀਜ਼ ਹੈ, ਆ ਕੁੜੀ ਦੀ ਮਾਸੀ ਲਈ, ਆ ਕੁੜੀ ਦੀ ਚਾਚੀ ਲਈ। ਅਰਲੀ ਕਿੱਦਾਂ? ਮਿਸ਼ਰੀ ਤੇਰੀ ਵੇਟ ਕਰ ਰਹੇ ਸੀ। ਆਂਟੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ, ਪੁੱਤ ਮੰਮੀ ਡੈਡੀ ਨੂੰ ਵੀ ਲੈ ਆਂਦੀ? ਨਹੀਂ ਉਹ ਬਿਜ਼ੀ ਸੀ ਥੋੜੇ। ਲੱਗਦਾ ਤੇ ਟੱਬਰ ਬਾਰੇ ਪਤਾ ਨਹੀਂ ਆਂਟੀ ਨੂੰ, ਤਾਂ ਹੀ ਸਤੀ ਜਾਂਦੀ। ਮਿਸ਼ਰੀ ਆ ਸੂਟ ਦੇਖ ਕਿੱਦਾਂ। ਹਾਂ ਘਰ ਘਰ ਬਾਣ ਨੂੰ ਠੀਕ ਆ। ਮੈਂ ਤਾਂ ਵਿਆਹ ਲਈ ਦੇਖ ਰਹੀ ਹਾਂ। ਅੱਛਾ ਵਿਆਹ ਨੂੰ? ਹਾਂ ਫਿਰ ਤੂੰ ਬਜਾਜ ਕਲੋਥ ਹਾਊਸ ਵਾਲਿਆਂ ਨੂੰ ਬੁਲਾਉਣਾ ਸੀ। ਨਹੀਂ ਨਿਰਮਲ ਅੰਕਲ ਤੋਂ ਲੈ ਲੈਂਦੇ ਆਪਾਂ, ਇਹ ਨੇਹਾ ਪ੍ਰੀਤੀ ਰੇਨੂੰ ਸਾਰਿਆਂ ਦੇ ਵਿਆਹ ਦੇ ਉੱਥੋਂ ਹੀ ਆਏ ਸੀ। ਇਹ ਤਾਂ 100-100 ਰੁਪਏ ਵਾਲੇ ਸੂਟ ਨੇ ਬੇਟੀ। ਤੂੰ ਹਲੋ ਆਈ 100-100 ਵਾਲੇ ਸੂਟ ਕਰੇ ਤੋ ਸਹੀ। ਥੈਂਕ ਗੋਡ ਤੁਸੀਂ ਤੋਂ ਆ ਗਈ। ਮੰਮੀ ਮੈਂ ਤੁਹਾਨੂੰ ਕਿਹਾ ਸੀ ਨਾ ਕਿਸੇ ਹੋਰ ਨੂੰ ਬੁਲਾ ਲਓ। ਤੇ ਮੈਂ ਕਦੋਂ ਨਾ ਕੀਤੀ ਸੀ ਪੁੱਤ, ਹੁਣ ਬੁਲਾ ਲਓ। ਆਂਟੀ ਜੀ ਆਂਟੀ ਜੀ, ਮੈਂ ਕੱਲਾ ਕੱਲਾ ਸੂਟ ਦਿਖਾਤਾ, ਸਾਰੇ ਤੁਸੀਂ ਸਿਲੈਕਟ ਕੀਤੇ, ਐਂ ਕਿਉਂ ਕਰਦੇ ਹੋ? ਨੀਟੇ ਪੁੱਤ ਤੇਰੇ ਤੋਂ ਸੂਟ ਫੇਰ ਕਦੀ ਦੇਖ ਲਾਂਗੇ, ਮੇਰੀ ਗੁਰਲੀਨ ਨੂੰ ਪਸੰਦ ਨਹੀਂ ਆਏ। ਚੱਲ ਕੋਈ ਨਹੀਂ ਆਂਟੀ, ਚੱਲ ਵੀ ਕਰ ਲਾ ਇਕੱਠੇ। ਚੱਲ ਚੱਲੀਏ। ਆ ਜਾ ਇੱਕ ਮਿੰਟ। ਇਹ ਗੁਲਾਬੀ ਵਾਲਾ ਦਿਖਾਇਓ। ਆਹੋ ਆ ਗੁਲਾਬੀ ਵਾਲਾ, ਆਹੀ ਤਾਂ ਤੁਹਾਨੂੰ ਮੈਂ ਕਹਿ ਰਹੀ ਸੀ। ਹਾਂ ਹੋਰ ਮੰਗਵਾ ਲਓ ਆਂਟੀ, ਕੋਈ ਚੱਕਰ ਨੀ। ਦੂਰ ਖੜਾ ਖੜਾ ਕਾਤੋਂ ਜਾਣੇ ਸੰਗੀ ਵੇ, ਮੈਂ ਮੇਰੇ ਮਾਪਿਆਂ ਤੇਰੇ ਨਾ ਮੰਗੀ ਵੇ, ਮੈਂ ਮੇਰੇ ਮਾਪਿਆਂ ਤੇਰੇ ਨਾ ਮੰਗੀ ਵੇ। ਦੂਰ ਖੜਾ ਖੜਾ ਕਾਤੋਂ ਜਾਣੇ ਸੰਗੀ ਵੇ, ਮੈਂ ਮੇਰੇ ਮਾਪਿਆਂ ਤੇਰੇ ਨਾ ਮੰਗੀ ਵੇ। ਵੇ ਤੂੰ ਮੁੰਡਿਆਂ ਚ ਮੋਰੀ, ਮੈਂ ਵੀ ਕੁੜੀਆਂ ਚ ਟੋਰੀ, ਮੁੰਡਿਆਂ ਚ ਮੋਰੀ ਮੈਂ ਵੀ ਕੁੜੀਆਂ ਚ ਟੋਰੀ, ਵੇ ਤੂੰ ਮੁੰਡਿਆਂ ਚ ਮੋਰੀ, ਮੈਂ ਵੀ ਕੁੜੀਆਂ ਚ ਟੋਰੀ। ਆ ਜਾ ਬੋਲੀਆਂ ਪਾਈਏ ਆੜੇ ਆੜ ਕੇ, ਵੇ ਲੈ ਜੱਟਾ ਖਿੱਚ ਸੈਲਫੀ, ਜੱਟੀ ਨੱਚੂਗੀ ਤੇਰੀ। ਨਾਨਕ ਘਰ ਦੀ ਸਪੋਰਟ, ਉਹ ਵੀ ਵਾਰੀ ਜਾਵੇ ਨੋਟ, ਖੁਸ਼ੀ ਬੋਲਦੀ ਹੈ ਉਹਦੇ ਸਿਰ
ਰਹਿਣ ਦੋ ਮੈਂ ਨਹੀਂ ਜਾਣਾ ਵੀ ਕੱਲੇ ਨੇ ਕੁੱਤੇ ਬਹੁਤ ਪੈਂਦੇ ਪਸੀ ਪਟਾਣੇ ਚ ਉਹ ਗੱਲ ਸੁਣ ਨੀਟੇ ਹਾਂ ਤੂੰ ਗਿਆ ਨੀ ਹਲੇ ਆ ਪੇਮੈਂਟ ਲੈਣੀ ਸੀ ਮੈਂ ਬਾਪੂ ਨੇ ਵੜਨੀ ਸੀ ਦੇਣਾ ਘਰੇ ਮੈਨੂੰ ਅੱਛਾ ਤੂੰ ਬੱਸੀ ਪਟਾਣੇ ਚੱਲੇ ਹਾਂ ਮਿਸ਼ਰੀ ਨੂੰ ਲੈ ਜਾਏਗਾ ਇਹਦੇ ਸਰਵੈਂਟ ਨੇ ਜਾਣਾ ਹੋਣਾ ਨਾ ਅਸੀਂ ਸਕੂਟਰ ਸਰਵੈਂਟ ਲਈ ਥੋੜ੍ਹੀ ਲਿਆਈ ਸਜਣਵਾ ਬੈਰੀ ਹੋ ਗਏ ਹਮਾਰ ਅਰੇ ਚਿੱਟੀਆ ਤੋ ਹਰ ਕੋਈ ਬਾਜੇ ਬਾਗ ਨਾ ਬਾਜੇ अरे दो बार कुत्ता दौड़ा के काट लिया चार डॉक्टर कहिंदे पानी सेहत लई ठीक हुंदा आ लै फिर पंज दुध ते जाग कट्ठे पर मैं दही नहीं जम्मन देना महल्ले दी कोई इज्जत आ हैलो थैंक यू ਮਿਸ਼ਰੀ ਡਾਂਸ ਬਹੁਤ ਸੋਹਣਾ ਕਰਦੀ ਆ ਤੂੰ ਪਤਾ ਮੈਨੂੰ ਇੱਕ ਗੱਲ ਹੋਰ ਭਾਵੇਂ ਸ਼ਰਾਰਾ ਤੂੰ ਮੇਰੀ ਦੁਕਾਨ ਤੋਂ ਨਹੀਂ ਲਿਆ ਪਰ ਪੱਬ ਦਾ ਬਹੁਤ ਹੈ ਤੇਰੇ ਤੇ ਮਿਸ਼ਰੀ ਇਹ ਸ਼ਰਾਰਾ ਬਹੁਤ ਜੱਚਦਾ ਹੈ ਤੇਰੇ ਤੇ ਸੋਹਣੀ ਲੱਗਦੀ ਹੈ ਮਿਸ਼ਰੀ ਹਾਂ ਤੇਰੇ ਪਿਓ ਨੇ ਪੈਸੇ ਦੇਣੇ ਆ ਜਾਂ ਥਾਣੇ ਜਾਣਾ ਹੈ ਯਾਰ 6 ਮਹੀਨੇ ਹੋ ਗਏ ਮੈਨੂੰ ਫੋਨ ਕਰਦੇ ਨੂੰ ਨਾ ਫੋਨ ਚੱਕਦਾ ਨਾ ਦੁਕਾਨ ਤੇ ਆਉਂਦਾ ਜਾ ਯਾਰ ਮਿਸ਼ਰੀ ਇਸੇ ਕੋਈ ਗੱਲ ਕਰਨੀ ਸੀ ਹਾਂ ਹਾਂ ਗੱਲਾਂ ਵੀ ਕਰਦੇ ਆ ਰਾਤੀ ਕੁਝ ਰੇਲੇ ਦਾ ਆਰਡਰ ਆ ਆਜੋ 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 ਛੇਤੀ ਛੱਲੋ ਥੈਂਕ ਯੂ ਫੜਾਓ ਜੀ ਚਲੋ ਮੁੜਿਓ ਚਲੋ ਹਾਂ ਗੁਲੂ ਤੂੰ ਹਰ ਲੱਡੂ ਵੱਟ ਓਏ ਯਾਰ ਮੈਂ ਪਹਿਲਾਂ ਮਹੱਲੇ 'ਚ ਦੁੱਧ ਭੁਗਤਾਵਾਂ ਪਹਿਲਾਂ ਮਹੱਲੇ ਦੀਆਂ ਗਾਜਰਾਂ ਤਾਂ ਭੁਗਤਾ ਲਾ ਅੱਛਾ ਬਸ ਆਹੀ ਕੰਮ ਰਹਿ ਗਿਆ ਸੀ ਤੇਰੇ ਪਿਓ ਦੇ ਨੌਕਰ ਆ ਨਾ ਕੀ ਪਹਿਲਾਂ ਫੋਨ ਰੀਚਾਰਜ ਕਰਾ ਲਓ ਬਾਅਦ 'ਚ ਪੈਸੇ ਉਡੀਕੀ ਚੱਲੋ ਮਿਸ਼ਰੀ ਅਸੀਂ ਕੋਈ ਗੱਲ ਕਰਨੀ ਸੀ ਉਹ ਮੈਨੂੰ ਪਤਾ ਤੁਸੀਂ ਨੀਟੇ ਦੀ ਗੱਲ ਕਰਨ ਆਏ ਹੋ ਨਾ ਯਾਰ ਆਈ ਸੀ ਮੈਂ ਉਹਦੇ ਨਾਲ ਸਕੂਟਰ ਤੇ ਬਹਿ ਕੇ ਇੰਨੀ ਟੈਨਸ਼ਨ ਕਾਹਦੀ ਲੈ ਜਾਂਦੇ ਹੋ ਤੁਸੀਂ ਹੁਣ ਤਾਂ ਵੇਚ ਕੇ ਖਾ ਜੂੰਗਾ ਕਿਸੇ ਦਿਨ ਯਾਰ ਮੈਂ ਕੀ ਕਹਿਣਾ ਆਪਾਂ ਨਾ ਇੱਕ ਵਟਸਐਪ ਗਰੁੱਪ ਬਣਾਉਂਦੇ ਹਾਂ ਸਹੀ ਗੱਲ ਹੈ ਜੇ ਮਿਸ਼ਰੀ ਨੂੰ ਕੋਈ ਪ੍ਰੋਬਲਮ ਆਈ ਤਾਂ ਸਾਨੂੰ ਉੱਥੇ ਵਟਸਐਪ ਕਰ ਸਕਦੀ ਹੈ ਨਹੀਂ ਆਈਡੀਆ ਤਾਂ ਚਲੋ ਤੁਹਾਡੇ ਠੀਕ ਹੈ ਪਰ ਮੈਨੂੰ ਲੱਗਦਾ ਨਹੀਂ ਮੈਨੂੰ ਕੋਈ ਪ੍ਰੋਬਲਮ ਆਊਗੀ ਨਾਲੇ ਚਮਨ ਦੇ ਮੁੰਡੇ ਨੇ ਕੋਈ ਦਿਨ ਪੰਜ ਕੀਤੀ ਨਾ ਲੱਡੂ ਮਾਰ ਕੇ ਸਿਰ ਪਾੜ ਦੂੰਗਾ ਤਾਂ ਮੈਂ ਲੱਡੂ ਦਾ ਭਰਾ ਸਿਰ ਪਾੜ ਜਾਂਦਾ ਇਹਨਾਂ ਵਾਲੇ ਲੱਡੂ ਨਾਲ ਪਾੜ ਜਾਂਦਾ ਪਲਾਟ ਦੀ ਲਿਸਟ ਆਲੋ ਜੀ ਬਣਾਏ ਤੇ ਚਾਦਰਾਂ ਕਰੀਬਨ ਆਪਣੇ ਸਾਰੇ ਵਪਾਰ ਮੰਡਲ ਦੇ ਮੈਂਬਰ ਆਜੋ ਜੀ ਆਜੋ 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 ਬੈਠੋ ਬੈਠੋ ਹਾਂਜੀ ਪੰਡਾ ਜੀ ਨਮਸਤੇ ਜੀ ਹਜੇ ਕੈਸ਼ੀਅਰ ਸਾਹਿਬ ਤਾਂ ਆਏ ਨਹੀਂ ਉਹਨਾਂ ਨੂੰ ਸੁਨੇਹਾ ਵੀ ਕੱਲਿਆ ਸੀ ਕੈਸ਼ੀਅਰ ਨੂੰ ਸੁਨੇਹਾ ਨਹੀਂ ਐਂਬੂਲੈਂਸ ਭੇਜਿਆ ਕਰੋ ਬੈਠੋ ਬੈਠੋ ਆ ਪਠਾਨ ਜੀ ਚਲੋ ਆਪਣੇ ਜਗਰਾਤੇ ਦਾ ਬਜਟ ਪੇਸ਼ ਕਰੋ ਆਜੋ ਹਾਂਜੀ ਸਾਬਕਾ ਪ੍ਰਧਾਨ ਜੀ ਫਿਰ ਇਜਾਜ਼ਤ ਹੈ ਇਜਾਜ਼ਤ ਨਾ ਵੀ ਦਵਾਂ ਫਿਰ ਬੜਾ ਟੁੱਟਣ ਵਾਲਾ ਸੀ ਇਹਨਾਂ ਨੇ ਕਹਿਤਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਵਪਾਰ ਮੰਡਲ ਦੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੇਰੀ ਕਾਬਲੀਅਤ ਨੂੰ ਪਛਾਣਦੇ ਹੋਏ ਮੈਨੂੰ ਦੁਬਾਰਾ ਪ੍ਰਧਾਨ ਬਣਾਇਆ ਤੇ ਕਾਬਲੀਅਤ ਨੂੰ ਤੁਸੀਂ ਪਾਣੀ 'ਚ ਸਮੋਸੇ ਤਲ ਲੈਂਦੇ ਹੋ ਭੈਣ ਜੀ ਆਹ ਕਾਬਲੀਅਤ ਹੈਗੀ ਹੈ ਇਹਦੇ 'ਚ ਮੈਂ ਮੰਨਦਾ ਲੋਕਾਂ ਨੇ ਭਾਵੇਂ ਇਹਨੂੰ ਦੁਬਾਰਾ ਪ੍ਰਧਾਨ ਚੁਣਿਆ ਪਰ ਇੱਕ ਦਿਨ ਪਛਤਾਉਣਗੇ ਮੈਂ ਦੱਸਦਾ ਪਛਤਾ ਤਾਂ ਹੁਣ ਵੀ ਰਹੇ ਨੇ ਲਾਹੌਰ ਵਾਲੇ ਰੋਜ਼ ਫੋਨ ਕਰਕੇ ਪੁੱਛਦੇ ਐ ਦੁਸ਼ਹਿਰੇ ਤੇ ਰਾਵਣ ਦੀ ਆਵਾਜ਼ ਨਹੀਂ ਨਿਕਲੀ ਕੀ ਗੱਲ ਰਾਵਣ ਗਲ ਘੁੱਟ ਕੇ ਮਾਰਤਾ ਲੋ ਹੋ ਗਏ ਸ਼ੁਰੂ ਛੇਤੀ ਛੇਤੀ ਗੱਲ ਨਿਬੇੜੋ ਮੇਰੀ ਅੱਜ ਕਮੇਟੀ ਵੀ ਨਿਕਲਣੀ ਹੌਸਲਾ ਰੱਖੋ ਅਜੇ ਤਾਂ ਇਹਦਾ ਜਲੂਸ ਨਿਕਲਣਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਹਿੰਗਾਈ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਇਸ ਕਰਕੇ ਮੈਂ ਮੋਟਾ ਮੋਟਾ ਜਿਹਾ ਹਿਸਾਬ ਲਾਇਆ ਕਿ ਜਗਰਾਤੇ ਤੇ ਐਤਕੀ 7 ਲੱਖ ਰੁਪਏ ਦਾ ਖਰਚਾ ਆਏਗਾ ਓਏ ਦੱਸ ਵੀ ਤਾਂ ਸਹੀ 7 ਲੱਖ ਰੁਪਇਆ ਖਰਚਣਾ ਕਿੱਥੇ ਕਿੱਥੇ ਆ ਹੁਣ ਨਿੱਕੀ ਨਿੱਕੀ ਚੀਜ਼ ਦਾ ਹਿਸਾਬ ਦਿਆਂ ਮੈਂ ਤੈਨੂੰ ਛੋਲੇ ਪੂਰੀਆਂ ਦਾ ਪ੍ਰਸ਼ਾਦ ਬਣਾਉਣਾ ਹੈ ਕਾਲੇ ਛੋਲਿਆਂ ਦਾ ਭਾਅ ਪਤਾ ਹੈ ਤੈਨੂੰ ਕਿੰਨਾ ਹੋ ਗਿਆ ਕੀ ਗੱਲ ਕਾਲੇ ਛੋਲੇ 7 ਲੱਖ ਰੁਪਏ ਤੋਲਾ ਵਿਕਦੇ ਆ
ਉਹ ਜੇ ਗੜਬੜ ਕਰਨੀ ਵੀ ਹੋਵੇ ਨਾ ਤਾਂ ਪਹਿਲਾਂ ਪਲਾਨ ਬਣਾਉਣੀ ਪੈਂਦੀ ਆ। ਮੈਂ ਸਭ ਕੁਛ ਦਾ ਜੀ ਪਲਾਨ ਬਣਾਇਆ ਹੋਇਆ। ਦੇਖੋ ਕੜਾ ਪ੍ਰਸ਼ਾਦ, ਛੋਲੇ, ਪੂਰੀਆਂ, ਨਾਰੀਅਲ, ਬਦਾਮ, ਅਖਰੋਟ, ਚੁੰਨੀਆਂ, ਇਹ ਸਾਰਾ ਕੁਛ ਮਿਲਾ ਕੇ 1 ਲੱਖ ਦਾ ਖਰਚਾ ਆਉਂਦਾ ਹੈ। ਤੇ 1 ਲੱਖ ਤੋਂ ਘੱਟ ਪੰਡਾਲ ਕੀ ਬਣੇਗਾ ਦੱਸੋ? 1 ਲੱਖ ਦਾ ਪ੍ਰਸ਼ਾਦ, 1 ਲੱਖ ਦਾ ਪੰਡਾਲ, ਬਾਕੀ 5 ਲੱਖ। ਇਕੱਲੇ ਪੰਡਾਲ ਤੇ ਪ੍ਰਸ਼ਾਦ ਨਾਲ ਹੋ ਜਾਂਦਾ ਹੈ ਜੇਕਰ ਤਾਂ? ਪੇਟਾ ਬਾਬੂ ਚਮਨ ਲਾਲ ਚੰਚਲ ਜੀ ਕਹਿਣਗੇ ਕਿ ਊਸ਼ਾ ਨੂਰਾ ਜੀ ਗਾਉਂਗੇ। ਤੂੰ ਬੜਾ ਜਗਰਾਤੇ ਚ ਮਾਸਟਰ ਸਲੀਮ ਸੱਦਣ। ਹਾਂ ਮਾਸਟਰ ਸਲੀਮ ਹੀ ਆ ਰਿਹਾ। ਰਾਤੀ ਮੈਨੂੰ ਵਧਾਈਆਂ ਦਾ ਫੋਨ ਆਇਆ ਉਹਨਾਂ ਦਾ ਤੇ ਕਹਿਣ ਲੱਗਿਆ, ਨੇਜਾ ਸਾਹਿਬ ਬਹੁਤ ਖੁਸ਼ੀ ਹੋਈ ਕਿ ਤੁਸੀਂ ਦੁਬਾਰਾ ਪ੍ਰਧਾਨ ਬਣ ਗਏ। ਬਸ ਗੱਲਾਂ ਗੱਲਾਂ ਦੇ ਵਿੱਚ ਮੈਂ ਜਗਰਾਤੇ ਦੀ ਵੀ ਗੱਲ ਕਰਤੀ। ਬ੍ਰਾਵੋ, ਜੇ ਸਲੀਮ ਆਉਂਦਾ ਫਿਰ ਤਾਂ 7 ਲੱਖ ਦਾ ਬਜਟ ਜਾਇਜ਼। ਤੇ ਜੇ ਮਾਸਟਰ ਸਲੀਮ ਨਾ ਆਇਆ ਫਿਰ? ਫਿਰ ਪ੍ਰਧਾਨ ਦੀ ਪ੍ਰਧਾਨਗੀ ਗਈ। 1 ਲੱਖ ਰੁਪਏ ਦੀ ਗੱਲ ਕੀਤੀ ਆ ਭੈਣ ਜੀ, ਪਰ ਹੌਲੀ ਕੀਤੀ ਆ। ਮੈਨੂੰ ਲੱਗਦਾ ਪਿੱਛੇ ਕਿਸੇ ਨੂੰ ਸੁਣਿਆ ਨਹੀਂ, ਥੋੜਾ ਇੱਕ ਵਾਰੀ ਉੱਚੀ ਕਿਹੋ ਦੁਬਾਰਾ। ਜੇ 7 ਲੱਖ ਦੇ ਬਜਟ ਚ ਮਾਸਟਰ ਸਲੀਮ ਨਾ ਆਇਆ, ਸਮਝੋ ਪ੍ਰਧਾਨ ਦੀ ਪ੍ਰਧਾਨਗੀ ਜੈਕਾਰਾ ਸ਼ੇਰਾਂ ਵਾਲੀ ਦਾ। ਓ ਬ੍ਰਦਰ, ਸਲੀਮ ਜੀ ਨੂੰ ਕਹਿ ਵਿਆਹ ਦਾ ਪ੍ਰੋਗਰਾਮ ਨਹੀਂ ਹੈ, ਮਾਤਾ ਰਾਣੀ ਦੇ ਦਰਬਾਰ ਚ ਬਸ ਹਾਜ਼ਰੀ ਲਵਾਉਣੀ ਹੈ ਉਹਨਾਂ ਦੀ। ਹਾਂ ਹੈਲੋ ਹੈਲੋ ਅਮਰਿੰਦਰ, ਥੈਂਕ ਯੂ। ਕੀ ਹੋਇਆ ਡੈਡੀ, ਬਣੀ ਗੱਲ? ਗੱਲਾਂ ਤਾਂ ਹੁਣ ਬਣਨਗੀਆਂ ਜਦੋਂ ਸਲੀਮ ਨਹੀਂ ਆਊਗਾ। ਕਿਉਂ? ਹਾਂ 7 ਲੱਖ ਤੋਂ ਘੱਟ ਮੰਨੇ ਨਹੀਂ ਰਿਹਾ। ਅਰੇ ਸੇਠ ਜੀ, ਹੋ ਜਾਏਗਾ। ਅਬ ਉਹ ਕੰਮ ਕਰੀਏ ਨਾ ਜੋ ਬਹੁਤ ਅੱਛੇ ਸੇ ਕਰਤੇ ਹੈ। ਕੌਨ ਸਾ ਕੰਮ? ਅਰੇ ਪੈਰੋਂ ਮੈਂ ਪੜ੍ਹਨੇ ਵਾਲਾ। ਇੱਕ ਕੰਮ ਹੋਰ ਵੀ ਆਉਂਦਾ ਹੈ ਮੈਨੂੰ ਚੰਗੀ ਤਰ੍ਹਾਂ। ਕੌਨ ਸਾ ਸੇਠ ਜੀ? ਭਈਆ ਕੁੱਟਣ ਵਾਲਾ। ਤੂੰ ਆਪਣਾ ਕੰਮ ਕਰ, ਨਹੀਂ ਮਾਰ ਖਾਏਗਾ ਮੈਥੋਂ। ਉਫ ਡੈਡੀ, ਹੋ ਜਾਊ ਕੰਮ। ਤੁਸੀਂ ਜਗਰਾਤੇ ਦੀ ਰਸੀਦ ਬੁੱਕ ਮੈਨੂੰ ਦਿਓ, ਜਿੰਨੇ ਪੈਸੇ ਕੱਟਣਗੇ ਮੈਂ ਪੂਰੇ ਕਰਾਂਗਾ। ਆ ਲੈ ਫੜੋ, ਆਣਾ ਜ਼ਰੂਰ। ਹਾਂ ਜੀ, ਜੈ ਮਾਤਾ ਦੀ। ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ। ਥੈਂਕ ਯੂ ਜੀ, ਜੈ ਮਾਤਾ ਦੀ, ਜੈ ਮਾਤਾ ਦੀ। ਆਣੇ ਆ? ਹਾਂ ਜ਼ਰੂਰ ਆਵਾਂਗੇ। ਜੈ ਮਾਤਾ ਦੀ, ਜੈ ਮਾਤਾ, ਜੈ ਮਾਤਾ ਦੀ। ਸੇਬ ਕੀ ਭਾਅ ਲਾਇਆ ਬਈ? 100 ਰੁਪਏ। ਕੀ ਗੱਲ, ਸ਼ਗਨਾਂ ਦੇ ਆ? 100 ਰੁਪਏ ਕੱਚੇ ਪਹਿਲੇ ਤਾਂ ਚੱਕੀ ਫਿਰਦਾ। ਅਨਾਰ ਕੀ ਭਾਅ ਨੇ? ਮੈਂ ਨਹੀਂ ਦੱਸਦਾ, ਤੂੰ ਮਾਰੋਗੇ। ਨਮਸਤੇ ਭਰਾ ਜੀ। ਓਹ ਊਸ਼ਾ ਭੈਣ ਜੀ, ਨਮਸਕਾਰ। ਨਮਸਕਾਰ, ਤੁਹਾਡੇ ਵਾਲੀ ਚੱਲੀ ਸੀ, ਚੰਗਾ ਹੋਇਆ ਤੁਸੀਂ ਰਾਹ ਚ ਮਿਲ ਗਏ। ਹਾਂਜੀ ਹਾਂਜੀ, ਦੱਸੋ। ਉਹ ਨੀਟੇ ਦੇ ਰਿਸ਼ਤੇ ਦੀ ਗੱਲ ਕੀਤੀ ਸੀ ਨਾ ਮੈਂ ਐਨਆਰਆਈ, ਉਹ ਕੱਲ ਆ ਰਹੇ ਨੇ ਫਕੀਰ ਚੰਦ ਹੁਣਾਂ ਦੇ ਭੋਗ ਤੇ। ਸੱਚੀ? ਹਾਂ, ਕੱਲ ਨਾ ਤੁਸੀਂ ਨੀਟੇ ਨੂੰ ਲੈ ਕੇ ਉੱਥੇ ਹੀ ਆ ਜਾਓ, ਭੋਗ ਤੋਂ ਬਾਅਦ ਮੁੰਡੇ ਕੁੜੀ ਨੂੰ ਝਾਤੀ ਮਰਵਾ ਦਿੰਨੇ ਉੱਥੇ ਹੀ। ਭੋਗ ਤੇ ਦੇਖ ਦਿਖਾਈ। ਕਹਤੇ ਹੈ ਆਤਮਾ ਪਰਮਾਤਮਾ ਕਾ ਰੂਪ ਹੋਤੀ। ਡੈਡੀ, ਡੈਡੀ ਮੈਂ ਕਹਿੰਦਾ ਇੱਕ ਵਾਰੀ ਫੇਰ ਸੋਚ ਲੋ, ਭੋਗ ਤੇ ਵਿਆਹ ਦੀ ਗੱਲ ਕਰਦੇ ਚੰਗੇ ਨਹੀਂ ਲੱਗਾਂਗੇ। ਬੇਟੇ ਜਦ ਤੇਰੇ ਸੰਯੋਗ ਹੀ ਭੋਗ ਤੇ ਲਿਖਿਆ, ਮੈਂ ਕੀ ਕਰ ਸਕਦਾ। ਜਲ ਜੁੱਤੀ ਕਿੱਥੇ ਖੋਲੀ? ਜਿੱਥੇ ਮਰਜ਼ੀ ਲਾ ਦੇ, ਨਾਲੇ ਵਿਆਹ ਤੇ ਚੱਕਦੇ ਹੁੰਦੇ ਆ, ਭੋਗ ਤੇ ਨਹੀਂ। ਮ੍ਰਿਤਯੂ ਕੇ ਪਸ਼ਚਾਤ ਆ ਜੋਗਰ ਜੀ ਕਿੱਥੋਂ ਆਏ ਨੇ? ਭੈਣ ਜੀ ਤੁਸੀਂ ਚੁੱਪ ਕਰਕੇ ਕਥਾ ਸੁਣੋ। ਮ੍ਰਿਤਯੂ ਕੇ ਬਾਅਦ ਹਮਾਰੀ ਆਤਮਾ 5 ਤੱਤਵੋਂ ਮੇਂ। ਊਸ਼ਾ ਜੀ ਕਿੱਥੇ ਹੋ ਜਾਤੀ ਹੈ? ਡੈਡੀ ਆਪਾਂ ਨੂੰ ਐਂ ਕਿਉਂ ਦੇਖੀ ਜਾਂਦੇ ਆ ਸਾਰੇ? ਯਾਰ ਚਮਨ ਲਾਲ ਸੱਚ ਦੇ ਵਾ ਕੋਈ ਛੋਟੀ ਮੋਟੀ ਫਰਮ? ਆਤਮਾ ਕਿੱਦਾਂ ਦੀਆਂ ਗੱਲਾਂ ਕਰਦਾ ਤੂੰ, ਪਹਿਲੀ ਵਾਰੀ ਆਇਆ ਲੱਗਦਾ। ਭਰਾ ਜੀ ਨਸ਼ਵਰ ਹੈ। ਭੈਣ ਜੀ ਬਹੁਤ ਬਹੁਤ ਅਫਸੋਸ ਹੋਇਆ। ਤੁਸੀਂ ਅਫਸੋਸ ਤਾਂ ਮੈਨੂੰ ਤੁਹਾਡੇ ਨਾਲ ਦੇਖ ਕੇ ਹੋਇਆ। ਇਹ ਕੀ ਫੈਂਸੀ ਡਰੈਸ ਪਾ ਕੇ ਆ ਗਏ? ਇੱਧਰ ਆਓ ਚਾਹ ਪਾਣੀ ਵਾਲੇ ਪਾਸੇ। ਤੁਹਾਡੇ ਵੱਲ ਦੇਖ ਕੇ ਕਿਤੇ ਭੋਗ ਤੇ ਬੈਠੇ ਲੋਕਾਂ ਦਾ ਹਾਸਾ ਨਾ ਨਿਕਲ ਜਾਵੇ। ਊਸ਼ਾ ਭੈਣ ਜੀ, ਮੰਨਿਆ ਬੁੜੇ ਦਾ ਭੋਗ ਆ, ਪਰ ਅਸੀਂ ਆਏ ਤਾਂ ਇੱਥੇ ਵਿਆਹ ਦੀ ਗੱਲ ਕਰਨ ਨਾ। ਐਨਆਰਆਈ ਆ ਗਏ? ਐਨਆਰਆਈ ਤੇ ਲੋਕੀ ਤੁਹਾਨੂੰ ਸਮਝੇ ਜਾਂਦੇ। ਇਹ ਕੀ ਜਲੂਸ ਕੱਢਿਆ ਦੋਵਾਂ ਜਾਣੇ ਨੇ? ਤੁਰ ਪਏ ਨੇ ਏਅਰਪੋਰਟ ਤੋਂ ਪਹੁੰਚਣ ਵਾਲੇ ਨੇ। ਕੁਛ ਖਾ ਪੀ ਲਓ ਉਹਨਾਂ ਚਿਰ। ਤੁਸੀਂ ਕਿਹੜਾ ਘਰੋਂ ਕੁਛ ਖਾ ਕੇ ਆਏ ਹੋ? ਸਾਨੂੰ ਤਾਂ ਰਾਤ ਦਾ ਹੀ ਭੋਗ ਦਾ ਚਾਹ ਚੜਿਆ ਪਿਆ। ਪਕੌੜੇ ਬੜੇ ਸਵਾਦ ਆ ਬਈ। ਅਨੇਜਾ ਭਰਾ ਜੀ ਦੀ ਕੈਟਰਿੰਗ ਹੈ, ਮੈਂ ਕਰਾ ਕੇ ਦਿੱਤੀ। ਸਵਾਦ ਸਵਾਦ ਆ, ਦੇਖਦੇ ਕੀ ਹੋ।
ਇਹੋ ਜਿਹੇ ਮੌਕੇ ਤੇ ਕਹਿਣਾ ਹੀ ਪੈਂਦਾ ਹੁੰਦਾ ਵੀ ਸਵਾਦ ਆ। ਐਵੇਂ ਨੇ ਅੱਜ ਦਾ ਨਾਮ ਲੈਤਾ, ਚੰਗੇ ਭਲੇ ਡਫਰ ਐ। ਗੱਲਾਂ ਨਹੀਂ ਚੜ੍ਹ ਰਹੀ ਨੀ ਤੁਸੀਂ ਭਈ ਕਿਤੇ ਆ ਭਈਆ। ਮਿਸ਼ਰੀ ਤੂੰ ਵਿਆਹ ਲਿਖਿਆ ਆਇਆ ਨਾ ਇੱਥੇ, ਬਿਰਜੂ ਨੂੰ ਪਕੌੜੇ ਦੇਈ, ਛੇਤੀ ਛੇਤੀ ਖਾ ਤੇ ਨਿਕਲ, ਅਗਲਿਆਂ ਦਾ ਮਰਗ ਦਾ ਭੋਗਾ, ਜੇ ਫੜਿਆ ਗਿਆ ਨਾ ਲੱਤਾਂ ਤੋੜਨਗੇ ਸਿੱਧਾ। ਭੋਗ ਤੇ ਆਇਆ ਮੈਂ ਡੈਡੀ ਨਾਲ। ਹਾਂ ਉਹ ਤਾਂ ਦਿਸਦਾ, ਇਹ ਤਾਂ ਉਸ਼ਾ ਆਂਟੀ ਨੇ ਦੱਸ ਪਾਈ ਹੈ ਮੇਰੀ ਕਿਸੇ ਐਨ ਆਰ ਆਈ ਕੁੜੀ ਲਈ। ਹਾਏ ਹਾਏ, ਲੋਕੀ ਮਰਗ ਤੇ ਮਰੇ ਹੋਏ ਦਾ ਮੂੰਹ ਦੇਖਣ ਆਉਂਦੇ ਨੇ, ਤੁਸੀਂ ਕੁੜੀ ਦੇਖਣ ਆਏ ਹੋ। ਬੜੀ ਕਾਲੀ ਆ ਤੈਨੂੰ ਵਿਆਹ ਦੀ ਸੱਚੀ। ਮੈਨੂੰ ਕੋਈ ਕਾਲੀ ਨਹੀਂ ਹੈ ਮਿਸ਼ਰੀ, ਕਾਲੀ ਮੇਰੇ ਡੈਡੀ ਨੂੰ ਹੈ, ਨਾਲੇ ਫਿਰ ਬੰਦੇ ਨੂੰ ਵਿਆਹ ਟਾਈਮ ਨਾਲ ਕਰਾ ਲੈਣਾ ਚਾਹੀਦਾ। ਅੱਛਾ ਤੂੰ ਨਹੀਂ ਵੇਖਿਆ ਕੋਈ ਮੁੰਡਾ ਆਪਣੇ? ਮੇਰੇ ਵਾਸਤੇ ਡੈਡੀ ਲੱਭ ਦੇਣਗੇ। ਹੋ ਭੋਲੀਏ, ਜੇ ਆਪਣੇ ਡੈਡੀ ਦੇ ਭਰੋਸੇ ਬੈਠੀ ਰਹੀ ਨਾ ਸਾਰੀ ਜ਼ਿੰਦਗੀ ਮਰਗਾਂ ਦੇ ਪਕੌੜੇ ਹੀ ਤਲਦੀ ਰਹੇਗੀ। ਹੋ ਗਿਆ ਤੇਰਾ ਡੈਡੀ ਦਾ ਫੋਨ, ਲੱਗਦਾ ਕੁੜੀ ਵਾਲੇ ਆ ਗਏ। ਵਧਾਈਆਂ, ਜਾ ਵੱਜਾ ਫਿਰ, ਕੁੜੀ ਕਿਸੇ ਹੋਰ ਨੂੰ ਨਾ ਪਸੰਦ ਕਰ ਲੇ। ਆਲ ਦ ਬੈਸਟ। ਇਹੋ ਜਿਹੇ ਮੌਕੇ ਨਾ ਦੋਸਤੀ ਦੋਸਤ ਦੇ ਕੰਮ ਆਉਂਦਾ ਮਿਸ਼ਰੀ, ਨਾਲੇ ਇੱਥੇ ਤਾਂ ਫਿਰ ਤੂੰ ਮੇਰੀ ਦੋਸਤ ਹੈ। ਓ ਹੈਲੋ, ਆਪਾਂ ਦੋਸਤ ਕਦ ਤੋਂ ਹੋ ਗਏ? ਉਦਣ ਜਿੱਦਣ ਮੈਂ ਤੈਨੂੰ ਲਿਫਟ ਦਿੱਤੀ ਸੀ ਆਪਣੇ ਸਕੂਟਰ ਤੇ। ਫਿਰ ਮੈਂ ਕਿਸੇ ਖਾਸ ਨੂੰ ਆਪਣੇ ਸਕੂਟਰ ਦੇ ਪਿੱਛੇ ਬਿਠਾਉਣਾ ਮਿਸ਼ਰੀ। ਅੱਛਾ ਖਾਸ ਦੋਸਤ, ਫਿਰ ਤਾਂ ਉਹ ਕਰੀਆ ਬਿਆਰ ਹੀ ਖਾਸ ਦੋਸਤ ਹੈ, ਕਾਹੇ ਕਿ ਸਭ ਉਹ ਸਕੂਟਰ ਕੇ ਪਿੱਛੇ ਬੈਠਾ ਥਾ। ਤੂੰ ਆਪਦੇ ਪਕੌੜੇ ਤਾਲਾ ਚੱਪ ਕਰਕੇ। ਅੱਛਾ ਦੋਸਤ ਨਾ ਸਹੀ, ਤੂੰ ਤਾਂ ਕਿਸੇ ਦੁਸ਼ਮਣ ਨੂੰ ਵੀ ਮਾੜੀ ਸਲਾਹ ਨਾ ਦੇਵੇਂ ਕਦੇ। ਇੱਕ ਵਾਰੀ ਚੱਲ ਕੇ ਕੁੜੀ ਦੇਖ ਲੈ, ਮੈਨੂੰ ਸਲਾਹ ਹੀ ਦੇ ਦੇ ਵੀ ਕੁੜੀ ਮੇਰੇ ਨਾਲ ਜਸਦੀ ਵੀ ਹੈ ਕਿ ਨਹੀਂ। ਨਹੀਂ, ਉਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਮੈਨੂੰ ਕੁੜੀ ਵਾਲਿਆਂ ਨੂੰ ਸਲਾਹ ਦੇਣੀ ਚਾਹੀਦੀ ਹੈ ਮਿਸ਼ਰੀ। ਸਾਰੀ ਗੱਲ ਮੈਂ ਤੇਰੇ ਤੇ ਛੱਡੀ। ਹੁਣ ਤਾਂ ਭਾਜੀ ਜਲਦੀ ਕਾਰ ਬਿਹਾਰ ਨਿਬੇੜਨ ਦੀ ਕਰੋ, ਬੰਦੇ ਦਾ ਕੋਈ ਭਰੋਸਾ। ਸੋਰੀ, ਆ ਤੁਹਾਡੇ ਸਾਹਮਣੇ ਦੇਖ ਲੱਗਿਆ। ਲੋ ਨੀਟਾ ਵੀ ਆ ਗਿਆ, ਬੜਾ ਹੋਣਹਾਰ ਬੱਚਾ ਹੈ। ਬੇਟਾ ਆਸ਼ੀਰਵਾਦ ਲੈ। ਗੋਡ ਬਲੈਸ ਯੂ, ਗੋਡ ਬਲੈਸ ਯੂ। ਨਫਾਸਤ ਉਹਦੇ ਬੁੱਲਾਂ ਦੀ ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ ਹੋ ਫੁੱਲਾਂ ਦੀ ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ ਮਹਿਕ ਰੰਗ ਨਫਾਸਤ ਉਹਦੇ ਬੁੱਲਾਂ ਦੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ ਉਹ ਜਿੰਨੀ ਉਹਦੀ ਆਕੜ ਤੇ ਮਗਰੂਰੀ ਹੈ ਸਮਝ ਨਹੀਂ ਆਉਂਦੀ ਸਾਡੀ ਕੀ ਮਜਬੂਰੀ ਹੈ ਸਮਝ ਨਹੀਂ ਆਉਂਦੀ ਸਾਡੀ ਕੀ ਮਜਬੂਰੀ ਹੈ ਕੋਈ ਪਰਵਾਹ ਨਹੀਂ ਜੱਗ ਦੀਆਂ ਗੱਲਾਂ ਗੁੱਲਾਂ ਦੀ ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ ਉਹ ਫੁੱਲਾਂ ਦੀ ਐਸੀ ਤੈਸੀ ਕਰ ਦਿੰਦੀ ਮੂੰਹ
ਡੈਡੀ ਦੁਕਾਨ ਦੁਕਾਨ ਛੱਡਿਆ ਇਕੱਲੀ ਦੁਕਾਨ ਦਾ ਕੀ ਹੈ ਦੁਕਾਨ ਨੇ ਕਿਹੜਾ ਜਵਾਨ ਹੋ ਕੇ ਗੀਤ ਗਾਣੇ ਗੀਤ ਤਾਂ ਵੈਸੇ ਹੀ ਗਾ ਰਹੀ ਹਾਂ ਡੈਡੀ ਮੈਂ ਹੈਪੀਨੈਸ ਖੁਸ਼ੀ ਕਾਹਦੀਆਂ ਖੁਸ਼ੀਆਂ ਚੜੀਆਂ ਹੋਈਆਂ ਮੇਰੀ ਧੀ ਨੂੰ ਜਨਰਲੀ ਡੈਡੀ ਜਨਰਲੀ ਰੀਜ਼ਨ ਨਹੀਂ ਆ ਕੋਈ ਤੂੰ ਕਿਸੇ ਆਮ ਹਲਵਾਈ ਦੀ ਧੀ ਨਹੀਂ ਹੈ ਤੂੰ ਪ੍ਰਧਾਨ ਸਤਪਾਲ ਅਨੇਜਾ ਦੀ ਧੀ ਹੈ ਸਤਪਾਲ ਅਨੇਜਾ ਦੀ ਆਪਣਾ ਲੈਵਲ ਦੇਖ ਜੇ ਫਿਰ ਵੀ ਤੂੰ ਦੁਸ਼ਮਣਾਂ ਨਾਲ ਸਾਂਝ ਰੱਖੀ ਮੈਂ ਤੇਰੇ ਨਾਲ ਬੋਲੂੰਗਾ ਨਹੀਂ ਘਟੀਆ ਡੈਡੀ ਇੱਦਾਂ ਤਾਂ ਨਹੀਂ ਹੈ ਕੁਛ ਸੱਚੀ ਸੁਣ ਲਿਆ ਖੜੂਸ ਕੀ ਕਹਿ ਰਿਹਾ ਸੀ ਮੇਰੇ ਵੱਲੋਂ ਵੀ ਜਮਾ ਆਹੀ ਕੁਛ ਆ ਬਿਲਕੁਲ ਸੇਮ ਟੂ ਸੇਮ ਬਸ ਵਿੱਚੋਂ ਪ੍ਰਧਾਨ ਵਾਲੀ ਲਾਈਨ ਕੱਟ ਕੇ ਹਾਂ ਨਾਲੇ ਇੱਕ ਗੱਲ ਹੋਰ ਘਰੋਂ ਭੱਜਣ ਭਜਾਉਣ ਬਾਰੇ ਤਾਂ ਸੋਚੀ ਵੀ ਨਾ ਮੇਰੇ ਦਿਮਾਗ 'ਚ ਤਾਂ ਆਈਡੀਆ ਆਇਆ ਹੀ ਨਹੀਂ ਭੈਣ ਜੀ ਜੇ ਤੁਸੀਂ ਇਹ ਰਿਸ਼ਤਾ ਪੱਕਾ ਕਰਾ ਦਿਓ ਮੈਂ ਤੁਹਾਡਾ ਦੇਣਾ ਸਾਰੀ ਜ਼ਿੰਦਗੀ ਨਹੀਂ ਭੁੱਲਾਂਗਾ ਮੇਰੇ ਦੇਣੇ ਦੀ ਛੱਡੋ ਭਰਾ ਜੀ ਮੁੰਡੇ ਵਾਲਿਆਂ ਨੂੰ ਦੇਣ ਲੈਣ ਬਾਰੇ ਸੋਚੋ 20 ਲੱਖ ਦੀ ਗੱਲ ਹੋਈ ਸੀ ਮੈਂ ਔਖੇ ਸੌਖੇ ਕਰ ਦਾਂਗਾ ਵੀ ਨਹੀਂ ਹੁਣ ਉਹ 30 ਕੁ ਸੋਚਦੇ ਨੇ 30 ਲੱਖ ਆਪਣੀ ਕਿਰਨਾਂ ਲਈ ਮੰਨ ਗਏ ਨੇ ਭਰਾ ਜੀ ਮੁੰਡਾ ਬਹੁਤ ਵਧੀਆ ਇਸੇ ਲਈ ਮੈਂ ਉਹਨਾਂ ਨੂੰ ਨਾਂਹ ਨਹੀਂ ਕੀਤੀ ਸੋਚਿਆ ਇੱਕ ਵਾਰੀ ਤੁਹਾਡੇ ਨਾਲ ਗੱਲ ਕਰ ਲਵਾਂ ਠੀਕ ਹੈ ਭੈਣ ਜੀ ਮੈਂ ਬਿਆਸ ਤੇ ਲੈ ਕੇ ਕਰ ਦਾਂਗਾ ਤੁਸੀਂ ਗੱਲ ਪੱਕੀ ਕਰੋ ਬਸ ਇੰਨੇ 'ਚ ਤਾਂ ਉਹ ਮੰਨਣੇ ਹੀ ਪੈਣੇ ਭਰਾ ਜੀ ਤੁਸੀਂ ਕਢਾਓ ਤਰੀਕ ਮੈਂ ਕਰਦੀ ਹਾਂ ਉਹਨਾਂ ਨੂੰ ਫੋਨ ਪਾਪਾ ਮੇਰੇ ਕਰਕੇ ਤੁਹਾਨੂੰ ਲੋਕਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਨੇ ਮੈਨੂੰ ਚੰਗਾ ਨਹੀਂ ਲੱਗਦਾ ਉਹ ਚਲੀਏ ਧੀਆਂ ਤਾਂ ਤੋਰਨੀਆਂ ਪੈਂਦੀਆਂ ਨੇ ਆ ਲੈਣ ਦੇਣ ਦੇ ਰਿਵਾਜ ਲੋਕਾਂ ਨੇ ਬਣਾਏ ਹੋਏ ਨੇ ਪੂਰੇ ਕਰਨੇ ਪੈਂਦੇ ਪੁੱਤਰ ਤੈਨੂੰ ਅੱਜ ਮਾਤਾ ਨੇ ਬਚਾ ਲਿਆ ਜੱਜ ਜਗਰਾ ਤਰਨ ਹੁੰਦਾ ਮੈਂ ਤੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣੀਆਂ ਅੱਜ ਪਤਾ ਲੱਗਿਆ ਗਾਲਾਂ ਚੰਗੀਆਂ ਵੀ ਹੁੰਦੀਆਂ ਮੈਂ ਉਦੋਂ ਤਾਂ ਠੀਕ ਨਹੀਂ ਹੋਇਆ ਤੇਰੇ ਕਰਕੇ ਮੈਂ ਸਿਲੰਡਰਾਂ ਤੇ ਲੱਗਿਆ ਇਹ ਤਾਂ ਤੁਸੀਂ ਪੁੰਨ ਕੀਤੇ ਸੀਗੇ ਜਿਹੜੇ ਸਿਲੰਡਰਾਂ ਤੇ ਲੱਗ ਗਏ ਹੋ ਨਹੀਂ ਇਹ ਤਾਂ ਬੰਦੇ ਨੂੰ ਟਿਕਾਣੇ ਲਾ ਕੇ ਹਟਦਾ ਸਾਰੇ ਬੋਲੋ ਸਾਰੇ ਅਰਦਾਸ ਕਰ ਰਹੇ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਲੈ ਰਹੇ ਨੇ 5500 ਰੁਪਈਏ ਸਾਡੇ MLA ਸਤਿੰਦਰ ਨਰੁੱਲਾ ਜੀ ਵੱਲੋਂ 5100 ਰੁਪਈਆ ਅਨੇਜਾ ਜੀ ਵੱਲੋਂ ਮਾਤਾ ਰਾਣੀ ਇਹਨਾਂ ਦੀ ਹਰ ਮਨੋਕਾਮਨਾ ਪੂਰਨ ਕਰੇ 1100 ਰੁਪਈਆ ਕਮੇਟੀ ਦੀ ਨੇਕ ਕਮਾਈ ਵਿੱਚੋਂ ਊਸ਼ਾ ਕੋਸਮੈਟਿਕ ਵੱਲੋਂ ਤੇ 11 ਰੁਪਏ ਗੁਪਤ ਦਾਨ ਚਮਨ ਭਰਾ ਜੀ ਇਹ 11 ਰੁਪਏ ਦਾ ਗੁਪਤ ਦਾਨ ਤੇ ਤੁਹਾਡੇ ਵੱਲੋਂ ਹੀ ਆਇਆ ਲੱਗਦਾ ਨਹੀਂ ਮੇਰਾ ਨਾਂ ਤਾਂ ਹਜੇ ਅੱਗੇ ਆਉਣਾ ਤੇ 21 ਰੁਪਏ ਚਮਨ ਸਚਦੇਵਾ ਲੀਟਾ ਸਚਦੇਵਾ ਸੰਤੋਸ਼ ਸਚਦੇਵਾ ਐਂਡ ਫੈਮਿਲੀ ਐਂਡ ਫੈਮਿਲੀ ਕਾਹਨੂੰ ਲਿਖਾਣਾ ਸੀ ਚਮਨ ਜੀ ਐਂਡ ਖਾਨਦਾਨ ਲਿਖਵਾਉਂਦੇ 21 ਰੁਪਏ ਚ ਸਾਰੀ ਡੈਰੀ ਭਰਵਾਤੀ ਅਗਲੇ ਦੀ ਨਾਂ ਲਿਖਾ ਕੇ 7 ਲੱਖ ਲਿਆ ਵਿੱਚੋਂ 2 ਡੈਰੀਆਂ ਨਹੀਂ ਲੈ ਸਕਦੇ ਬੋਲ ਸਾਚੇ ਦਰਬਾਰ ਕੀ ਹੁਣ ਮੈਂ ਜਿਨ੍ਹਾਂ ਨੂੰ ਸੱਦਾ ਦੇ ਰਿਹਾ ਇਸ ਮਾਤਾ ਰਾਣੀ ਦੇ ਵਿਸ਼ਾਲ ਜਾਗਰਣ ਵਿੱਚ ਉਹਨੇ ਮਾਸਟਰ ਸਲੀਮ ਮਾਸਟਰ ਸਲੀਮ ਜੀ ਆ ਗਏ ਸਲੀਮ ਸਾਹਿਬ ਆ ਗਏ ਗਾਉਣ ਲੱਗੇ ਸਲੀਮ ਜੀ ਸਲੀਮ ਮੈਨੂੰ ਵੱਡਾ ਭਰਾ ਮੰਨਦਾ
ਮੈਂ ਅੱਜ ਆਪਣੀਆਂ ਭੇਟਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਸਰੋਬਾਰ ਕਰਾਂਗਾ। ਮੈਂ ਵੀ ਮਾਂ ਦੇ ਨਾਮ ਦਾ ਮਜ਼ਾ ਲਵਾਂਗਾ ਤੇ ਤੁਸੀਂ ਵੀ ਲਿਓ। ਅੱਛਾ, ਜੈਕਾਰਾ ਸ਼ੇਰਾਂ ਵਾਲੀ ਦਾ ਬੋਲ ਸਾਡੇ ਦਰਬਾਰ ਕੀ ਜੈ। ਦਰਬਾਰ ਕੀ ਜੈ। ਅਨੇਜਾ ਸਾਹਿਬ, ਪੈਸਾ ਕਿਸੇ ਕੰਮ ਨਹੀਂ ਆਉਣਾ। ਮਾਇਆ ਜਿਹੜੀ ਉਹ ਮਨਮੋਹਣੀ ਹੁੰਦੀ ਹੈ, ਇਹ ਸਿਰਫ ਦੁਨੀਆ ਦੇ ਕੰਮਾਂ ਕਾਰਾਂ ਲਈ ਜ਼ਰੂਰੀ ਹੈ। ਸਾਡੇ MLA ਸਾਹਿਬ ਨਰੂਲਾ ਸਾਹਿਬ, ਤੁਸੀਂ ਵੀ ਬੋਲੋ ਜੈ ਮਾਤਾ ਦੀ। ਇਹ ਸਿਲੰਡਰ ਹਟਾਵੇ ਮਹਾਮਈ ਇਹਨਾਂ ਦੇ ਕੋਲੋਂ। ਹੁਣ ਤਾਂ ਚੀਫ ਗੈਸਟ ਦਾ ਉਹ ਦੂਸਰਾ ਸਿਲੰਡਰ ਵੀ ਮੁੱਕਣ ਵਾਲਾ ਹੈ। ਤੁਸੀਂ ਸਲੀਮ ਜੀ ਨੂੰ ਕਹੋ ਕੋਈ ਭੇਟ ਭੂਟ ਸੁਣਾਓ। ਜਨਾਬ, ਤੁਸੀਂ ਪੈਸੇ ਗਿਣਵਾਉਣੇ ਸ਼ੁਰੂ ਕਰੋ, ਮੈਂ ਸਲੀਮ ਜੀ ਤੋਂ ਭੇਟਾ ਸ਼ੁਰੂ ਕਰਾਉਣਾ। ਪੈਸੇ ਤਾਂ ਗਿਣੇ ਪਏ, ਤੁਸੀਂ ਸਮਝੋ ਪੇਮੈਂਟ ਪਹੁੰਚ ਗਈ। ਮਹਾਰਾਜ, ਤੁਸੀਂ ਵੀ ਸਮਝੋ, ਸਲੀਮ ਜੀ ਨੇ ਗਾਤਾ। ਬੋਲ ਸਾਚੇ ਦਰਬਾਰ ਕੀ ਜੈ। ਜਾਗਰਨ ਦੀ ਪੇਮੈਂਟ ਦਾ ਤਾਂ ਮਿਸ਼ਰੀ ਨੂੰ ਪਤਾ। ਮਿਸ਼ਰੀ ਮਿਸ਼ਰੀ ਬੇਟਾ, ਉਹ ਮੇਰੇ ਪੈਸੇ ਇੱਥੇ ਵੀ ਨੀ, ਜਗਰਾਤੇ ਵਿੱਚ ਵੀ ਨੀ ਦੇਖੀ ਕਿਤੇ। ਮਿਸ਼ਰੀ ਕਿੱਥੇ ਗਈ ਫਿਰ? ਆਪਾਂ ਕੋਈ ਗਲਤੀ ਤਾਂ ਨਹੀਂ ਕੀਤੀ? ਮਾਤਾ ਰਾਣੀ ਦੇ ਪੈਸੇ ਚੁੱਕ ਕੇ ਘਰੋਂ ਭੱਜ ਕੇ ਆਪਣੇ ਕੋਲੇ ਕੋਈ ਹੋਰ ਚਾਰਾ ਵੀ ਨਹੀਂ ਸੀ ਨਾ ਮਿਸ਼ਰੀ? ਹਾਜਾ ਇੱਕ ਔਰ ਸਖਤ ਕਦਮ ਉਠਾਉਣਾ ਜ਼ਰੂਰੀ ਹੋ ਗਿਆ ਹੈ ਆਜ। ਹੈਲੋ ਸਰ। ਜੀ ਸਰ। ਹੋਟਲ ਚ ਕਮਰਾ ਹੈਗਾ ਜੀ, ਯਾਨੀ ਆਪਕੀ ਸੇਵਾ ਕੇ ਲਈ ਬੈਠੇ। ਬਤਾਈਏ ਕਿਤਨੇ ਕਮਰੇ ਚਾਹੀਏ? ਇੱਕ। 2 ਕਿਤਨੇ ਦਿਨ ਕੇ ਲਈ ਚਾਹੀਏ? 2 ਦੇ ਦੋ ਜੀ, 5 ਦਿਨਾਂ ਲਈ। ਆਪ ਇਹ ਫਾਰਮ ਭਰ ਦੀਜੀਏ ਪਲੀਜ਼, ਔਰ ਆਪਣਾ ID ਦੇ ਦੀਜੀਏ ਮੁਝੇ। ਹਾਂਜੀ ਹਾਂਜੀ। 500 ਰੁਪਏ ਸਰ, 23,250 ਰੁਪਏ ਬਣ ਗਏ। ਕਰੰਸੀ ਨੋਟ ਲੀਗਲ ਟੈਂਡਰ ਨਹੀਂ ਰਹੇਗੇ। ਯਾਨੀ ਇਹ ਮੁਦਰਾਏ ਕਿੰਨੇ ਪੈਸੇ ਕਹੇ ਸੀ ਭਾਈ? 23,250। ਪਾਲਾ ਪੜਲਾ। 500 ਔਰ 1,000 ਰੁਪਏ ਕੇ ਕਰੰਸੀ ਨੋਟ ਲੈਣ ਦੇਣ ਕੀ ਵਿਵਸਥਾ ਆਜ ਰਾਤਰੀ ਕੋ 12 ਵਜੇ ਸੇ ਉਪਲਬਧ ਨਹੀਂ ਹੋਗੀ। 500 ਰੁਪਏ 1,000 ਰੁਪਏ ਕੇ ਪੁਰਾਣੇ ਨੋਟ ਅਬ ਕੇਵਲ ਕਾਗਜ਼ ਤੇ। ਐਸੇ ਨਾਗਰਿਕ ਦੇਖੋ ਭਾਈ ਸਾਹਿਬ, ਅਗਰ ਆਪਕੇ ਪਾਸ 100 ਜਾਂ 50 ਕੇ ਹੈ ਤੋ ਦੇ ਦੋ, 1,000 ਔਰ 500 ਕੇ ਨੋਟ ਅਬ ਮੈਂ ਨਹੀਂ ਲੂੰਗਾ। ਮਿਸ਼ਰੀ ਦੇਖੀ ਕਿੰਨੇ ਨੇ ਆਪਣੇ ਕੋਲੇ 150 ਦੇ, ਜਲਦੀ ਦੇਖ ਨਾ ਕੀ ਕਰੀ। 150 ਸਰ, ਮੈਂ ਦੇਖਾ ਵੀ ਟੀਵੀ ਪੇ, ਸਾਡੇ ਕੋਲ ਤਾਂ 150 ਰੁਪਿਆ ਭਾਜੀ। ਮਾਤਾ ਨੇ ਕਿਹੜਾ 100-100 ਦੇ ਨੋਟ ਦੇ ਦੇਣੇ ਆ, ਚੱਲ ਚੱਲੀਏ। ਹਾਂ, ਕੱਲ ਪ੍ਰੀਤ ਦਾ ਬਹੁਤ ਵੱਡਾ ਆਰਡਰ ਦੇਣਾ। ਮੈਂ ਘਰ ਜਾਣ ਨੂੰ ਨਹੀਂ ਕਹਿ ਰਿਹਾ, ਚੱਲ ਕਿਤੇ ਹੋਰ ਚੱਲੀਏ। ਪਰ ਜਾਵਾਂਗੇ ਕਿੱਥੇ? ਗੰਗਾ ਜਾ ਕੇ ਪਿੰਨੀਆਂ ਲਿਆ, ਇੱਕ ਪਿੰਨੀ ਫੁੱਟ ਗਈ, ਮੇਰੀ ਫੱਟੀ ਸੁੱਕ ਗਈ। ਵਧੀਆ ਜੀ ਕਲਮ ਬਣਾਈ ਭੋਲੇ। ਉਹ ਬਸ ਬਣ ਗਈ ਬਣ ਗਈ, ਤੇਰੇ ਕੁਝ ਵਧੀਆ ਲਿਖੂੰਗਾ। ਕੀ ਲਿਖੇਗਾ ਓਏ? ਤੈਨੂੰ ਪਤਾ ਤਾਂ ਹੈ ਮੈਂ ਜੋ ਵੀ ਲਿਖਦਾ ਚੰਗਾ ਹੀ ਲਿਖਦਾ। ਲਿਆ ਤੂੰ ਫੜਾ ਓਏ ਦੂਈ। ਲੈ ਉਹ ਦੂਈ ਲੈ, ਚਾਬੀ ਉਹੀ ਲਿਖਦੇ ਫਿਰ।
ਉਹ ਲਿਖਦੇ ਲਿਖਦੇ ਕੀ ਲਿਖਦਾ ਏ ਆ ਲੈ ਲਿਖਤਾ ਉਹ ਮੈਨੂੰ ਉੜੇ ਤੋਂ ਇਲ ਨਹੀਂ ਆਉਂਦਾ ਮੈਨੂੰ ਕੀ ਪਤਾ ਕੀ ਲਿਖਿਆ ਇਹ ਲਿਖਿਆ ਪੋਲਾ ਸ਼ਿੰਦੀ ਓਏ ਉਹਦਾ ਨਾਂ ਕਿਉਂ ਲਿਖਿਆ ਮੇਰੇ ਨਾਂ ਨਾਲ ਉਹ ਮਟੇ ਨੂੰ ਐਵੇਂ ਬੇਵਜ੍ਹਾ ਬੇਵਜ੍ਹਾ ਕਿੱਦਾਂ ਭਲਾ ਕਿਰਨ ਨੂੰ ਇਹ ਤਾਂ ਦੱਸੀ ਕਿ ਤੈਨੂੰ ਉਹਨੇ ਚੋਪੜੀਆਂ ਰੋਟੀਆਂ ਖਵਾਈਆਂ ਕਾਹਦੇ ਨਾਲ ਸੀ ਉਹ ਕਿਉਂ ਸ਼ੱਕਰ ਨਾ ਫਿਰ ਚੋਪੜੀ ਰੋਟੀ ਉਹ ਵੀ ਕਿਉਂ ਸ਼ੱਕਰ ਨਾਲ ਕਦੀ ਸਾਡੀ ਬੇਬੇ ਨੇ ਸਾਡੇ ਪਾਪੇ ਨੂੰ ਨਹੀਂ ਖਵਾਈ ਉਹ ਐਵੇਂ ਨਾ ਬੋਲੀ ਜਾਓ ਯਾਰ ਬੇਵਜ੍ਹਾ ਉਹ ਚਿੱਡਾ ਨਾ ਰਾਰਾ ਸਿਰ ਦੀਆਂ ਹੁੰਦੀਆਂ ਐਵੇਂ ਗੱਲਾਂ ਬਣਾਈ ਜਾਂਦੇ ਹੋ ਤੁਸੀਂ ਯਾਰ ਉਹ ਪਤਾ ਕਿੰਨੀ ਚੰਗੀ ਹੈ ਵਿਚਾਰੀ ਉਹ ਮਟੇ ਦੇਣ ਨੂੰ ਯਾਰ ਭਰਾ ਚੱਲ ਕੋਈ ਨਾ ਕਰਦਾ ਕੁਛ ਗੰਗਾ ਜਾ ਕੇ ਪਿੰਨੀਆ ਲਿਆ ਇੱਕ ਪਿੰਨੀ ਫੁੱਟ ਗਈ ਮੇਰੀ ਫੱਟੀ ਬੋਲੇ ਤੂੰ ਮੈਂ ਅਧੂਰੇ ਹੁੰਨੇ ਆ ਪੂਰੇ ਇੱਕ ਦੂਜੇ ਦੇ ਸਵੇਰੇ ਸ਼ਾਮੀ ਪਾਲਾ ਹੋ ਜਾਂਦਾ ਅੱਜ ਕੱਲ ਆ ਸਵੈਟਰ ਬੁਣਿਆ ਪਿਆ ਸੀ ਤੂੰ ਲੈ ਜਾ ਉਹਨਾਂ ਨਾ ਮੇਰੀ ਭਾਬੀ ਬੁਣੀ ਜਾਂਦੀ ਬੜਾ ਸੋਹਣਾ ਭਾਬੀ ਤੇਰੀ ਨੇ ਬੁਣਤੀ ਜ਼ਿਆਦਾ ਹੀ ਬਰੀਕ ਪਾਲੀ ਲੱਗਦੀ ਹੈ ਮੋਦੀ ਮਾਰੀ ਨੇ ਜਿੰਨਾ ਚਿਰ ਉਹ ਨਹੀਂ ਪੂਰਾ ਹੁੰਦਾ ਉਨਾ ਚਿਰ ਆ ਪਾਲੇ ਠੀਕ ਹੈ ਲੈ ਜਾ ਭੁੱਲ ਜਾਂਦਾ ਅੱਛਾ ਫੁੱਲਾਂ ਜਾਂਦਾ ਰੰਗ ਸਾਨੂੰ ਕਾਇਨਾਤ ਨਹਾਰੇ ਹੋਈਏ ਰਾਜਾ ਰਾਣੀ ਜਿਵੇਂ ਦੇਸ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਹੋ ਕੇ ਸਾਨੂੰ ਵੇਖ ਦੇ ਫਿਰ ਗਾਹਾਂ ਤੋਂ ਨਾ ਇੱਦਾਂ ਕਰਿਓ ਜੀ ਮੈਨੂੰ ਫਿਰ ਚੰਗਾ ਜਿਹਾ ਨਹੀਂ ਲੱਗਦਾ ਠੀਕ ਆ ਅੰਬਰ ਨੇ ਹੋ ਕੇ ਸਾਨੂੰ ਵੇਖ ਦੇ ਚੰਗਾ ਬਾਪੂ ਮੈਂ ਚੱਲਿਆ ਠੀਕ ਆ ਪੁੱਤ ਚੰਗਾ ਸ਼ਾਬਾਸ਼ੇ ਪੋਲਾ ਤਾਂ ਜੱਚਿਆ ਫਿਰਦਾ ਜੇ ਪੂਰਾ ਐਵੇਂ ਬਸ ਮਾੜਾ ਜਿਹਾ ਯਾਰ ਉਹ ਕਾਲਿਆ ਆਪਣਾ ਭੋਲਾ ਘੱਟ ਹੈ ਕਿਸੇ ਧੀ ਪੁੱਤ ਨਾਲੋਂ ਅਗਲੇ ਨੇ ਵੀ ਸਵੈਟਰ ਪਾ ਲਿਆ ਘੁੱਗੀਆਂ ਦੇ ਜੋੜੇ ਵਾਲਾ ਕਿ ਨਹੀਂ ਉਹ ਬੰਦੇ ਦੇ ਪੁੱਤ ਬਣੇ ਚਲੋ ਸਕੂਲ ਨੂੰ ਦੇਰ ਹੁੰਦੀ ਆ ਉਹ ਨਾਲੇ ਘੁੱਗੀਆਂ ਨਹੀਂ ਆ ਤੋਤੇ ਆ ਤੋਤੇ ਨਹੀਂ ਤੋਤਾ ਮੈਂ ਨਾ ਇੱਕੋ ਹੀ ਗੱਲ ਹੈ ਐਵੇਂ ਇੱਕੋ ਗੱਲ ਹੈ ਤੈਨੂੰ ਪਤਾ ਸਵੈਟਰ ਹੈ ਕਿੱਥੋਂ ਉਹ ਇਹਨੂੰ ਇਹਨੂੰ ਕਿਉਂ ਸ਼ੱਕਰ ਵਾਲੀ ਨੇ ਦਿੱਤਾ ਓਏ ਦੱਸ ਦੇ ਦੱਸ ਦੇ ਦੱਸ ਦੇ ਪੁੱਲ ਫਿਰ ਟਾਈਮ ਨਾ ਪਾ ਯਾਰ ਤੋਰ ਲਾ ਗੱਲ ਕੀ ਬਕਵਾਸ ਮਾਰਦੇ ਰਹਿੰਦੇ ਓਏ ਕੀ ਤੋਰ ਲਾ ਗੱਲ ਉਹ ਆਹੀ ਕਿ ਕੁੜੀ ਨੂੰ ਘਰ ਦਾ ਕੰਮ ਆਉਂਦਾ ਕਿ ਨਹੀਂ ਘਰ ਦੇ ਕੰਮ ਮੈਨੂੰ ਆਉਂਦੇ ਸਾਰੇ ਉਹ ਜਿਹਦੇ ਲਈ ਕੰਮ ਕਰਨੇ ਆ ਉਹਦੀ ਰਜ਼ਾਮੰਦੀ ਦਾ ਪੁੱਛ ਲੈ ਐਵੇਂ ਮਸ਼ਕਰੀਆਂ ਨਾ ਕਰਦੇ ਰਿਹਾ ਕਰੋ ਮੇਰੇ ਨਾਲ ਚਲੋ ਚਲੋ ਆ ਜਾ ਭੋਲੇ ਬਹਿ ਜਾ ਕੋਈ ਹੈ ਨਹੀਂ ਕਰੇ ਮਾਮਾ ਜੀ ਤਹਿਸੀਲ ਗਏ ਨੇ ਮਾਮੀ ਗਵਾਂਢ ਗਈ ਹੈ ਤੇ ਬੀਰਾ ਵੀਰ ਸ਼ਾਇਦ ਖੇਤ ਗਿਆ ਕੀ ਗੱਲ ਕੋਈ ਕੰਮ ਸੀ ਨਾ ਨਾ ਕੰਮ ਤੇ ਜਾਣੀ ਕੰਮ ਹੈਗਾ ਹੋਈ ਆ ਕੋਈ ਨਹੀਂ ਆ ਜਾ ਬਹਿ ਜਾ ਆ ਵੇਖ ਮੈਂ ਨਾ ਚਿਬੜਾਂ ਦੀ ਚਟਨੀ ਕੁੱਟ ਰਹੀ ਹਾਂ ਰੋਟੀ ਖਾਣੀ ਹੈ ਰੋਟੀ ਦੀ ਉਹ ਗੱਲ ਕਰਨੀ ਸੀ ਉਹ ਮੈਂ ਕਹਿੰਦਾ ਸੀਗਾ ਰੋਟੀ ਗਾਹਾਂ ਤੋਂ ਆਪਣੇ ਘਰੇ ਹੀ ਖਾ ਲਿਆ ਕਰੀਏ ਨਾ ਉਹ ਤਾਂ ਮੇਰੀ ਭਾਬੀ ਰਿਸ਼ਤੇ ਲੱਭਦੀ ਰਹਿੰਦੀ ਮੇਰੀ ਖਾਤਰ ਪਰ ਉਹਨੂੰ ਆਪਦਾ ਦਿਓਰ ਪਤਾ ਨਹੀਂ ਕਿਹੜਾ ਧਰਵਿੰਦਰ ਲੱਗਦਾ ਕੋਈ ਕੁੜੀ ਨੱਗ ਥੱਲੀ ਨਹੀਂ ਆਉਂਦੀ ਪਰ ਜੇ ਤੂੰ ਕਹੇ ਤਾਂ ਮੈਂ ਉਹਨੂੰ ਕਹਿ ਦਾਂ ਕਿ
ਮੈਨੂੰ ਛਿੰਦੀ ਉਹ ਠੀਕ ਆ। ਉਹ ਖੜ ਜਾ ਤੇਰੀ ਕੁੱਤੇ ਦੀ, ਤੈਨੂੰ ਮੈਂ ਦੱਸਦਾ ਤੂੰ ਚੁੱਪ ਕਰਕੇ ਲੈਣੀਏ। ਆਹ ਸਵੱਟ ਤੂੰ ਉਹਦੇ ਲਈ ਬੁਣਿਆ ਸੀ ਨਾ ਜਿਹਦੇ ਤੇਰਾ ਰਸਤਾ ਟੁੱਟਿਆ ਸੀ। ਓਏ ਆਹ ਸਿਰਖੇ ਪਾਉਣ ਲਈ ਤੈਨੂੰ ਅਸੀਂ ਇੱਥੇ ਲੈ ਕੇ ਆਏ ਆ। ਨਾ ਵੀਰੇ ਬਾਈ, ਕਾਹਤੋਂ ਮਾੜਾ ਚੰਗਾ ਬੋਲਦਾ ਵਿਚਾਰੀ ਨੂੰ? ਤੈਨੂੰ ਤਾਂ ਮੈਂ ਦਿੰਦਾ ਮਤ ਮੀਸ ਰਿਹਾ, ਚੱਲ ਮੇਰੇ ਨਾਲ ਇੱਥੋਂ। ਨਾ ਵੀਰੇ, ਸਰਪੰਚ ਸਾਹਿਬ ਇਹ ਕੋਈ ਭੋਲਾ ਭੂਲਾ ਨਹੀਂ, ਇਹਨੇ ਸਾਡੀਆਂ ਅੱਖਾਂ ਤੇ ਪਰਦਾ ਪਾਇਆ ਹੋਇਆ। ਸਰਪੰਚ ਸਾਹਿਬ ਜੇ ਤੁਸੀਂ ਇਸ ਕਮਲੇ ਜਿਹਦੀ ਭਲੀ ਚਾਹੁੰਦੇ ਹੋ ਨਾ ਤੇ ਇਹਨੂੰ ਹੁਣੇ ਠਾਣੀ ਦੇ ਕੇ ਆਓ, ਨਹੀਂ ਤਾਂ ਇਹਨੂੰ ਕੁੱਟ ਕੁੱਟ ਕੇ ਇੱਥੇ ਮਾਰ ਦੇਣਾ ਮੈਂ। ਐਵੇਂ ਕਿਵੇਂ ਮਾਰ ਦੇਣਾ ਤੂੰ? ਹੈ ਆਪਣੀ ਕੁੜੀ ਨੂੰ ਸਮਝਾਓ। ਆਹੋ ਸਾਨੂੰ ਸਭ ਪਤਾ ਇਹਦਾ ਰਿਸ਼ਤਾ ਟੁੱਟ ਗਿਆ ਸੀ, ਇਸੇ ਲਈ ਬਦਨਾਮੀ ਤੋਂ ਡਰਦੇ ਤੁਸੀਂ ਨਾਨਕੇ ਲਈ ਬੈਠੇ ਹੋ। ਪਰ ਜੇ ਤੁਸੀਂ ਆਪਸ ਵਿੱਚ ਹੀ ਬਦਕਲਾਮੀ ਕਰੀ ਜਾਣੀ ਹੈ ਫਿਰ ਸਾਨੂੰ ਕਾਹਨੂੰ ਵਿੱਚ ਪਾਉਣਾ ਸੀ? ਸਰਪੰਚ ਸਾਹਿਬ ਇਨਸਾਫ ਤਾਂ ਤੁਸੀਂ ਕਰਨਾ, ਇਹਨੂੰ ਭੋਲੇ ਨੂੰ ਪਿੰਡੋਂ ਕੱਢ ਦਿਓ। ਬਸ ਮੈਂ ਹੋਰ ਕੁਝ ਨਹੀਂ ਮੰਗਦਾ, ਅਸੀਂ ਤਾਂ ਇਹਨੂੰ ਸਾਊ ਜਿਹਾ ਸਮਝ ਕੇ ਘਰ ਵਾੜਿਆ ਸੀ ਤੇ ਇਹ ਮੇਰੀ ਹੀ ਭਾਂਜੀ ਨੂੰ ਵਰਗਲਾਉਣ ਲੱਗਿਆ ਸੀ। ਕੋਈ ਵਰਗਲਾਉਣ ਨਹੀਂ ਲੱਗਿਆ ਸੀ ਇਹ ਵਿਚਾਰਾ, ਮੈਂ ਤਾਂ ਭੋਲੇ ਨੂੰ ਹੁਣ ਮਿਲੀ ਹਾਂ, ਤੁਹਾਡੇ ਸਾਰਿਆਂ 'ਚ ਤਾਂ ਜੰਮਿਆ ਪਲਿਆ, ਤੁਸੀਂ ਦੱਸੋ ਕਿੰਨਾ ਕੁ ਦਿਲ ਦਾ ਕਾਲਾ ਹੈ। ਚੁੱਪ ਕਰ ਪੁੱਤ। ਨਾ ਭਾਈ, ਰਿਸ਼ਤਾ ਟੁੱਟਿਆ ਤਾਂ ਤੁਹਾਨੂੰ ਪਤਾ ਲੱਗ ਗਿਆ, ਪਰ ਜਿੱਥੇ ਰਿਸ਼ਤਾ ਹੋਇਆ ਸੀ ਉਹ ਬੰਦਾ ਸ਼ਰਾਬੀ ਪੋਸਤੀ ਸੀ, ਇਹ ਨਹੀਂ ਪਤਾ ਲੱਗਿਆ ਤੁਹਾਨੂੰ? ਇੱਕ ਤਾਂ ਵਿਚਾਰੀ ਦੀ ਮਾਂ ਹੈ ਨਹੀਂ, ਤੋ ਲੇਖ ਕਾਲੇ, ਦੱਸੋ ਇਹ 'ਚ ਕੀ ਕਸੂਰ ਹੈ ਭਲਾ ਇਹਦਾ? ਸਰਪੰਚ ਸਾਹਿਬ ਮੇਰੀ ਮੰਨੋ ਕੁੜੀ ਦੇ ਵਿਆਹ ਵੱਲੋਂ ਇਹ ਵੀ ਔਖੇ ਨੇ ਤੇ ਇਸ ਗਰੀਬ ਸਿੱਧਰੇ ਨੂੰ ਵੀ ਕਿੰਨੇ ਕੁੜੀ ਦੇਣੀ ਹੈ। ਦੇਖੋ ਮੈਂ ਤਾਂ ਕਹਿਣਾ ਜੇ ਦੋਨਾਂ ਦਾ ਵਿਆਹ ਹੋ ਜਾਏ ਤਾਂ ਫਿਰ ਕੀ ਹਰਜ ਹੈ? ਸਰਪੰਚ ਸਾਹਿਬ ਗੱਲ ਤਾਂ ਮਾਸਟਰ ਦੀ ਠੀਕ ਹੈ। ਗੱਲ ਤਾਂ ਮੈਨੂੰ ਵੀ ਠੀਕ ਲੱਗਦੀ ਹੈ, ਬਾਕੀ ਬੰਸਿਓ ਨੂੰ ਪੁੱਛ ਲੈਂਦੇ ਹਾਂ। ਹਾਂ ਬੰਸਿਆ, ਤੂੰ ਕੀ ਕਹਿੰਦਾ? ਇਹ ਕਿਵੇਂ ਹੋਜੂ ਸਰਪੰਚ ਸਾਹਿਬ, ਘਰੋਂ ਇਹ ਕੱਢਿਆ ਹੋਇਆ, ਸਿਰ ਲੁਕਾਉਣ ਨੂੰ ਛੱਤ ਨਹੀਂ ਇਹਦੇ ਕੋਲ, ਕੱਚਾ ਕੋਠਾ ਵੀ ਹੋਵੇ ਤਾਂ ਵੀ ਮੈਂ ਮੰਨਾਂ। ਤੇ ਕੋਠੇ ਦਾ ਕੀ ਆ, ਮੈਂ ਪਾ ਲੂੰਗਾ ਕੋਠਾ। ਨਾ ਕੋਠਾ ਤੂੰ ਕੁੱਪ ਤੇ ਪਾ ਲੇਗਾ, ਓਏ ਗਿੱਠ ਥਾਣੀ ਤੇਰੇ ਕੋਲ। ਓਏ ਉਹਦਾ ਹੱਲ ਵੀ ਹੈਗਾ ਬਈ, ਮੈਂ ਸੋਚਦਾ ਪੰਚਾਂ ਨਾਲ ਸਲਾਹ ਕਰਕੇ ਦੋ ਮਰਲੇ ਪੰਚਾਇਤੀ ਜ਼ਮੀਨ ਭੋਲੇ ਨੂੰ ਛੱਡ ਦਿੰਦੇ ਆ। ਗੱਲ ਤਾਂ ਠੀਕ ਹੈ ਭੋਲਿਆ, ਕੋਠਾ ਛੱਤਣ ਵਾਸਤੇ ਪੈਸੇ ਤੈਨੂੰ ਕਮਾ ਕੇ ਲਿਆਉਣੇ ਪੈਣਗੇ, ਬੰਸ ਸਿੰਘ ਨੇ ਅਕਸਰ ਨੂੰ ਕੁੜੀ ਦੇਣੀ ਹੈ। ਹੁਣ ਦੱਸ ਕਮਾ ਲਏਗਾ ਪੈਸੇ? ਕਿੰਨੇ ਕੁ ਚ ਪਊਗਾ ਕੋਠਾ? 1000 ਰੁਪਏ ਤੋਂ ਘੱਟ ਕੋਠਾ ਨਹੀਂ ਪੈਣਾ, ਪੁੱਛੋ ਕਮਾ ਲੂਗਾ? ਕਮਾ ਲੂੰਗਾ ਮੈਂ। ਚੰਗਾ ਠੀਕ ਹੈ, ਦੇਖ ਭੋਲਿਆ ਹੁਣ 1000 ਰੁਪਇਆ ਕਮਾ ਕੇ ਲਿਆਵੇਂਗਾ ਤਾਂ ਪੰਚਾਇਤ ਤੇਰੇ ਨਾਲ ਖੜੀ ਹੈ। ਭੋਲੇ ਯਾਰ ਸ਼ਹਿਰ ਚੱਲੇ, ਆ ਪੈਸੇ ਲੈ ਜਾ। ਉਹ ਯਾਰ ਮੈਨੂੰ ਨਹੀਂ ਲੋੜ, ਮੈਂ ਕਮਾ ਲੈਣੇ ਆਪੇ। ਮੈਂ ਪੈਸੇ ਕਿਤੇ ਮਿੱਟੀ ਜੋ ਕਮਾ ਲਿਆਏਗਾ, ਥੋੜੇ ਬਹੁਤੇ ਨਾਲ ਰੱਖੀ ਜਾਂਦੇ ਆ, ਜਦ ਕਮਾ ਲਿਆਏਗਾ ਤਾਂ ਮੋੜ ਦੀ। ਉਹ ਨਹੀਂ ਕੋਈ ਚੱਕਰ, ਉਹ ਲੈ ਲੈ ਯਾਰ ਵੀਰ ਬਣ ਕੇ, ਅਸੀਂ ਬੁਗਨੀਆਂ ਤੋੜ ਕੇ ਲੈ ਕੇ ਆਏ ਆ। ਵੈਸੇ ਯਾਰ 1000 ਰੁਪਇਆ ਹੁੰਦਾ ਕਿੰਨਾ ਗਾ? ਪਤਾ ਨਹੀਂ ਯਾਰ, ਸਾਨੂੰ ਤਾਂ ਗਿਣਤੀ ਵਿਸਾ ਤੱਕ ਆਉਂਦੀ ਹੈ। ਹਾਂ ਬੋਲੋ ਬੇਟਾ। ਅੰਕਲ ਜੀ ਧਰਮਸ਼ਾਲਾ 'ਚ ਰਹਿਣ ਨੂੰ ਜਗ੍ਹਾ ਚਾਹੀਦੀ ਸੀ। ਹਾਂ ਮਿਲ ਸਕਦੀ ਹੈ, ਬੈਡ ਹੈ ਹਮਾਰੇ ਪਾਸ ਹਾਲ ਮੇਂ, ਉਸਕਾ ਕਿਰਾਇਆ ਹੈ 2500 ਰੁਪਏ, ਔਰ ਅਗਰ ਕਮਰਾ ਚਾਹੀਏ ਤੋ 350 ਰੁਪਏ। ਤੋ ਅੰਕਲ ਇੱਕ ਕਮਰਾ। ਠੀਕ ਹੈ ਬੇਟਾ, ਆਪ ਯਹਾਂ ਪਰ ਐਂਟਰੀ ਕਰ ਦੋ। ਯੇ ਆਕਾਸ਼ਵਾਣੀ ਸ਼ਿਮਲਾ ਹੈ, ਅਬ ਆਪ ਸੁਲਕਸ਼ਨਾ ਬ੍ਰਾਮਟਾ ਸੇ ਸਮਾਚਾਰ ਸੁਣੇ। ਨਮਸਕਾਰ, ਆਜ ਪ੍ਰਧਾਨ ਮੰਤਰੀ ਸ਼੍ਰੀ। ਕਿੰਨਾ ਕਿਆ ਅੰਕਲ ਜੀ ਕਿਰਾਇਆ? ਬੇਟਾ 350, 350। ਯਹਾਂ ਅੰਕਲ ਜੀ। ਅਰੇ ਬੇਟਾ 1000 ਕਾ ਨੋਟ ਇਸ ਸਮੇਂ ਆਪ ਖੁੱਲ੍ਹੇ ਦਿਓ ਨਾ ਮੇਰੇ ਕੋਲ। ਅੰਕਲ ਜੀ 2-3 ਦਿਨ ਰਹਿਣਾ ਅਸੀਂ, ਕਰ ਲਾਂਗੇ ਬਾਅਦ 'ਚ। ਅੱਛਾ ਫਿਰ ਠੀਕ ਹੈ। ਹਾਂਜੀ ਸ਼ਾਮ ਵੋ ਉੱਪਰ ਕਾ ਕਮਰਾ ਖੋਲੋ, 9 ਨੰਬਰ। ਹਾਂ ਹਾਂ ਅਭੀ ਆ ਰਹੇ ਹੈ। ਹਾਂ ਬੇਟਾ 9 ਨੰਬਰ। ਰੁਕੀਏ 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 ਰੁਕੀਏ, ਯੇ ਮਾਤਾ ਕਾ ਪ੍ਰਸ਼ਾਦ ਲੈ ਕੇ ਜਾਓ।
आ भी लो बेटा। जय माता दी। ऊपर दस है जी कमरा? हाँ ऊपर, वो लड़का मिलेगा। ठीक है जी। की होया? लड्डू देख के डैडी दी याद आ गई। मिश्री देख, याद तो आऊगी, फोन भी होंगे, पर अपा किसी नाल गल नहीं करनी, किसी नूं फोन भी नहीं करना। ठीक है, नहीं कर दी, तू भी ना करी। नहीं नहीं पागल है, मैं क्यों करूंगा। प्रॉमिस? हाँ हाँ पक्का प्रॉमिस। आ जा। मैं वॉशरूम जाके आई। चुकू 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 डैडी फोन चुकू। ले आ गया मिश्री दा फोन। पक्का चमन दा मुंडा जगराते दे पैसे खो के भज गया होना। चुकू। हेलो। हाँ हुण मुसीबत पई है तां ये प्यो दी याद। डैडी मुसीबत तो नूं आण वाली आ। 500,000 दे नोट बंद करते गवर्नमेंट ने। न्यूज़ चैनल लाके देखो। किथे तेरे भजन दा झटका घट है जिहड़ा होर दे रही है झटका प्यो नूं। नमस्ते डैडी, की हाल जी। जे तू मेरे सामने हुंदा ना, हाल तां तेरा लोकां ने पुछणा सी आके। जिहड़े जगराते दे पैसे लैके भज्जे हो ना, पहला ओ बदल, अज नोटबंदी होगी। डैडी टाइम वेस्ट ना करो, जिहड़ा वी लैण देण करना अज रात नूं कर लो, कल नूं सारे नवे नोट मंगणे ने। सारे नोट तां तू लै गई है पुत, मैं की चेंज करावां पान। हैं हैलो, ਲੈ ਕੱਟ ਵੀ ਦਿੱਤਾ। ਮੈਂ ਵੀ ਆਹੀ ਕਹਿਣ ਲਈ ਫੋਨ ਕਰਦਾ ਸੀ ਡੈਡੀ, ਜੇ ਘਰੇ ਥੋੜੇ ਬਹੁਤ ਨੋਟ ਪਏ ਨੇ ਉਹ ਬਦਲਵਾ ਲਓ। ਨੋਟ ਤਾਂ ਮੈਂ ਆਪੇ ਬਦਲ ਲੂੰ, ਪਰ ਤੇਰੇ ਵਰਗੀ ਘਟੀਆ ਹਾਲਾਤ ਕਿੱਥੋਂ ਬਦਲੂੰ। ਕਿਹਨੂੰ ਫੋਨ ਕੀਤਾ ਸੀ ਤੂੰ? ਮੈਂ ਕਿਸੇ ਨੂੰ ਵੀ ਨਹੀਂ ਕੀਤਾ। ਝੂਠ ਨਾ ਬੋਲ, ਆਪਣੇ ਘਰੇ ਫੋਨ ਕਰਕੇ ਹਟਿਆ ਨਾ ਤੂੰ? ਹਾਂ ਉਹ ਨੋਟ ਬੰਦ ਹੋ ਗਏ ਨਾ, ਡੈਡੀ ਨੂੰ ਦੱਸਣਾ ਜ਼ਰੂਰੀ ਸੀ ਉਸ ਬਾਰੇ। ਤੂੰ ਤਾਂ ਕਹਿਆ ਸੀ ਆਪਾਂ ਘਰੇ ਕਾਲ ਨਹੀਂ ਕਰਨੀ। ਪਰ ਹੁਣ ਸਾਡੇ ਘਰੇ ਥੋੜੀ ਤਰ੍ਹਾਂ ਲੱਡੂ ਜਲੇਬੀਆਂ ਥੋੜੀ ਪਏ ਨੇ, ਡੈਡੀ ਦੀ ਕਮਾਈ ਪਈ ਹੈ, ਦੱਸਣਾ ਜ਼ਰੂਰੀ ਸੀ। ਓਏ ਹੈਲੋ, ਤੈਨੂੰ ਕੀ ਲੱਗਦਾ ਸਾਡੇ ਘਰੇ ਇਕੱਲੇ ਲੱਡੂ ਜਲੇਬੀ ਪਏ ਹੁੰਦੇ ਨੇ? ਮੇਰੇ ਵੀ ਡੈਡੀ ਦੀ ਕਮਾਈ ਪਈ ਹੁੰਦੀ ਹੈ। ਆ ਦੇਖ ਕਾਲ ਕਰਕੇ ਹਟੀ ਆ ਮੈਂ। ਤੂੰ ਘਰੇ ਫੋਨ ਕੀਤਾ? ਹਾਂ। ਤੂੰ ਤਾਂ ਪ੍ਰੋਮਿਸ ਕਰਦੀ ਸੀ, ਕਹਿੰਦੀ ਮੈਂ ਫੋਨ ਨਹੀਂ ਕਰੂੰਗੀ। ਤੂੰ ਵੀ ਤਾਂ ਕੀਤਾ ਹੀ ਹੈ। ਤਾਂ ਪਹਿਲਾਂ ਤੂੰ ਕੀਤਾ। ਮੇਰੀ ਗੱਲ ਕਾਪੀ ਕਰਨ ਦੀ ਲੋੜ ਨਹੀਂ ਹੈ। ਵੱਡਾ ਆ ਕਿੱਡੀ ਝੂਠੀ ਆ ਤੂੰ। ਮੈਨੂੰ ਸਮਝ ਨਹੀਂ ਆਉਂਦੀ, ਆਪਾਂ ਪਰਚੀਆਂ ਜਾਗਰਨ ਦੀਆਂ ਕਟਾਈਆਂ ਸੀ ਜਾਂ ਉਹਨਾਂ ਦੇ ਹਨੀਮੂਨ ਦੀਆਂ। ਵੈਸੇ ਗੋਲੂ ਦੁਨੀਆ ਦਾ ਪਹਿਲਾ ਆਸ਼ਕ ਹੋਏਗਾ ਜਿਹਨੇ ਹੱਥੀ ਚੰਦਾ ਇਕੱਠਾ ਕਰਕੇ ਆਪਦੀ ਮਸ਼ੂਕ ਕਿਸੇ ਹੋਰ ਨਾਲ ਭਜਾਤੀ। ਮਿਸ਼ਰੀ ਦਾ ਸਟੇਟਸ ਚੈੱਕ ਕਰ ਲਓ, ਸਿੰਗਲ ਹੀ ਆ ਨਾ, ਕਿਤੇ ਮੈਰਿਟ ਤਾਂ ਨਹੀਂ ਪਾਤਾ। ਸਟੇਟਸ ਪਾਉਣ ਨੂੰ ਕੀ ਰਹਿ ਗਿਆ ਜਦੋਂ ਅਗਲੀ ਅੱਖਾਂ 'ਚ ਘੱਟਾ ਹੀ ਪਾ ਗਈ। ਮੇਰੀ ਮਿਸ਼ਰੀ ਇੱਦਾਂ ਨਹੀਂ ਕਰ ਸਕਦੀ, ਜ਼ਰੂਰ ਉਸ ਨੀਟੇ ਨੇ ਮਿਸ਼ਰੀ 'ਤੇ ਕੋਈ ਕਾਲਾ ਜਾਦੂ ਕੀਤਾ। ਦੁਕਾਨ 'ਤੇ ਬੋਣੀ ਤਾਂ ਉੱਤੋਂ ਹੁੰਦੀ ਨਹੀਂ, ਕਾਲਾ ਜਾਦੂ ਸਵਾਹ ਕਰਨਾ ਉਹਨੇ, ਆਪੇ ਭੱਜ ਗਈ। ਮਿਸ਼ਰੀ ਨੇ ਭੱਜਣ ਲੱਗੇ ਮੇਰੇ ਬਾਰੇ ਇੱਕ ਵਾਰੀ ਵੀ ਨਹੀਂ ਸੋਚਿਆ। ਤੇਰੇ ਬਾਰੇ ਸੋਚਿਆ ਤਾਂ ਹੋਣਾ ਉਹਨੇ, ਤਾਂ ਹੀ ਤਾਂ ਨੀਟੇ ਨਾਲ ਭੱਜ ਗਈ ਆ। ਹੁਣ ਮਿਸ਼ਰੀ ਮਿਸ਼ਰੀ ਨਹੀਂ, ਕਾਲੇ ਲੂਣ ਦੀ ਡਲੀ ਲੱਗਦੀ ਆ। ₹50,000 समझ गया, चमन के बेटा को मर्डर करना है ना। मैं तो जुतियां ना खाली वड्या बदमाशा। ओ तू प्लाट खरीदन वास्ते पैसे मांगदा सी ना? हाँ। ਹੁਣ ਬਸ਼ੱਕ ਤੂੰ ਸਾਰੇ ਜ਼ਿਲ੍ਹੇ ਦਾ ਸੌਦਾ ਕਰ ਲੈ, ਮੈਂ ਦੇ ਦਾਂਗਾ ਪੈਸੇ। ਲਗਾ ਸਪਨਾ ਦੇਖ ਰਹੇ ਹੈ ਸੇਠ ਜੀ, ਇੱਕ ਥੱਪੜ ਮਾਰੋ। ਲੈ, ਇਹਨੂੰ ਯਕੀਨ ਹੀ ਨਹੀਂ ਹੋ ਰਿਹਾ। ਨੀਟੇ। ਹਾਂ। ਤੂੰ ਮੈਨੂੰ ਸੌਰੀ ਕਿਹਾ? ਨਹੀਂ ਮੈਂ ਨਹੀਂ ਕਿਹਾ। ਕਹਿ ਦੇ ਫਿਰ, ਮੈਨੂੰ ਗੁੱਸੇ 'ਚ ਨੀਂਦ ਨਹੀਂ ਆਉਂਦੀ। ਇੱਕ ਸ਼ਰਤ ਤੇ ਕਹੂੰਗਾ, ਲੈਟ ਜਗਾ ਲਈਏ, ਮੈਨੂੰ ਨਾ ਨੇਰੇ 'ਚ ਦਬਾਅ ਪੈ ਜਾਂਦਾ। ਸੋ ਜਾ ਡਿੱਗ ਕੇ, ਡਰਪੋਕ ਜਾ। ਨੰਗੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ, ਲੰਗੇ ਪਾਣੀ ਵਾਂਗੂ ਦੂਰ ਹੋ ਗਿਆ ਸੱਜ
मिश्री मेरे डैडी दे नोट बदलवा दो प्लीज मेरे डैडी दे नोट बदलवा दो प्लीज व्हाई नॉट मेरे डैडी दे नोट बदलवा दो प्लीज क्यों नहीं पागल गुड मॉर्निंग बेटा जी ये जो आपने 1000 का नोट दिया था ना रात को ये अब सरकार ने बंद कर दिया है अब नहीं चलने वाला ये आप अगर 100-100 के हैं तो दे दो ओ माय गॉड सरकार ने नोट ही बंद कर दिया अंकल जी मैंने तो पता ही नहीं दसो कदो राती तो हुए ने पता जाए तेनु अच्छा तो तुम लोगों को इस बात का पता था शर्म तो नहीं आती तुम्हें बुजुर्ग आदमी को बेवकूफ बनाते हुए दे हुन जवाब 5 मिनट में निकलो यहां से 5 मिनट में मुसीबत हो जानी साडे लिए प्लीज झूठे अंकली नोट बंदी दे सत्ते ठंडे माहौल दे विच लोकां दे बड़ा गुस्सा है बड़ा रोष है देखदे हां युवा पीढ़ी दा इस बारे की कहना है अच्छा तुसी सवेर दे बैंक दी लाइन च खड़े हो की फील कर रहे हो वधिया लग रहा है कुछ लोग समर्थन भी कर रहे नोटबंदी दा पर थानू वधिया की लग रहा है मिश्री दे मैसेज आ रहे ने मिश्री दे मैसेज आ रहे ने लो जी ए भी इन वास्ते खुशी दी गल है नोटबंदी करके कोई किसे नु मिल रहा है यार तू सानू अंदर क्यों नहीं वंड दे रहा ए बंदिया दी लाइन है ओ जनानिया दी आ तुसी केड़ी नवी लाइन बनाई है ए जानकारा दी लाइन है असी कैशियर साहब दे खासम खास बंदे आ आओ जी अंदर गेट तां उहनां दे आए ते खुलूगा डीक लो जिन्नू अज तक कदे ओदे घरदिआं ने नहीं डीकिया अज सानू ओनू डीकना पै रहा इस नोटबंदी दे माहौल च लोकी किन्नी तकलीफां झेल रहे ने आओ गल करदे आ पैन जी ਤੁਸੀਂ ਕਿਉਂ ਲਾਈਨ 'ਚ ਲੱਗੇ ਹੋ ਬੈਂਕ ਵਾਲਿਆਂ ਨੇ ਪੂਰੀਆਂ ਛੋਲਿਆਂ ਦਾ ਲੰਗਰ ਲਾਇਆ ਤੂੰ ਵੀ ਲੱਗ ਜਾ ਜਨਤਾ ਬੜੀ ਅੱਕੀ ਹੋਈ ਹੈ ਲਾਈਨ 'ਚ ਲੱਗ ਕੇ ਤੁਸੀਂ ਜਨਤਾ ਨੂੰ ਕੁਝ ਕਹਿਣਾ ਚਾਹੋਗੇ ਭੈਣ ਜੀ ਮਰ ਜਾਣਾ ਮੇਰੀਆਂ ਕਮੇਟੀਆਂ ਡੁੱਬ ਗਈਆਂ ਪਰਸੋਂ ਕਮੇਟੀ ਚੁੱਕੀ ਕੱਲ ਸਰਕਾਰ ਨੇ ਨੋਟਬੰਦੀ ਕਰਤੀ ਹਫ਼ਤਾ ਪਹਿਲਾਂ ਨਹੀਂ ਸੀ ਦੱਸ ਸਕਦੇ ਮੈਂ ਕਮੇਟੀ ਹੋਰ ਕਿਸੇ ਨੂੰ ਚੁਕਾ ਦਿੰਦੀ ਦੇਖੋ ਕਿਸੇ ਦੀ ਕਮੇਟੀਆਂ ਡੁੱਬ ਰਹੀਆਂ ਤੇ ਕਿਸੇ ਦਾ ਕਾਲਾ ਤਨ ਸ਼ਾਇਦ ਇਸੇ ਲਈ ਸਰਕਾਰ ਨੇ ਦੱਸਿਆ ਨਹੀਂ ਏ ਠੰਡਾ ਤੱਤਾ ਰਿਪੋਰਟ ਆਓ ਕਿਸੇ ਹੋਰ ਨੂੰ ਪੁੱਛਦੇ ਆਂ ਇਹ ਸਾਡਾ ਪ੍ਰਵਾਸੀ ਭਰਾ ਵੀ ਸ਼ਾਇਦ ਕੁਝ ਕਹਿਣਾ ਚਾਹੁੰਦਾ ਹੈ ਹਾਂ ਕਹਿਣਾ ਚਾਹੁੰਦਾ ਹਾਂ ਸੁਣਦੇ ਆ ਸੁਣਦੇ ਆ ਬਾਬੂ ਜੀ ਪੜਨਾ ਹਮ ਯਾ ਕੁਸ਼ਲ ਮੰਗਲ ਹੈ ਆ ਸਭ ਕੋ ਪੜਨਾ ਆ ਟੀਵੀ ਪਰ ਆ ਕੇ ਬਹੁਤ ਜ਼ਿਆਦਾ ਖੁਸ਼ ਹੈ ਇਹ ਕਬ ਤੱਕ ਆਏਗਾ ਹਮਾਰੇ ਗਾਉਂ ਮੇ ਇਹ ਨਹੀਂ ਆਏਗਾ ਗਾਉਂ ਮੇ ਆ ਦੇਖ ਲੋ ਅਨੇਜਾ ਸਾਹਿਬ ਕਿਵੇਂ ਨਿਸ਼ਕਾਮ ਸੇਵਾ ਕਰ ਰਹੇ ਸਮੋਸਿਆਂ ਦੀ ਲਿਆ ਵੇ ਇੱਕ ਇੱਕ ਦੇ ਸਾਰਿਆਂ ਨੂੰ ਹਾਂਜੀ 25 ਕਹੇ ਕਿ 40 ਕਦੋਂ ਹੈ ਉਹ ਦਫਾ ਹੋ ਅਨੇਜਾ ਸਾਹਿਬ ਕਰਨਗੇ ਸਮੋਸਿਆਂ ਦੀ ਨਿਸ਼ਕਾਮ ਸੇਵਾ ਉਹ ਤਾਂ ਘਰੇ ਬਿਠਾ ਕੇ ਕੰਜਕਾਂ ਨੂੰ ਉੱਠਣ ਲੱਗਿਆਂ ਨੂੰ ਕਦੇ ਦਕਸ਼ਣਾ ਨਹੀਂ ਦਿੰਦਾ ਉਲਟਾ ਉਹਨਾਂ ਤੋਂ ਪੈਸੇ ਮੰਗ ਲੈਂਦਾ ਪਤਾ ਨਹੀਂ ਕਦੋਂ ਆਉਣਾ ਯਾਰ ਟੈਨਸ਼ਨ ਹੋਈ ਪਈ ਆ ਲੋ ਜੀ ਆ ਗਏ ਨੇ ਸਾਡੇ ਕੈਸ਼ੀਅਰ ਸਾਹਿਬ ਕੈਸ਼ੀਅਰ ਸਾਹਿਬ ਕੁਝ ਕਹਿਣਾ ਚਾਹੋਗੇ ਕੈਸ਼ੀਅਰ ਸਾਹਿਬ ਬੁਲਾਇਆ ਨਹੀਂ ਬੋਲਦੇ ਉਹ ਆ ਗਏ ਕੈਸ਼ੀਅਰ ਸਾਹਿਬ ਨੋਟ ਸਿਰਫ ਇਹਨਾਂ ਦੇ ਆ ਗਏ ਕੈਸ਼ੀਅਰ ਸਭ ਤੋਂ ਪਹਿਲਾਂ ਤਾਂ ਮੇਰੇ ਨੋਟ ਵਟਾ ਕੇ ਦਿਓ ਸ਼ਾਂਤੀ ਪਾਠ ਲਈ ਚਾਹੀਦੇ ਆ ਜਾਂ ਮੇਰੇ ਘਰੇ ਐਂਬੂਲੈਂਸ ਭੇਜਣੀ ਹੈ ਨਮਸਕਾਰ ਪ੍ਰਧਾਨ ਜੀ ਨਮਸਕਾਰ ਪ੍ਰਧਾਨ ਸਾਹਿਬ ਆਲੇ ਦੁਆਲੇ ਕੀ ਦੇਖਦੇ ਹੋ ਤੁਹਾਨੂੰ ਕਹਿ ਰਹੇ ਹਾਂ ਪ੍ਰਧਾਨ ਜੀ ਇਹ ਪ੍ਰਧਾਨ ਕਾਤੋਂ ਬਣ ਗਿਆ ਜਦ ਦੀ ਨੋਟਬੰਦੀ ਹੋਈ ਓਹ ਆ ਦੇਖ ਲਓ ਪ੍ਰਧਾਨ ਜੀ ਅਸੀਂ ਤੁਹਾਨੂੰ ਕਿੰਨਾ ਮਾਣ ਬਖਸ਼ਿਆ ਹੁਣ ਸਾਡੀ ਇੱਜ਼ਤ ਰੱਖੋ ਪਹਿਲਾਂ ਸਾਡੇ ਨੋਟ ਬਦਲਾਓ ਰਿਸ਼ਤੇਦਾਰੀ ਬਾਅਦ 'ਚ ਕੱਢੋ ਪਹਿਲਾਂ ਪਿੱਛੇ ਜਾ ਕੇ ਲਾਈਨ 'ਚ ਲੱਗੋ ਗੱਲ ਸੁਣ ਖਿਆਲ ਰੱਖੀ ਕਿਤੇ ਲਾਈਨ 'ਚ ਨਾ ਵੜ ਜਾਵੇ ਜੀ ਸਾਹਿਬ ਚਲੋ ਜੀ ਖਾਸਮ ਖਾਸ ਜੀ ਪਿੱਛੇ ਜਾ ਕੇ ਲਾਈਨ 'ਚ ਲੱਗੋ ਕੰਮ ਕਰ ਚਲੋ ਚਲੋ ਕੀ ਲੱਭ ਰਿਹਾ ਹੁਣ ਤੂੰ ਉਹ 5-10 ਸਿੱਕਾ ਸੀ ਮੇਰੀ ਪੈਂਟ ਦੀ ਜੇਬ 'ਚ ਯਾਰ ਆ ਰਿਹਾ ਮਿਲ ਗਿਆ ਕਿੰਨੇ ਹੋ ਗਏ ਇਹ ਹੋ ਗਏ 27 ਆਇਆ ਮੈਂ ਆ ਬਿਸਕੁਟਾਂ ਦਾ ਪੈਕਟ ਵੀ ਦੇ ਇੱਕ ਆ 20 ਰੁਪਏ ਦਾ ਚਲੋ ਮੱਠੀ ਦੇ ਦੇ ਠੀਕ ਆ ਲੈ ਜਾ ਨੀਟੇ ਆਪਾਂ ਘਰੋਂ ਇੱਕ ਦੂਜੇ ਦੇ ਵਿਸ਼ਵਾਸ ਤੇ ਭੱਜ ਕੇ ਆਏ ਆ ਸਾਨੂੰ ਲੜਨਾ ਨਹੀਂ ਚਾਹੀਦਾ ਤੂੰ ਸਹੀ ਕਹਿ ਰਹੀ ਹੈ ਮਿਸ਼ਰੀ ਮੈਂ ਕੱਲ ਰਾਤ ਵਾਲੀ ਗੱਲ ਲਈ ਦੁਬਾਰਾ ਮਾਫੀ ਮੰਗਦਾ ਕੋਈ ਨਾ ਹੁਣ ਆਪਾਂ ਕਦੇ ਨਹੀਂ ਲੜਾਂਗੇ ਜ਼ਿੰਦਗੀ ਭਰ ਇੱਕ ਦੂਜੇ ਦਾ ਸਾਥ ਦੇਵਾਂਗੇ ਆਪਣੇ ਕੋਲ ਇੱਕ ਰੋਟੀ ਹੋਏਗੀ ਦੋਵੇਂ ਅੱਧੀ ਅੱਧੀ ਖਾਵਾਂਗੇ ਪਰ ਖੁਸ਼ ਰਹਾਂਗੇ
मैं भी प्रॉमिस कर दिया मैं अगे तो नहीं लड़ूंगी। तो पूरी मट्टी आ गया मैंने पूछा भी नहीं। मिश्री गल्ला गल्ला च मैनू ख्याल नहीं रहा मैनू भुख लगी सी मैं खा गया। मैं तो भुख लगती नहीं मैं तो सोलर सिस्टम ते चलदी हां। ओ मैं लगया तू वर्त रखे होना। ओ माय गॉड फिर तो तू होर भी सेल्फिश आ जदों लगया मैं वर्त रखिया सी तैनूं फ्रूट लगे होना चाहिदा सी मट्टी नहीं फ्रूट। हां 9 रुपए दे अंदर ले अंबा दी पेटी लेवांदा मिश्री कहो जी गल्ला करदियां तू। भजन दे पहलों तो बड़ा कहंदा सी खुश रखूंगा। ओ यार हुण अद्धी मट्टी नाल तू खुश हो जाना सी मैं कहड़ा जान के खादी है मैनूं नहीं ख्याल आया तेरा। हजे 24 घंटे भी नहीं होए सानूं भज्जिया नूं ਤੈਨੂੰ ਹੁਣ ਤੋਂ ਖਿਆਲ ਨਹੀਂ ਰਿਹਾ ਮੈਂ ਹੀ ਪਾਗਲ ਹਾਂ ਜਿਹੜੀ ਆਪਣੇ ਮਾਂ ਪਿਓ ਛੱਡ ਕੇ ਇੱਥੇ ਬੈਠੀਆਂ ਤੇਰੇ ਤੇ ਫਿਰ ਮੈਂ ਕਿਹੜਾ ਆਪਣੇ ਮੰਮੀ ਡੈਡੀ ਨੂੰ ਬੈਗ 'ਚ ਲਈ ਫਿਰਦਾ ਮੈਂ ਵੀ ਤਾਂ ਛੱਡ ਕੇ ਆਇਆ ਮਾਂ ਬਾਪ। ਉਹੀ ਗੱਲ ਤਾਂ ਤੇ ਡਰ ਹੈ ਜੇ ਮੇਰੇ ਪਿੱਛੇ ਮਾਂ ਪਿਓ ਨਹੀਂ ਛੱਡ ਸਕਦਾ ਕੱਲ ਨੂੰ ਮੈਨੂੰ ਵੀ ਛੱਡ ਦੇਗਾ ਤੂੰ। ਓ ਹੈਲੋ ਇਹ ਗੱਲ ਮੈਂ ਵੀ ਤੈਨੂੰ ਕਹਿ ਸਕਦਾ ਮੇਰੀ ਗੱਲ ਕਾਪੀ ਕਰਨ ਦੀ ਲੋੜ ਨਹੀਂ ਆ ਨਾਲੇ ਮੇਰੇ ਪਿੱਛੇ ਨਾ ਆਈ ਹੁਣ ਸਮਝਿਆ ਮੈਂ ਨਹੀਂ ਰਹਿ ਸਕਦੀ ਤੇਰੇ ਨਾਲ। ਮੈਂ ਕਿਹੜਾ ਤੇਰੇ ਨਾਲ ਰਹਿ ਸਕਦਾ ਹਾਂ चिकित्सा के लिए पुराने नोट लिए जा रहे हैं सरकार के हवाले से ये खबर भी आई है कि 500 और 2000 आ देखो जी अस्पताल च हजे भी पुराने नोट चली जाते हैं ਆ ਤੁਸੀਂ ਤੀਏ ਦਿਨ ਢਿੱਡ ਫੜ ਕੇ ਬਹਿ ਜਾਂਦੇ ਹੋ ਕਰਾ ਲਓ ਇਲਾਜ ਪੱਥਰੀ ਦਾ ਹੁਣ। ਤੈਨੂੰ ਪੱਥਰੀ ਦੀ ਪਈ ਆ ਇੱਥੇ ਰਾਤੋਂ ਰਾਤ ਪਹਾੜ ਡਿੱਗ ਪਿਆ ਨਾਲੇ ਜੇ ਇਸ ਵੇਲੇ ਮੇਰੇ ਨਹੀਂ ਦਰਦ ਹੋ ਰਿਹਾ ਤੇ ਮੈਂ ਐਵੇਂ ਪਿੱਤਾ ਪੜਵਾ ਲਵਾਂ। ਚੰਗਾ ਜੇ ਆਪਣਾ ਨਹੀਂ ਕਰਾ ਲਈ ਸੁਨੀਤਾ ਦਾ ਹੀ ਕਰਾ ਲਓ। ਮਾਲਿਕ ਆ ਜਲਦੀ ਬਾਹਰ ਆਈਏ ਚਲੇ ਜਾਣਗੇ ਜਾਂ ਜਲਦੀ ਆ ਜਾਈਏ ਮਾਲਿਕ। ਹੁਣ ਕੀ ਪਸੂੜੀ ਪੈ ਗਈ ਮਾਲਿਕ ਨੀਟਾ ਬਾਜੀ ਆ ਗਿਆ ਗੁੰਡੀ ਲਗਾ ਦੂੰ। आप ही ने बोला था ना कि जब आएंगे तो आप उनकी हड्डी पसली तोड़ेंगे तोड़े। जे हड्डी पसली तोड़ती तो दुकान तक किने बहना मेरे तो अगे लक ते लहंगे बन बन के धुनी ते जख्म होए पए ने लग्या बलदी ते तेल पाऊं जा भजा दुकान ते। डैडी ते मैंने जिन्ना कुटना कुट लो गलती तो मेरे तो बहुत वड्डी होई है जिदा की तू करतूत की जी तो करदा तेरी तौड़ी ला दे पर की करा नोटबंदी करके किसी होर काम वाल ध्यान ही नहीं जांदा। चढ़ाता चाहने कुड़ी लेके भज्जिया सी हुण की लेना आया इत्थे आधार कार्ड लेना आया घरे भुल गया सी ओ तू शुक्र कर घरे वापस मुड़िया ओ भी कल्ला नहीं अजकल जे लोकां दे न्याणे भजदे आ करो तां ना न्याणे लेके मुड़दे आ। थैंक यू डैडी तुसीं मैनूं अंडरस्टैंड कीता पर समझ लो जवान खून सी वाला खा गया। ओ जे जवान खून सी तां साइकिल ते कपड़े दी फेरी लाउणी सी मेरे मुँह ते काल खलाउणी सी जवान खून सी वड्डे मिर्जे दा तोशी चल मुंडे नूं रोटी दे। ले जवाई बनन नूं फिरदा हलवाइयां दा भुख लगी होनी इहनूं किते खा ला उत्थे ही जाके मेथों नहीं बनदियां इहदियां रोटियां। चल बारों कुलचे छोले खा ला जदों मेरे नाल इदां हुंदी है मैं भी यही खाना हुंदा। नमस्कार ओ भुल आ गयो ए 5000 और 1000 रुपए के नोट बैंक में वापस ले लेना पियो माफ हो चुकी है। प्रधानमंत्री श्री मोरारजी देसाई ने कहा नोटबंदी का फैसला सही साबित हुआ है। हां फिर भुलिया कमा लिया फिर पैसे हैं ले मास्टर जी मैं तो किन्नी बारी कहा भी भोला मेरा ना ही रखता आ तो पैसे पूसे मैं कभी गोलिया नहीं तो पैसा कमाना मेरे लिए कादा औखा नाले जेड़ा कुछ मैं शहर च देख के आया ना ओए होए होए नहीं रीसा भी आप जनी इतने सारे बस नेरे च ही रही जाने अगलिया ने उत्थे वेलने हट्टिया ते लाए हुए चवानी दो झट नींबू पूदना पा के भर के गिलास रसदा कर देंदे मूहरे नाले शिकंजवी बोतलां च पा के चिणके रखी हुंदी आ बंटे नाल बंद करके बंटे ते सट मारो ते छाला मार दी शिकंजवी ऐ बाहर आउंदी जिवें मोगे जो सरकारी पाणी बाहर आउंदा ते सरपंच साहब पैसा बंदा मेहनत करन वाला चाहीदा मेरे वर्गा पैसा ते जांदा अगे अगे जे नहीं यकीन ते आपे कर लो दर्शन। आ लो जी ना तू ऐवें दंदियां जी कढ़ी जाना आ जड़ा तू 1000 दा नोट चक्की फिरदा ना हे तां सरकार ने कदों दा बंद करता तेरी सारी कमाई मिट्टी है मिट्टी तू भोला नहीं मूर्ख है मूर्ख। क्यों सरपंच साहब। हाँ भोलिया ये नोट तां हुण बंद हो चुके है ये तां हुण मिट्टी है। न
ਮੈਂ ਜੇ ਨੋਟ ਮਿੱਟੀ ਹੋ ਗਿਆ ਤਾਂ ਇਸ ਵਿਚਾਰੇ ਦੀ ਮਿਹਨਤ ਤਾਂ ਨਹੀਂ ਮਿੱਟੀ ਹੋਈ। ਬੰਸਿਓ ਤੂੰ ਕੀ ਕਹਿੰਦਾ? ਵੇਖ ਲਓ ਸਰਪੰਚ ਸਾਹਿਬ, ਗੱਲ ਤਾਂ ਪੈਸਿਆਂ ਦੀ ਹੋਈ ਸੀ। ਇਹਦਾ ਮਤਲਬ ਭੋਲਾ ਹੀ ਪਿੰਡ ਦਾ ਸੀ, ਭੋਲੇ ਦਾ ਤਾਂ ਪਿੰਡ 'ਚ ਕੋਈ ਵੀ ਨਹੀਂ। ਫਿਰ ਮੈਂ ਵੀ ਪਿੰਡ 'ਚ ਰਹਿ ਕੇ ਕੀ ਕਰਨਾ? ਆ ਤੁਹਾਡੀ ਬੁਗਨੀ ਵਾਲੇ ਪੈਸੇ। ਨਹੀਂ ਭੋਲੇ ਰਹਿਣ ਦੇ, ਅਸੀਂ ਨਹੀਂ ਲੈਣੇ। ਹਾਂ ਹੁਣ ਕੀ ਹਾਲ ਹੈ ਖੰਨਾ ਸਾਹਿਬ ਦਾ? ਖੰਨਾ ਭਾਈ ਸਾਹਿਬ ਤੇ ਫਿਰ ਵੀ ਕੁਝ ਠੀਕ ਨੇ ਜੀ, ਪਰ ਕਿਰਨਾ ਨੇ ਰੋ ਰੋ ਕੇ ਬੁਰਾ ਹਾਲ ਕੀਤਾ ਹੋਇਆ, ਮੈਥੋਂ ਉਹਦਾ ਰੋਣਾ ਨਹੀਂ ਦੇਖਿਆ ਗਿਆ। ਵਿਚਾਰੀ ਕਿਰਨਾ ਦੇ ਤਾਂ ਲੇਖ ਹੀ ਮਾੜੇ ਨੇ ਜੀ, ਰੱਬ ਧੀਆਂ ਬਾਅਦ ਚੋਂ ਜੰਮਦਾ, ਪਹਿਲਾਂ ਲੇਖ ਮਾੜੇ ਲਿਖਦਾ। ਪੰਜੀ ਪੰਜੀ ਕਰਕੇ ਖੰਨਾ ਸਾਹਿਬ ਨੇ ਕਿਰਨਾ ਦੇ ਵਿਆਹ ਲਈ ਪੈਸੇ ਜੋੜੇ ਸੀ। ਕਿਸੇ ਕੰਮ ਨਹੀਂ ਆਏ, ਮੁੰਡੇ ਵਾਲੇ ਨਵੇਂ ਨੋਟ ਮੰਗਦੇ ਆ, ਕਿੱਥੋਂ ਲੈ ਕੇ ਆਊ ਵਿਚਾਰਾ 30 ਲੱਖ ਦੇ ਨਵੇਂ ਨੋਟ? ਇੱਥੇ 2000 ਦੇ ਨੋਟ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾਈਨਾਂ 'ਚ ਖੜਨਾ ਪੈਂਦਾ, ਜਦੋਂ ਵਾਰੀ ਆਉਂਦੀ ਆ ਉਦੋਂ ATM 'ਚ ਕੈਸ਼ ਮੁੱਕ ਜਾਂਦਾ। ਨੀਟਾ ਤੂੰ ਇਹਨੂੰ ਕੜਾਈ ਸੁੱਟ। ਯਾਰ ਮੈਂ ਕੋਈ ਜ਼ਰੂਰੀ ਗੱਲ ਕਰਨ ਆਇਆ ਤੁਹਾਡੇ ਨਾਲ। ਮਿਸ਼ਰੀ ਤੂੰ ਅੰਦਰ ਜਾ, ਇਹੋ ਜਿਹਾ ਕੁਛ ਨਹੀਂ ਪਤਾ ਕਦੋਂ ਵੱਟਾ ਮਾਰ ਕੇ ਭੱਜ ਜਾਏ। ਗੋਲੂ ਮੈਂ ਸੀਰੀਅਸ ਗੱਲ ਕਰਨ ਆਇਆ ਯਾਰ। ਤੂੰ ਜਿੰਨੀ ਮਰਜ਼ੀ ਸੀਰੀਅਸ ਗੱਲ ਕਰ ਲੈ ਪੁੱਤ, ਪਰ ਹੁਣ ਮਿਸ਼ਰੀ ਨਹੀਂ ਤੇਰੇ ਪਿੱਛੇ ਸੀਰੀਅਸ ਹੁੰਦੀ। ਮੈਨੂੰ 2 ਮਿੰਟ ਮਿਲ ਸਕਦੇ ਨੇ? ਭਾਂਡਾ ਲਿਆਇਆ ਉਹ ਮਾਮਾ, ਉਹ ਦੁੱਧ ਪਵਾਉਣ ਨਹੀਂ ਆਇਆ। ਤੂੰ ਬੋਲ ਕੀ ਬੋਲਣਾ? ਮੈਂ ਕਿਰਨਾ ਬਾਰੇ ਗੱਲ ਕਰਨ ਆਇਆ। ਖੰਨਾ ਅੰਕਲ ਤੇ ਜੋ ਵੀ ਬੀਤੀ ਆਪਾਂ ਸਾਰਿਆਂ ਨੂੰ ਪਤਾ, ਕਿਰਨਾ ਆਪਣੀ ਵੀ ਦੋਸਤ ਹੈ, ਆਪਣਾ ਫਰਜ਼ ਬਣਦਾ ਦੋਸਤੀ ਦੇ ਨਾਤੇ ਕੁਛ ਕਰੀਏ। ਖੋਇਆ ਅਸੀਂ ਦੋਸਤੀ 'ਚ ਕੱਢ ਰਹੇ ਹਾਂ, ਨਹੀਂ ਤਾਂ ਸਾਨੂੰ ਕਿਹੜਾ ਘੰਟੇ ਤੇ $12 ਮਿਲਦੇ ਆ? ਪਰ ਕਿਰਨਾ ਦਾ ਤਾਂ ਰਿਸ਼ਤਾ ਟੁੱਟ ਗਿਆ ਨਾ, ਜੇ ਹੋ ਰਿਹਾ ਹੁੰਦਾ ਆਪਾਂ ਕੁਛ ਕਰ ਸਕਦੇ ਸੀ, ਹੁਣ ਕੀ ਕਰੀਏ? ਉਹੀ ਤਾਂ ਮੈਂ ਕਹਿ ਰਿਹਾ, ਆਪਾਂ ਮੁੰਡੇ ਵਾਲਿਆਂ ਦੇ ਘਰੇ ਚੱਲਦੇ, ਉਹਨਾਂ ਨੂੰ ਸਮਝਾਉਂਦੇ ਹਾਂ, ਕੀ ਪਤਾ ਕਿਰਨਾ ਦਾ ਵਿਆਹ ਹੀ ਹੋ ਜੇ। ਦੇਖ ਜੇ ਤੂੰ ਕਿਰਨਾ ਬਾਰੇ ਵਾਕਈ ਏਦਾਂ ਸੋਚਦਾ ਆਪਾਂ ਤੇਰੇ ਨਾਲ ਚੱਲ ਸਕਦੇ ਹਾਂ, ਪਰ ਤੂੰ ਮੇਰੇ ਤੋਂ ਹੁਣ ਦੂਰ ਹੀ ਰਹੀ। ਤੇ ਉਹ ਵੀ ਘੱਟੋ ਘੱਟ 5 ਫੁੱਟ। ਹਾਂ ਘੱਟੋ ਘੱਟ 5 ਫੁੱਟ, ਨਹੀਂ ਤਾਂ ਮੈਂ ਇਹਦੀ ਅੱਖਾਂ 'ਚ ਮਿਰਚਾਂ ਪਾ ਦੂੰਗਾ। ਹਾਂ ਠੀਕ ਹੈ। ਖੰਨਾ ਸਾਹਿਬ ਨਾਲ ਮੇਰੀ ਗੱਲ ਤਾਂ ਹੋ ਗਈ ਹੈ, ਮੈਂ ਸਾਰਾ ਕੁਛ ਤਾਂ ਕਲੀਅਰ ਕਰਤਾ ਸੀ ਉਹਨਾਂ ਨੂੰ, ਹੁਣ ਹੋਰ ਕੀ ਗੱਲ ਕਰਨੀ ਹੈ? ਅੰਕਲ ਪੈਸੇ ਹੀ ਥੋੜ੍ਹੀ ਸਭ ਕੁਛ ਹੁੰਦਾ, ਕਿੰਨਾ ਬਹੁਤ ਚੰਗੀ ਕੁੜੀ ਹੈ, ਉਹਨੂੰ ਦੇਖੋ ਤੁਹਾਡੀ ਧੀ ਦੀ ਕਮੀ ਪੂਰੀ ਕਰ ਦੇਣੀ ਹੈ। ਬੇਟਾ ਜੀ ਮੈਂ ਲੱਖਾਂ ਰੁਪਈਆ ਲਾ ਕੇ ਮੁੰਡੇ ਨੂੰ ਪੜ੍ਹਾਇਆ ਲਿਖਾਇਆ, ਮੇਰਾ ਇੰਨਾ ਤਾਂ ਬਣਦਾ ਹੀ ਹੈ। 500,000 ਦੇ ਨੋਟ ਨਹੀਂ ਬਦਲੇ ਅੰਕਲ ਜੀ, ਨੋਟਾਂ ਨੇ ਇਨਸਾਨ ਬਦਲਤੇ, ਰਿਸ਼ਤੇ ਬਦਲਤੇ। ਤੁਸੀਂ ਆਪਣੇ ਮੁੰਡੇ ਦੀ ਕਾਬਲੀਅਤ ਦਾ ਮੁੱਲ ਨਹੀਂ ਲਾ ਰਹੇ ਹੋ, ਇੱਕ ਕੁੜੀ ਦੇ ਪਿਓ ਦੀ ਇੱਜ਼ਤ ਦਾ ਮੁੱਲ ਲਾ ਰਹੇ ਹੋ।
ਕਿੰਨਾ ਲਾਚਾਰ ਹੁੰਦਾ ਪਿਓ ਜਿਹੜਾ ਆਪਣੀ ਕੁੜੀ ਵੀ ਦਿੰਦਾ ਤੇ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਕੀਤੀ ਪੂੰਜੀ ਵੀ ਫਿਰ ਵੀ ਆਖਰ ਇਹ ਸੋਚ ਕੇ ਮਰਦਾ ਕਿ ਪਤਾ ਨਹੀਂ ਮੇਰੇ ਤੋਂ ਬਾਅਦ ਮੇਰੀ ਕੁੜੀ ਨਾਲ ਕੀ ਹੋਣਾ ਇੰਨੀ ਟੇਕ ਮੁਨਸ਼ੀ ਪ੍ਰੇਮ ਚੰਦ ਕਿੱਥੋਂ ਆ ਗਿਆ ਗੈਟ ਅਪ ਆਈ ਸੇ ਗੈਟ ਅਪ ਆਊਟ ਹੁਣ ਬੇਇੱਜ਼ਤੀ ਤਾਂ ਕਰਾ ਲਈ ਆਟੋ ਵੀ ਕਰਾ ਲਓ ਚਲੀਏ ਘਰੇ ਇਹੋ ਜਿਹੇ ਲੋਕਾਂ ਕਰਕੇ ਤਾਂ ਭਾਰ ਲੱਗਦੀਆਂ ਨੇ ਯਾਰ ਕੁੜੀਆਂ ਮਾਂ ਪਿਓ ਨੂੰ ਸੋਚਦੇ ਵੀ ਨਹੀਂ ਦਾਜ ਮੰਗਣ ਤੋਂ ਪਹਿਲਾਂ ਵੀ ਕੁੜੀ ਜਾਂ ਕੁੜੀ ਦੇ ਮਾਂ ਪਿਓ ਤੇ ਕੀ ਬੀਤੂ ਖਬਰਦਾਰ ਜੇ ਤੁਸੀਂ ਕਦੇ ਕਿਸੇ ਨੇ ਦਾਜ ਮੰਗਿਆ ਮਿਸ਼ਰੀ ਇਹਨਾਂ ਲੋਕਾਂ ਨੇ ਮੁੰਡਾ ਵਿਆਹਣਾ ਥੋੜੀ ਆ ਵੇਚਣਾ ਓ ਹੈਲੋ ਇਹ ਗੱਲ ਮਿਸ਼ਰੀ ਬੋਲ ਕੇ ਦੱਸਣ ਦੀ ਕੀ ਲੋੜ ਹੈ ਗੋਲੂ ਇਹਨਾਂ ਨੇ ਮੁੰਡਾ ਵਿਆਹਣਾ ਨਹੀਂ ਵੇਚਣਾ ਬੋਲੇਗਾ ਤਾਂ ਵੀ ਮਿਸ਼ਰੀ ਨੇ ਸੁਣੀ ਲੈਣਾ ਹੈ 5 ਫੁੱਟ ਦੂਰ ਮੈਨੂੰ ਤਾਂ ਖੰਨਾ ਅੰਕਲ ਦੀ ਟੈਨਸ਼ਨ ਹੋ ਰਹੀ ਹੈ ਮਸਾਂ ਤੱਕ ਇਹਨਾਂ ਦਾ ਰਿਸ਼ਤਾ ਪੱਕਾ ਹੋਇਆ ਸੀ ਇਹਨਾਂ ਨੇ ਨਹੀਂ ਮੰਨਣਾ ਬਿਨਾਂ ਪੈਸਿਆਂ ਤੋਂ ਆਪਾਂ ਨੂੰ ਬੰਦੋਬਸਤ ਕਰਨਾ ਪੈਣਾ 1,500 ਨਹੀਂ ਦੇਣਾ 30 ਲੱਖ ਦੇਣਾ ਉਹ ਵੀ ਨਵੇਂ ਨੋਟ ਅਜੇ ਕੈਸ਼ ਨਹੀਂ ਆਇਆ ਹਾਂ ਮੈਂ ਨੋਟ ਬਦਲਣ ਵਾਲਾ ਗਲਤ ਕੰਮ ਨਹੀਂ ਕਰ ਸਕਦਾ ਨਾ ਅਸੀਂ ਕਿਹੜਾ ਨੋਟਾਂ ਬਦਲੇ 32 ਬੋਰ ਮੰਗ ਰਹੇ ਹਾਂ ਨੋਟ ਹੀ ਮੰਗ ਰਹੇ ਇੱਕ ਕਾਰਡ ਤੇ 2.5 ਲੱਖ ਰੁਪਈਆ ਮਿਲ ਸਕਦਾ ਹੈ ਅੰਕਲ ਜੀ ਕਾਰਡ ਜਿੰਨੇ ਮਰਜ਼ੀ 256 GB ਚੱਲੂ ਉਹ ਮੈਮਰੀ ਕਾਰਡ ਤੇ ਪੈਸੇ ਨਹੀਂ ਵੰਡ ਰਹੇ ਵਿਆਹ ਦੇ ਕਾਰਡ ਦੀ ਗੱਲ ਕਰ ਰਹੇ ਆ ਅੱਛਾ ਤੁਸੀਂ ਦੋਵੇਂ ਵਿਆਹ ਕਿਉਂ ਨਹੀਂ ਕਰਾ ਲੈਂਦੇ ਦੋਵਾਂ ਨੂੰ 2.5 ਲੱਖ ਰੁਪਏ ਮਿਲ ਜੂਗਾ ਅੰਕਲ ਜੀ ਪੈਸੇ ਨਹੀਂ ਦੇਣੇ ਨਾ ਦਿਓ ਪਰ ਘੱਟੋ ਘੱਟ ਇਹੋ ਜਿਹੀ ਬੁੜੀਆਂ ਸਲਾਹ ਤਾਂ ਨਾ ਦਿਓ ਅੰਕਲ ਜੀ ਪਲੀਜ਼ ਐਂ ਨਾ ਕਰੋ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਵੈਸੇ ਵੀ ਚੁੱਪ ਚੁਪੀਤੇ ਬੈਂਕਾਂ 'ਚ ਨੋਟ ਬਦਲੀ ਹੋ ਹੀ ਜਾ ਰਹੇ ਨੇ ਜਿੰਨੇ ਮੂੰਹ ਓਨੀਆਂ ਗੱਲਾਂ ਸਾਡੇ ਬੈਂਕ 'ਚ ਇੱਦਾਂ ਨਹੀਂ ਹੁੰਦਾ ਤੁਸੀਂ ਮਾਰਕੀਟ 'ਚ ਪਤਾ ਕਰੋ ਹੋ ਸਕਦਾ ਤੁਹਾਨੂੰ ਨਵੇਂ ਨੋਟ ਮਿਲ ਜਾਣ ਮਾਰਕੀਟ 'ਚ ਕਿਹੜਾ ਲੋਕਾਂ ਨੇ ਨਵੇਂ ਨੋਟਾਂ ਦੀ ਰੇੜੀਆਂ ਲਾਈਆਂ ਹੋਈਆਂ ਮਾਰਕੀਟ 'ਚ ਮਿਲ ਜਾਣਗੇ ਚਲੋ ਯਾਰ ਚਲੋ ਇੱਥੇ ਕੁਛ ਨਹੀਂ ਹੋਣਾ ਚਲੋ ਕੁਛ ਨਹੀਂ ਮਿਲੇਗਾ ਚੱਲ ਮਿਸ਼ਰੀ ਕੈਂਪਾਂ ਕੋਲ ਵੀ ਨਹੀਂ ਪੁੱਛੀ ਅੰਕਲ ਨੇ ਅੰਕਲ ਮਾਰਕੀਟ 'ਚ ਕਿੱਥੇ ਸਭ ਬਦਲੇ ਜਾਂਦੇ ਨੇ ਜੀ ਜਿੰਨੇ ਮਰਜ਼ੀ ਨੋਟ ਬਦਲ ਲਓ ਹੈ ਹਿੰਦੁਸਤਾਨ 'ਚ ਕੀ ਨਹੀਂ ਹੁੰਦਾ ਨਾ ਮੇਰੀ ਗੱਲ ਸੁਣੋ ਸਰਕਾਰ ਨੇ ਕਿਹੜਾ ਨਵੇਂ ਨੋਟ ਲੋਕਾਂ ਨੂੰ ਮਨੀ ਆਰਡਰ ਕਰਨੇ ਨੇ ਹੈ ਉਹ ਨਿਕਲਨੇ ਤਾਂ ਸਾਡੇ ਵਰਗੇ ਬੈਂਕ ਮੁਲਾਜ਼ਮਾਂ ਦੇ ਹੱਥੋਂ ਹੀ ਹਾਂਜੀ ਹਾਂ ਠੀਕ ਹੈ ਜੀ ਤੁਸੀਂ ਪਹੁੰਚ ਕੇ ਫੋਨ ਕਰ ਦਿਓ ਹਾਂਜੀ ਬਸ ਜੀ ਜਿੰਨੀ ਰਕਮ ਹੋਣੀ ਹੈ 15% ਅਸੀਂ ਲੈਣਾ ਹਾਂ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਓਕੇ ਉਹ ਵੀਰੇ ਉਹ ਮਾੜਾ ਧੱਕਾ ਲਾ ਦੇ ਅੰਕਲ ਜੀ ਇਹਨਾਂ ਨੂੰ ਮੈਂ ਬਦਲ ਕੇ ਲਿਆਉਂ ਤੁਸੀਂ ਬਸ ਵਿਆਹ ਦੀ ਤਿਆਰੀ ਕਰੋ ਵੈਸੇ ਪੁੱਤਰ ਮੈਨੂੰ ਤੇਰੇ ਤੇ ਪੂਰਾ ਯਕੀਨ ਹੈ ਫਿਰ ਵੀ ਇੱਕ ਵਾਰ ਆਪਣੇ ਫਾਦਰ ਸਾਹਿਬ ਤੋਂ ਕਹਾ ਦਿੰਦਾ ਤਾਂ ਪਾਪਾ ਤੁਸੀਂ ਮੈਂ ਤਾਂ ਵੈਸੇ ਕਹਿ ਰਿਹਾ ਸੀ ਰੱਖਾਂ ਦਾ ਮਾਮਲਾ ਹੈ ਬੱਚਾ ਕਿਤੇ ਇੰਨੇ ਨੋਟ ਦੇਖ ਕੇ ਘਬਰਾ ਨਾ ਜਾਏ ਲੈ ਅੰਕਲ ਜੀ ਤੁਸੀਂ ਲੱਖਾਂ ਦੀ ਗੱਲ ਕਰਦੇ ਹੋ ਸਾਡਾ ਤਾਂ ਨੌਕਰ ਵੀ ਕਰੋੜਾਂ 'ਚ ਖੇਡਦਾ ਕਿਉਂ ਬਿਮਾਰ ਆਦਮੀ ਸੇ ਮਜ਼ਾਕ ਕਰ ਰਿਹਾ ਹੈ ਜਵਰ ਅੰਕਲ ਜੀ ਤੁਸੀਂ ਚਿੰਤਾ ਨਹੀਂ ਕਰਨੀ ਤਿਆਰੀਆਂ ਕਰੋ ਮੈਂ ਚੱਲਦਾ ਪੁੱਤਰ ਤੂੰ ਜੋ ਵੀ ਕੁਛ ਕਰ ਰਿਹਾ ਹੈ ਨਾ ਮੇਰੀ ਧੀ ਕਿਰਨ ਲਈ ਸ਼ਾਇਦ ਉਹਦਾ ਆਪਣਾ ਸੱਕਾ ਭਰਾ ਵੀ ਹੁੰਦਾ ਤਾਂ ਉਹ ਵੀ ਨਹੀਂ ਕਰਦਾ ਨਹੀਂ ਨਹੀਂ ਅੰਕਲ ਜੀ ਨੀਟੇ ਤੈਨੂੰ ਜ਼ਿੰਦਗੀ 'ਚ ਕੋਈ ਵੀ ਲੋੜ ਹੋਵੇ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਬਸ ਇੱਕ ਵਾਰ ਮਾਤਾ ਨੈਣਾ ਦੇਵੀ ਦੇ ਮੱਥਾ ਟੇਕ ਆਈ ਮਾਂ ਸਭ ਦੀ ਸੁਣਦੀ ਹੈ ਮੇਰੀ ਵੀ ਸ਼ਾਇਦ ਉਹਨੇ ਸੁਣੀ ਹੈ ਤਾਂ ਹੀ ਤੈਨੂੰ ਇੱਥੇ ਭੇਜਿਆ ਕੋਈ ਗੱਲ ਨਹੀਂ ਅੰਕਲ ਜੀ ਕਿਰਨਾ ਦਾ ਵਿਆਹ ਹੋ ਜਾਵੇ ਸੁੱਖੀ ਸਾਂਦੀ ਫਿਰ ਮੈਂ ਤੁਹਾਨੂੰ ਵੀ ਲੈ ਜੂੰਗਾ ਮਾਤਾ ਰਾਣੀ ਦੇ ਮੱਥਾ ਟਿਕਾਉਣ ਟੈਂਪੂ 'ਤੇ ਜੈ ਮਾਤਾ ਦੀ ਜੈ ਮਾਤਾ ਚੱਲੀ ਚੱਲੀ ਹਾਂਜੀ ਭਾਅ ਜੀ ਉਹ ਪੈਸੇ ਆ ਗਏ ਸੀ ਜੀ ਦੱਸੋ ਕਦੋਂ ਆਵਾਂ ਬਦਲਵਾਉਣ 2 ਦਿਨ ਬਾਅਦ ਭਾਈ ਤੁਹਾਨੂੰ ਦੱਸਿਆ ਤਾਂ ਸੀ 2 ਦਿਨ ਬਾਅਦ ਕੁੜੀ ਦਾ ਵਿਆਹ ਹੈ ਜੀ ਯਾਰ ਉਹ ਤਾਂ 2 ਦਿਨ ਬਾਅਦ ਕਹੀ ਜਾਂਦਾ 2 ਦਿਨ ਮੈਂ ਕਹਿੰਦੀ ਆ ਸੂਟ ਸੱਸ ਨੂੰ ਲਾ ਦੇਣੇ ਨਹੀਂ ਇਹ ਰੰਗ ਸੱਸ ਨੂੰ ਨਹੀਂ ਅੱਛਾ ਲੱਗਣਾ ਨਨਾਨ ਨੂੰ ਲਗਾ ਦੇ ਨਮਸਤੇ ਆਂਟੀ ਨਮਸਤੇ ਨਮਸਤੇ ਆ ਜਾ ਮਿਸ਼ਰੀ ਆ ਜਾ ਨਮਸਤੇ ਭੈਣ ਜੀ ਕਿੱਦਾਂ ਹੋਰ ਸੁਣਾਓ ਬਸ ਵਧੀਆ ਇਹਨੂੰ ਕਿਸਾ ਪਸੰਦ ਹੈ ਤੁਹਾਨੂੰ ਤਾਂ ਪਤਾ ਹੀ ਹੈ ਵਧਾਈ ਹੋਵੇ ਮਿਸ਼ਰੀ ਦੇ ਸਹੁਰੇ ਨੇ ਵਿਆਹ ਮੰਗ ਲਿਆ ਅਗਲੇ ਮਹੀਨੇ ਦਾ ਕਰੋ ਤਿਆਰੀ ਚਲੋ ਤਾਂ ਠੀਕ ਹੈ ਪਰ ਇੰਨੇ ਥੋੜੇ ਟਾਈਮ ਦੇ ਵਿੱਚ ਤਿਆਰੀ ਕਿਵੇਂ ਹੋਊਗੀ ਭੈਣ ਜੀ ਭੈਣ ਜੀ ਸ਼ੁਕਰ ਕਰੋ ਅਗਲੇ ਵਿਆਹ ਲਈ ਮੰਨ ਗਏ ਨੇ ਤੁਸੀਂ ਤਾਂ ਰਾਤੋਂ ਦਿਨ ਨਾ ਚੜ੍ਹਨ ਦਿਵੋ ਤਾਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰੋ
ਹੁਣ ਤੁਸੀਂ ਢਿੱਲੇ ਨਾ ਪਾਓ, ਤਿਆਰੀ ਸ਼ੁਰੂ ਕਰੋ ਵਿਆਹ ਦੀ। ਅਲੇ ਤੇਰੇ ਡੈਡੀ ਨੂੰ ਪਤਾ ਸੀ ਪੈਸਿਆਂ ਬਾਰੇ? ਨਹੀਂ, ਫਿਰ ਤਾਂ ਗਿਣਨ ਦੀ ਲੋੜ ਨਹੀਂ। ਚੱਲ ਮੈਂ ਜਲਦੀ ਤਿਆਰ ਹੋਣਾ। ਹਾਂ, ਤੂੰ ਤਾਂ ਰੀਬਨ ਵੀ ਕਟਾਉਣਾ। ਤੂੰ ਨੱਕ ਨਾ ਕਟਾ ਦੀ ਚੰਗਾ, ਛੇਤੀ ਆ ਜੀ ਬਰਾਤ ਆਉਣ ਤੋਂ ਪਹਿਲਾਂ ਪਹਿਲਾਂ। ਉਹ ਮੈਨੂੰ ਮੇਰੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਮਿਸ਼ਰੀ, ਮੇਰੀ ਗੱਲ ਹੋ ਚੁੱਕੀ ਹੈ ਬੰਦੇ ਨਾਲ। ਮੈਨੂੰ ਪਤਾ ਜੇ ਪੈਸੇ ਪੂਰੇ ਨਾ ਹੋਏ ਕਰਨਾ ਦੇ ਫੇਰੇ ਪੂਰੇ ਨਹੀਂ ਹੋਣੇ। ਇਹਨਾਂ ਪੈਸਿਆਂ ਨੂੰ ਮੈਂ ਆਪਣੀ ਜਾਨ ਤੋਂ ਜ਼ਿਆਦਾ ਸੰਭਾਲ ਕੇ ਰੱਖੂੰ। ਆਇਆ ਮੈਂ ਬਸ। ਸਾਡੀ ਦੁਕਾਨ ਤੇ ਨਵੇਂ ਬ੍ਰਾਈਡਲ ਸੂਟਸ ਆਏ ਨੇ। ਫਿਰ ਮੈਨੂੰ ਕੀ ਦੱਸ ਰਿਹਾ? ਕਿਉਂ ਲੈਣੇ ਨਹੀਂ ਤੂੰ? ਅਗਲੇ ਹਫ਼ਤੇ ਤੇਰਾ ਵਿਆਹ। ਲੱਖ ਵਾਰੀ ਕਿਹਾ ਤੈਨੂੰ ਛੱਡ ਦੇਣਾ ਏ, ਯਾਦਾਂ ਵਿੱਚੋਂ ਵੀ ਮੈਂ ਘਰ ਅੱਡ ਦੇਣਾ ਏ। ਲੱਖ ਵਾਰੀ ਕਿਹਾ ਤੈਨੂੰ ਛੱਡ ਦੇਣਾ ਏ, ਯਾਦਾਂ ਵਿੱਚੋਂ ਵੀ ਮੈਂ ਘਰ ਅੱਡ ਦੇਣਾ ਏ। ਪਰ ਪੈਰਾਂ ਤੇ ਨੀ ਵਸ ਚੱਲਦਾ, ਹਰ ਕਦਮ ਤੇਰਾ ਹੀ ਰਾਹ ਚੁਣਦਾ। ਪਹਿਲਾਂ ਮੈਂ ਨੀ ਸੁਣੀ ਦਿਲ ਦੀ, ਤੇ ਹੁਣ ਮੇਰੀ ਨਹੀਂ ਓ ਦਿਲ ਸੁਣਦਾ। ਪਹਿਲਾਂ ਮੈਂ ਨੀ ਸੁਣੀ ਦਿਲ ਦੀ, ਤੇ ਹੁਣ ਮੇਰੀ ਨਹੀਂ ਓ ਦਿਲ ਸੁਣਦਾ। ਤੂੰ ਵਿਆਹ ਕਦ ਕਰਾਉਣਾ? ਕਰਾ ਲਾਂਗੇ ਜਦੋਂ ਨੋਟਾਂ ਦਾ ਰੌਲਾ ਮੁੱਕੂ। ਪਰ ਉਹ ਤਾਂ ਤੂੰ ਹੋਣਾ ਨੀ ਨਾ ਮੈਨੂੰ ਦੱਸਣ ਲਈ ਵੀ ਕੁੜੀ ਮੇਰੇ ਨਾਲ ਜੱਚਦੀ ਹੈ ਕਿ ਨਹੀਂ। ਲੱਖ ਵਾਰੀ ਕਿਹਾ ਤੈਨੂੰ ਛੱਡ ਦੇਣਾ ਏ, ਯਾਦਾਂ ਵਿੱਚੋਂ ਵੀ ਮੈਂ ਘਰ ਅੱਡ ਦੇਣਾ ਏ।
ਨਮਸਤੇ ਭਾਈ ਸਾਹਿਬ, ਮੈਂ ਹੀ ਕੀਤਾ ਸੀ ਫੋਨ ਪੈਸਿਆਂ ਲਈ। ਕੀ ਗੱਲ? ਠੱਤਰ ਦੀ ਨੋਟਬੰਦੀ ਤੇ ਤੁਰੋਂ ਜਿਹੜਾ ਹੁਣ ਪਹੁੰਚੋ ਉਹ ਜਾਦਾ ਖੜਿਆ, ਜਿਹੜਾ ਲੰਘਦਾ 2000 ਦੇ ਖੁੱਲੇ ਮੰਗਦਾ। ਉਹ 500 ਦੇ ਨੋਟ ਤਾਂ ਹਲੇ ਗਵਰਨਮੈਂਟ ਨੇ ਵੀ ਨਹੀਂ ਛਾਪੇ, ਉਹ ਮੈਂ ਘਰੋਂ ਛਾਪ ਲਾਂ। ਇੱਕ ਮਿੰਟ ਭਾਈ ਸਾਹਿਬ, ਅਸੀਂ ਸਲਾਹ ਕਰ ਲਈਏ। ਕਿਉਂ ਕਿਉਂ ਕਰੋ, ਇਕੱਲਾ ਹੌਸਲਾ ਲੈ ਕੇ ਤੁਰੇ ਸੀ? ਸਲਾਹ ਕਰ ਲਈਏ। ਮੈਨੂੰ ਬੰਦਾ ਠੀਕ ਨਹੀਂ ਲੱਗਦਾ, ਬਾਕੀ ਤੂੰ ਦੇਖ ਲੈ। ਪਿਛੇ ਫਿਰ ਆਪਣੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਨਾ ਹੈ, ਉੱਥੇ ਕਿਰਨਾਂ ਦੀ ਬਰਾਤ ਆ ਜਾਣੀ ਆ। ਭਾਈ ਸਾਹਿਬ, ਹਾਂ, ਇਹ ਨਵੇਂ ਨੋਟ ਅਸਲੀ ਹੋਣਗੇ ਜੀ? ਨਵੇਂ ਨੋਟਾਂ ਦੀ ਫੋਟੋ ਕਾਪੀ ਵੀ ਨਾ, ਪੁਰਾਣੇ ਨੋਟਾਂ ਨਾ, ਮਹਿੰਗੀ ਹੈ, ਛੇਤੀ ਕੰਮ ਦੀ ਗੱਲ ਕਰੋ। ਹੈਲੋ ਭਾਈ ਸਾਹਿਬ, ਇਹ ਪੂਰੇ 40 ਲੱਖ ਨੇ ਜੀ, ਗਿਣ ਲਓ, ਸਾਨੂੰ ਨਵੇਂ ਨੋਟ ਦੇ ਦਿਓ ਛੇਤੀ, ਕਾਹਲੀ ਬਹੁਤ ਆ। ਉਹ ਜਿਨ੍ਹਾਂ ਨੂੰ ਮੈਂ ਨੋਟ ਗਿਣੂੰਗਾ ਨਾ, ਉਹਨਾਂ ਨੂੰ ਤਾਂ ਸਰਕਾਰ ਨੇ ਅਗਲੀ ਨੋਟਬੰਦੀ ਕਰ ਦੇਣੀ ਹੈ। ਸੁਣਿਆ 2000 ਦਾ ਨੋਟ ਵੀ ਬੰਦ ਹੋਣ ਵਾਲਾ। ਇੱਕ ਕੰਮ ਕਰੋ, ਤੁਸੀਂ 2 ਘੰਟੇ ਬਾਅਦ ਇੱਥੇ ਆ ਕੇ ਪੈਸੇ ਲੈ ਜਾਓ, ਠੀਕ ਹੈ? 2 ਘੰਟੇ ਬਾਅਦ ਕਿਉਂ, ਹੁਣੇ ਕਿਉਂ ਨਹੀਂ? ਭੈਣ ਜੀ, ਬਿਨਾਂ ਗਿਣੇ ਤੁਸੀਂ ਨਵੇਂ ਨੋਟ ਲੈ ਲਓਗੇ? ਮੈਨੂੰ ਵੀ ਤਾਂ ਆਹ ਨੋਟ ਮਸ਼ੀਨ 'ਚ ਪਾ ਕੇ ਚੈੱਕ ਕਰਨੇ ਪੈਣਗੇ। ਠੀਕ ਹੈ ਭਾਈ ਸਾਹਿਬ, ਫਿਰ 2 ਘੰਟੇ ਨੂੰ ਇੱਥੇ ਮਿਲਦੇ ਹਾਂ ਜੀ। ਹਾਂ ਜੀ। ਨੀਟ ਜੇ ਨਾ ਆਇਆ ਭਾਈ ਸਾਹਿਬ, ਸਾਨੂੰ ਕੋਈ ਰਸੀਦ ਵਗੈਰਾ ਤਾਂ ਦਿਓ ਜੀ। ਨਾ, ਰਸੀਦ ਨੂੰ ਤੂੰ ਲੰਗਰ 'ਚ ਪੈਸੇ ਦੇ ਰਿਹਾ? ਯਕੀਨ ਨਹੀਂ ਤਾਂ ਫੜ ਆਪਣੇ ਪੈਸੇ। ਅੱਛਾ ਠੀਕ ਹੈ ਭਾਈ ਸਾਹਿਬ, ਕੋਈ ਨਾ ਜੀ, 2 ਘੰਟੇ ਤੱਕ ਇੱਥੇ ਹੀ ਮਿਲਦੇ ਹਾਂ ਜੀ। ਹਾਂ, ਥੈਂਕ ਯੂ। ਚੱਲੇ ਕਿੱਥੇ? ਮਾੜਾ ਧੱਕਾ ਲਾ ਦੋ। ਮੈਨੂੰ ਲੱਗਦਾ ਆਪਾਂ ਗੱਡੀ ਨੂੰ ਨੀ, 40 ਲੱਖ ਨੂੰ ਧੱਕਾ ਲਾ ਰਹੇ ਹਾਂ। ਖੰਨਾ ਸਾਹਿਬ, ਰਾਤ ਤਾਂ ਸੁੱਖ ਨਾਲ ਵਾਹਵਾ। ਯਾਰ ਬਰਾਤ ਆ ਗਈ ਹੈ, ਨੀਟਾ ਨਹੀਂ ਆਇਆ ਹਲੇ ਤੱਕ। ਖੜ ਜਾਓ ਯਾਰ, ਮੈਂ ਫੇਸਬੁੱਕ ਤੇ ਦੇਖਦਾ। ਉਹ ਇਹਦੇ ਵਰਗਾ ਫੁਕਰਾ ਨਾ, 25 ਲੱਖ ਦੇ ਨਵੇਂ ਨੋਟ ਦੇਖ ਕੇ ਪਹਿਲਾਂ ਫੇਸਬੁੱਕ ਤੇ ਸੈਲਫੀਆਂ ਪਾਉਣ ਲੱਗ ਪੈਂਦਾ ਹੁੰਦਾ। ਨਮਸਤੇ। ਖੰਨਾ ਸਾਹਿਬ, ਮਿਲਣੀ ਬਾਅਦ ਚ ਕਰ ਲਾਂਗੇ, ਪਹਿਲਾਂ ਗੱਲ ਕਰ ਲਈਏ। ਅਸੀਂ ਆ ਜਾਓ, ਮੈਂ ਆ ਗਿਆ। ਮਿਸ਼ਰੀ, ਇੱਕ ਗੱਲ ਪੁੱਛਾਂ? ਹਾਂ। ਕਿਤੇ ਤੂੰ ਸਾਡੀ ਗਲਤੀ ਕਰਕੇ ਆਪਣੇ ਘਰਦਿਆਂ ਦੇ ਪ੍ਰੈਸ਼ਰ ਜਾਂ ਗੁੱਸੇ 'ਚ ਤਾਂ ਨਹੀਂ ਪੈ ਕਰਾਈ ਜਾਂਦੀ? ਨਹੀਂ, ਮੈਂ ਆਪ ਕਰਾਇਆ ਆਪਣੀ ਮਰਜ਼ੀ ਨਾਲ। ਫਿਰ ਤਾਂ ਕੰਗ੍ਰੈਚੁਲੇਸ਼ਨ। ਕੀ ਹੋਇਆ? ਫੋਨ ਹੀ ਨਹੀਂ ਲੱਗ ਰਿਹਾ। ਤੇਰੀ ਹੁਣੇ ਝੂਠੀ ਤਸੱਲੀ ਕਰਕੇ ਉਹ ਹੋਰ ਦੁਖੀ ਹੋ ਜੂ। ਮੈਂ ਕਿਹੜਾ ਜਾਣ ਬੁੱਝ ਕੇ ਕੀਤਾ ਇਹ ਸਭ? ਮੈਂ ਸੋਚਿਆ ਸੀ ਪੈਸੇ ਮਿਲ ਜਾਣਗੇ, ਅਗਲੀ ਦਾ ਵਿਆਹ ਹੋ ਜੂਗਾ। ਤੂੰ ਸੋਚਦਾ ਬਹੁਤ ਆ, ਸੋਚਿਆ ਤਾਂ ਤੂੰ ਇਹ ਵੀ ਸੀ ਆਪਾਂ ਭੱਜ ਕੇ ਖੁਸ਼ ਰਹਾਂਗੇ। ਰਹੇ ਛੱਡ ਕੇ ਤੂੰ ਗਈ ਸੀ ਮੈਨੂੰ, ਉਹ ਵੀ ਇੱਕ ਮੱਠੀ ਪਿੱਛੇ। ਇਹੋ ਜਿਹਾ ਕਿਹੜਾ ਪਿਆਰ ਹੋਇਆ ਜਿਹੜਾ ਅੱਧੀ ਮੱਠੀ ਪਿੱਛੇ ਟੁੱਟ ਗਿਆ? ਇਹ ਗੱਲ ਨਹੀਂ ਸਮਝ ਲੱਗੀ ਮੈਨੂੰ। ਗੱਲ ਮੱਠੀ ਦੀ ਨਹੀਂ ਸੀ, ਗੱਲ ਕੇਅਰ ਦੀ ਸੀ। ਉੱਥੇ ਬਹਿ ਕੇ ਕੱਲਾ ਚਬਰ ਚਬਰ ਕਰਕੇ ਮੱਠੀ ਖਾ ਗਿਆ ਤੂੰ। ਤੈਨੂੰ ਇੱਕ ਵੀ ਵਾਰੀ ਇਹ ਖਿਆਲ ਆਇਆ ਵੀ ਮੈਂ ਭੁੱਖੀ ਬੈਠੀ ਸੀ? ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ, ਮੈਂ ਚਾਹ ਨਾਲ ਮੱਠੀ ਕਿਉਂ ਖਾਧੀ? ਮਿਸ਼ਰੀ, ਮੈਂ ਸੌਂ ਖਾ ਕੇ ਕਹਿਣਾ ਗਾਂ ਤਾਂ ਮੈਂ ਪਾਣੀ ਵੀ ਤੈਨੂੰ ਪੁੱਛੇ ਬਿਨਾਂ ਨਹੀਂ ਪੀਊਂਗਾ। ਬਸ ਇੱਕ ਵਾਰੀ ਮੈਨੂੰ ਮਾਫ ਕਰ ਦੇ। ਅਗਲੇ ਹਫ਼ਤੇ ਵਿਆਹ ਮੇਰਾ। ਮੈਂ ਤਰੀਕ ਬਦਲਣ ਨੂੰ ਨਹੀਂ ਕਹਿ ਰਿਹਾ, ਮੁੰਡਾ ਬਦਲਣ ਨੂੰ ਕਹਿ ਰਿਹਾ। ਡੈਡੀ ਨੇ ਨਹੀਂ ਮੰਨਣਾ। ਤੇਰੇ ਡੈਡੀ ਦੀ ਮੈਂ ਨਾਲ ਨਾਲ ਵੀ ਸਾਰ ਲੂੰ, ਬਸ ਤੂੰ ਹਾਂ ਕਹਿ ਦੇ। ਮੈਨੂੰ ਲੱਗਦਾ ਨਹੀਂ ਹੁਣ ਮਰੂਤੀ ਵਾਲਾ ਹੋਊ।
ਕਿੰਨਾ ਦੀ ਬਰਾਤ ਡੀਕਦੀ ਹੋ। ਚੱਲ ਹਾਂਜੀ ਦੱਸੋ ਕੀ ਬਣਿਆ। ਤੁਸੀਂ ਫਿਕਰ ਨਾ ਕਰੋ ਮੋਗਾ ਸਾਹਿਬ, ਤੁਸੀਂ ਕਾਰ ਵਿਹਾਰ ਸ਼ੁਰੂ ਕਰਵਾਓ, ਫੇਰੇ ਹੁਣ ਤੱਕ ਪੈਸੇ ਆ ਜਾਣਗੇ। ਹਾਲੇ ਪੈਸੇ ਆਉਣੇ ਆ, ਇਹਦਾ ਮਤਲਬ ਇੰਤਜ਼ਾਮ ਨਹੀਂ ਹੋਇਆ। ਮੋਗਾ ਸਾਹਿਬ ਸਾਰਾ ਇੰਤਜ਼ਾਮ ਹੋ ਗਿਆ, ਮੇਰਾ ਬੇਟਾ ਆਪ ਲੈਣ ਗਿਆ ਪੈਸੇ। ਹਾਂਜੀ ਫਿਰ ਤਾਂ ਹੋ ਗਈ ਮਿਲਣੀ। ਜਿਹੜਾ ਮਾਤਾ ਰਾਣੀ ਦੀ ਪੇਮੈਂਟ ਮਾਰ ਸਕਦਾ ਉਹ ਕਿਸੇ ਦੀ ਵੀ ਪੇਮੈਂਟ ਮਾਰ ਸਕਦਾ। ਮਾਤਾ ਰਾਣੀ ਦੀ ਪੇਮੈਂਟ ਲੈ ਕੇ ਮੇਰਾ ਮੁੰਡਾ ਕੱਲਾ ਨਹੀਂ ਸੀ ਭੱਜਿਆ, ਤੇਰੀ ਧੀ ਨਾਲ ਸੀ। ਉਹ ਤਾਂ ਅੱਜ ਵੀ ਨਾਲ ਸੀ, ਮੈਂ ਤਾਂ ਆਪ ਉਹਦੇ ਸਕੂਟਰ ਦੇ ਪਿੱਛੇ ਬਹਿ ਕੇ ਨਾਲ ਜਾਂਦੀ ਦੇਖੀ। ਨਾ ਦੱਸੋ ਚਮਨ ਜੀ, ਤੁਸੀਂ ਨੀਟੇ ਨੂੰ ਫੋਨ ਕਰੋ, ਮੈਂ ਤਾਂ ਬਰਬਾਦ ਹੋ ਜਾਊਂ। ਮੈਂ ਮਿਲਾਉਣ ਹੀ ਲੱਗਿਆ ਸੀ, ਮੈਂ ਤਾਂ ਊਸ਼ਾ ਭੈਣ ਜੀ ਦੀ ਗੱਲ ਸੁਣ ਕੇ ਟੈਨਸ਼ਨ 'ਚ ਆ ਗਿਆ। ਬਿਜ਼ੀ ਆ ਰਿਹਾ, ਹੋਰ ਪੰਜਾਂ ਮਿੰਟਾਂ ਨੂੰ ਬੰਦ ਆਏਗਾ। ਮੋਗਾ ਸਾਹਿਬ ਬਸ ਥੋੜ੍ਹੀ ਦੇਰ ਹੋਰ ਜੀ। ਵਾਹ ਖੰਨਾ ਸਾਹਿਬ ਵਾਹ, ਉਹ ਕਹਿੰਦੇ ਹੁੰਦੇ ਨਾ ਬੂਹੇ ਬੈਠੀ ਜੰਨ ਤੇ ਬਿਨੋ ਕੁੜੀ ਦੇ ਕੰਨ। ਵਾਹ ਵਿਸ਼ਵਾਸ ਕਰੋ ਮੋਗਾ ਸਾਹਿਬ, ਮਿਸ਼ਰੀ ਆ ਗਈ, ਨੀਟਾ ਵੀ ਆ ਗਿਆ। ਖੰਨਾ ਸਾਹਿਬ ਪੈਸੇ ਆ ਗਏ। ਸ਼ੁਕਰ ਨੀਟੇ ਪੁੱਤਰ ਤੂੰ ਆ ਗਿਆ। ਦੇਖ ਪੁੱਤ ਹੁਣ ਤੂੰ ਮੋਗਾ ਸਾਹਿਬ ਨੂੰ ਪੈਸੇ ਫੜਾ ਦੇ, ਆਪਾਂ ਫਿਰ ਸ਼ੁਰੂ ਕਰਾਈਏ। ਦੱਸ ਦੇ ਤੂੰ, ਦੱਸ ਦੱਸ ਦੇ ਮਿਸ਼ਰੀ, ਤੂੰ ਦੱਸ ਦੇ, ਤੂੰ ਦੱਸ ਦੇ, ਤੂੰ ਦੱਸ ਕਰੀਏ, ਉਹ ਛੇਤੀ ਦੱਸ ਦੇ ਪੈਸੇ ਕਿੱਥੇ ਹੈ। ਦੇਖ ਪੁੱਤਰ ਛੇਤੀ ਦੱਸ, ਵਿਆਹ ਦਾ ਮੂਰਤ ਨਿਕਲਿਆ ਜਾ ਰਿਹਾ, ਨੀਟੇ ਬੋਲਦਾ ਕਿਉਂ ਨਹੀਂ, ਕਿੱਥੇ ਨੇ ਪੈਸੇ। ਅੰਕਲ ਜੀ ਜ਼ਿੰਦਗੀ 'ਚ ਪੈਸਾ ਹੀ ਸਭ ਕੁਛ ਹੁੰਦਾ, ਪੈਸਾ ਜੋੜਨ ਨਾਲ ਰਿਸ਼ਤੇ ਨਹੀਂ ਜੁੜਦੇ। ਇਹ ਬਹੁਤ ਵਧੀਆ ਗੱਲ ਹੈ, ਆਪਾਂ ਬਾਅਦ 'ਚ ਕਰ ਲਾਂਗੇ, ਪਹਿਲਾਂ ਦੱਸ ਪੈਸੇ ਕਿੱਥੇ ਹੈ। ਪੈਸਾ ਕਦ ਸਵਾਹ ਹੋ ਜੇ ਪਤਾ ਥੋੜ੍ਹੀ ਚੱਲਦਾ ਅੰਕਲ ਜੀ। ਮੈਨੂੰ ਤਾਂ ਲੱਗਦਾ ਸਵਾਹ ਹੋ ਗਿਆ। ਉਹ ਤਾਂ ਕੁਛ ਬੋਲਦਾ ਕਿਉਂ ਨਹੀਂ, ਚੁੱਪ ਕਿਉਂ, ਦੱਸ ਪੈਸੇ ਕਿੱਥੇ ਹੈ। ਡੈਡੀ ਪੈਸੇ ਨਹੀਂ ਮਿਲੇ ਸਾਨੂੰ, ਸਾਡੇ ਨਾਲ ਧੋਖਾ ਹੋ ਗਿਆ। ਧੋਖਾ ਤਾਂ ਮੇਰੇ ਨਾਲ ਹੋ ਗਿਆ, ਦੇਖ ਮੈਂ ਤੇਰਾ ਪਿਓ ਹਾਂ, ਮੇਰੇ ਨਾਲ ਝੂਠ ਨਾ ਬੋਲ। ਡੈਡੀ ਮੈਂ ਝੂਠ ਨਹੀਂ ਬੋਲ ਰਿਹਾ ਜੀ, ਜਿਹਨੂੰ ਪੈਸੇ ਦਿੱਤੇ ਸੀ ਉਹ ਬੰਦਾ ਦੌੜ ਗਿਆ ਸੀ, ਬਹੁਤ ਲੱਭਿਆ ਪਰ ਮਿਲਿਆ ਨਹੀਂ। ਰਾਹ 'ਚ ਕੋਈ ਨਹਿਰ ਨਹੀਂ ਮਿਲੀ, ਪਿਓ ਦਾ ਪੈਸਾ ਡਬੋਣ ਨਾਲੋਂ ਤੇ ਤੂੰ ਆਪ ਨਹੀਂ ਡੁੱਬ ਕੇ ਮਰ ਹੋਇਆ। ਲੋ ਪਿਓ ਪੁੱਤ ਦੋਨੋਂ ਆਪਸ ਵਿੱਚ ਹੀ ਬੋਲੀਆਂ ਪਾਈ ਜਾ ਰਹੇ। ਓਏ ਖੰਨਾ ਸਾਹਿਬ ਨੂੰ ਵੀ ਕੋਈ ਜਵਾਬ ਦਿਓ। ਜਵਾਬ ਦਿੰਦਾ ਮੈਂ, ਜੇ ਤੁਹਾਡੀ ਮਜਬੂਰੀ ਹੈ ਨਾ ਤੇ ਮੇਰੀ ਵੀ ਮਜਬੂਰੀ ਹੈ ਭਾਈ ਸਾਹਿਬ, ਮੇਰੇ ਵੱਲੋਂ ਜਵਾਬ ਹੈ। ਨਹੀਂ ਨਹੀਂ ਮੋਗਾ ਸਾਹਿਬ, ਨਹੀਂ। ਭਰਾ ਜੀ ਆਹ ਦੇਖੋ, ਸਾਡਾ ਹੱਕ ਤੇ ਨਹੀਂ ਬਣਦਾ ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਖੰਨਾ ਭਰਾ ਜੀ ਦਾ ਸਾਥ ਦੇਈਏ। ਮੈਂ ਇਹ ਰਿਸ਼ਤਾ ਕਰਾਇਆ, ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਕਿਰਨਾਂ ਦੀ ਡੋਲੀ ਲੈ ਜਾਓ, ਤੁਹਾਡੀ ਜੋ ਵੀ ਮੰਗ ਆ ਅਸੀਂ ਪੂਰੀ ਕਰਾਂਗੇ। ਛੱਡੋ ਭੈਣ ਜੀ, ਹੁਣ ਇਹ ਰਿਸ਼ਤਾ ਨਹੀਂ ਜੁੜ ਸਕਦਾ। ਪੈਸਿਆਂ ਨਾਲ ਰਿਸ਼ਤੇ ਜੁੜ ਤਾਂ ਸਕਦੇ ਆ ਪਰ ਨਿਭ ਨਹੀਂ ਸਕਦੇ। ਫਿਰ ਵੀ ਜਿਸ ਰਿਸ਼ਤੇ ਦੀ ਨਹੀਂ ਪੈਸਿਆਂ ਨਾਲ ਰੱਖਣੀ ਹੈ ਤਾਂ ਇਹ ਸ਼ੁਰੂਆਤ ਮੈਂ ਕਰਦੀ ਹਾਂ। ਤੂੰ ਮੈਂ ਅਧੂਰੇ ਹੁੰਨੇ ਆ ਪੂਰੇ ਇੱਕ ਦੂਜੇ ਦੇ ਸੰਗ, ਤੂੰ ਮੈਂ ਅਧੂਰੇ ਹੁੰਨੇ ਆ ਪੂਰੇ ਇੱਕ ਦੂਜੇ ਦੇ ਸੰਗ, ਕਲੀਆਂ ਨੂੰ ਮਹਿਕਣ ਭੁੱਲ ਜਾਂਦਾ ਏ, ਫੁੱਲਾਂ ਦਾ ਚੋ ਜਾਂਦਾ ਰੰਗ ਭੁੱਲਿਆ ਇਹ ਕਰਤੇ ਰਹੇ। ਰਾਜਾ ਰਾਣੀ ਜਿਵੇਂ ਦੇਸ ਦੇ ਮਿਲਦੇ। ਭੁੱਲਿਆ ਜੇ ਤੂੰ ਸਾਰੇ ਪਿੰਡ ਦਾ ਹੈ ਇਹ ਪਿੰਡ ਵੀ ਤੇਰਾ ਹੈ। ਭੁੱਲਿਆ ਅਸੀਂ ਦੋ ਦਿਨ ਲਾ ਕੇ ਤੇਰੇ ਲਈ ਇਹ ਕੋਠਾ ਤਿਆਰ ਕੀਤਾ। ਡੈਡੀ ਕੀ ਹੋ ਰਿਹਾ? ਓਏ ਤੂੰ ਘੋੜੀ ਤੋਂ ਥੱਲੇ ਉਤਰ ਆਇਆ। ਡੈਡੀ ਤੁਸੀਂ ਅੱਜ ਤੱਕ ਜੋ ਕਿਹਾ ਮੈਂ ਕੀਤਾ, ਤੁਸੀਂ ਜਿੱਥੇ ਕਿਹਾ ਵਿਆਹ ਕਰਾ ਮੈਂ ਰਾਜ਼ੀ ਹੋ ਗਿਆ, ਆ ਘੱਟੋ ਘੱਟ ਮੇਰਾ ਸੌਦਾ ਤਾਂ ਨਾ ਕਰੋ। ਅਤੇ ਇਸ ਟਾਈਮ ਕੁੜੀ ਦੇ ਪਿਓ ਦਾ ਜੋ ਹਾਲ ਹੈ ਨਾ ਤੁਹਾਨੂੰ ਸ਼ਾਇਦ ਉਹਦਾ ਅੰਦਾਜ਼ਾ ਵੀ ਨਹੀਂ।
पूरे एक दूजे दे संग तू मैं अधूरे हुन्ने आ पूरे एक दूजे दे संग कलियां नू मैकण भुल जांदा ए फुलां दा चो जांदा रंग आगे अपने नवे नोट ले लो ते मेरी गड्डी च धक्का मार दो। हुण कल नू कबीलदारी भी वधनी आ जे सोहनी जिंदगी जीणी आ तां चार पैसे कमाउणे ते सांभणे पैणे आ। ले ना मेरा भोला गल्लां तूं भोलियां करी जांदी। क्यों मैनू पिंड आलिआं ने मापिआं बिना इड्डा करता सिर ते छत पै गई तूं मिल गई कमलिए जदों बंदे ने लोग ही कमा ले फिर पैसे दा मुल बंदे नूं वध हो गया। ओ बल्ले बल्ले बाबा जी लै एडी खेचल कीती की अब बुजुर्ग जानकार अपना इहनूं मैं खाल ते पुली बना के पार करना सिखाया सी सीसां देना आया लगदा आजा आजा तू भी मत्था टेक ला। तैनूं किवें पता है ओही है मैनूं पछाण है दी इह ना खब्बे पासे दी तीजी लत्त तों पैर दब के तुरदा भोला मेरा नां ही आ जड़िया गंढा भोला खोली बैठा किसी पता ही नहीं चल टेक ला मथा टेक ला मिशी ने नीटे नाल व्याह करा ले मैनू यकीन नहीं हो रहा साल को और खड़ जा यही यकीन हाथ च कढ़ाउंदा फिर पक्का नीटे ने मिशी नू कुछ खवाता होना है। ओ यार उन्हें सवा खवाया होना वो तो आप उसकी दुकान तो जग जग के खांदा होना मिशी ने नीटे पीछे मैनू छड़ता मैनू मेरी की कमी सी शायद तू गंडे मुटे काटदा मैं तो सोचा भी नहीं सी कि मिशी नीटे नाल ब्याह करा लेगी पर अगली तो सोच गई ना जे उन्हें नीटे नाल ब्याह कराना सी ते मैनू गोलू गोलू क्यों कहंदी सी सही गल है वीरा वीरा कहना चाहिए बंदा क्लियर रहिंदा ओ यार उन्हां दी नहीं बननी मेरे तो लिखा ला अज नहीं तो कल वो तो अड होए ला यार मौके दी दुकान है साई फड़ाओ तो काम नबेड़ो तेरे जेड़ा ब्लूटूथ आएगा ना मैं खाओ जाऊंगा काले दस रे फड़े नू ओ यार गोलू लड़िया ना कर यार रोया ना कर यार पता की है जदों तू रोना ना साडा हासा निकल जांदा और एक मिश्री आ गई मैं क्या जी भरते समोसे भरना की सी इन्हां च अद्धा किलो आलू डैडी 150 समोसा च भरन नूं कह गए ने मैं भी फिर कल्ले कल्ले समोसे ते आलू दा टिक्का ही ला रहा चलो जो भी आ वड्डे डैडी जी वांगू झूठ मार के दा नहीं वेची दे समोसे भी साडे समोसे ते बुर नहीं आऊगा साडे समोसे दा रंग नहीं जाऊगा साडा समोसा श्रिंक नहीं होऊगा एतों वध की श्रिंक होऊगा कोई समोसा जाओ तुसीं कम करो किन्ना टाइम लगना तैनूं इत्थे दूजी दुकान ते बहुत कम पिया बस आ गई मैं इह समोसे कढ के आई ਇੰਨੇ ਤਾਂ ਚਾਈਨਾ ਨੇ ਮੋਬਾਈਲ ਨਹੀਂ ਕੱਢੇ ਹੋਣੇ ਯਾਰ ਜਿੰਨੇ ਤੁਸੀਂ ਰਲ ਕੇ ਸਮੋਸੇ ਕੱਢਦੇ ਨੇ ਫਸ ਕਰੋ ਅੱਛਾ ਫਟਾਫਟ ਦੁਕਾਨ ਤੇ ਆ ਜੀ ਮੈਂ ਡੈਡੀ ਨਾਲ ਜਾਣਾ ਡੈਡੀ ਦੇ ਪੈਸੇ ਲੈ ਕੇ ਭੱਜ ਗਿਆ ਕੋਈ ਹੁਣ ਡੈਡੀ ਜੀ ਕਿਹਦੇ ਨਾਲ ਭੱਜ ਕੇ ਪੈਸੇ ਲੈ ਕੇ ਡੈਡੀ ਦੇ ਪੈਸੇ ਲੈ ਕੇ ਭੱਜ ਗਿਆ ਕੋਈ ਪੱਕਾ ਆ ਜੀ ਹੈ ਛੇਤੀ ਆ ਜੀ ਜੈਜ ਪੈਦੇ ਚੁੱਕੇ ਸਾਡੇ ਭੋਲੇ
ਮਿੱਠੀਆਂ ਕਰ ਛੱਡੀਆਂ ਲਾ ਛੱਡੇ ਝੂਠੇ ਲਾਰੇ ਗੱਲਾਂ ਮਿੱਠੀਆਂ ਕਰ ਛੱਡੀਆਂ ਲਾ।